सत श्रीकाल, आदाब, सलाम, नमस्कार जी। रेडियो जी 1674 AM ਦੇ ਸਿਡਨੀ ਸਟੂਡੀਓ ਤੋਂ ਮੈਂ ਗੌਤਮ ਕਪਿਲ ਕਰਦਾ ਤੁਹਾਡਾ ਸਵਾਗਤ ਜੀ ਆਇਆਂ ਨੂੰ। ਸਿਡਨੀ ਦੇ ਵਿੱਚ ਅੱਜ ਦੇ ਦਿਨ ਬਾਰਿਸ਼ ਹੋ ਰਹੀ ਹੈ, ਪਰ ਇਹ ਇੰਨੇ ਦਿਨਾਂ ਤੋਂ ਜਿਹੜੀ ਸਿਡਨੀ ਮੀਂਹ ਨੂੰ ਉਡੀਕ ਰਹੀ ਸੀ ਉਹਦੀ ਇੱਕ ਵਜ੍ਹਾ ਹੋਰ ਵੀ ਹੈ। ਇਸ ਗਰਮੀ ਦੇ ਵਿੱਚ, ਇਸ ਤਪਦੀ ਗਰਮੀ ਦੇ ਵਿੱਚ ਇੱਕ ਠੰਡ ਜਿਹਾ ਅਹਿਸਾਸ, ਇੱਕ ਠੰਡਾ ਜਿਹਾ ਝੋਂਕਾ ਜਿਹਾ ਬਣ ਕੇ ਆਏ ਨੇ ਜੀ ਯੋਗਰਾਜ ਸਿੰਘ ਜੀ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਵੀ ਨੇ ਮੌਜੂਦ। ਫਿਲਮ ਤਾਰਾ ਮੀਰਾ ਆ ਰਹੀ ਹੈ ਜੀ, ਆ ਕੀ ਰਹੀ ਹੈ ਬਲਕਿ ਅੱਜ 11 ਤਰੀਕ ਹੈ, ਸੋ 11 ਅਕਤੂਬਰ ਨੂੰ ਅੱਜ ਹੋਣੀ ਹੈ ਜੀ ਇਹ ਫਿਲਮ ਰਿਲੀਜ਼। ਤੁਹਾਡੇ 'ਚੋਂ ਬਹੁਤੇ ਜਿਸ ਵਕਤ ਅਸੀਂ ਰੇਡੀਓ ਹਾਂਜੀ ਦੇ ਸਿਡਨੀ ਸਟੂਡੀਓ 'ਚੋਂ ਸਾਂਝ ਪਾ ਰਹੇ ਹਾਂ ਇਸ ਲਾਈਵ ਇੰਟਰਵਿਊ ਦੀ, ਤੁਸੀਂ ਪਲੈਨਿੰਗ ਕਰ ਰਹੇ ਹੋਵੋਗੇ ਕਿ ਪਹਿਲਾ ਸ਼ੋਅ ਦੇਖਣ ਜਾ ਰਹੇ ਹੋ। ਭਾਈ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ ਸਟੂਡੀਓ ਦੇ ਵਿੱਚ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸਰ, ਮੇਰੇ ਧੰਨ ਭਾਗ ਹੈ ਤੁਸੀਂ ਮੈਨੂੰ ਬੁਲਾਇਆ, ਔਰ ਮੈਨੇ ਯੋਗ ਤਾਂ ਹੈ ਨਹੀਂ ਪਰ ਜਿੰਨੀ ਤਾਰੀਫ ਤੁਸੀਂ ਕੀਤੀ ਹੈ, ਥੈਂਕ ਯੂ ਸੋ ਮਚ। ਆਈ ਬਿਲੀਵ ਦੈਟ ਆਈ ਐਮ ਅ ਵੈਰੀ ਬਲੈਸਡ ਪਰਸਨ ਟੂ ਬੀ ਹੇਅਰ ਵਿਦ ਯੂ ਸਰ। ਥੈਂਕ ਯੂ ਸੋ ਮਚ ਭਾਈ, ਬਲੈਸਿੰਗ ਤੁਹਾਡੀਆਂ ਨੇ ਜੀ ਸਾਡੇ ਤੇ ਉੱਤੇ। ਅਤੇ ਇਸ ਫਿਲਮ ਦੇ ਬਾਰੇ ਅੱਜ ਆਪਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਫਿਲਮ ਤੋਂ ਇਲਾਵਾ ਤੁਹਾਡੀ ਨਿੱਜੀ ਜ਼ਿੰਦਗੀ ਦੇ ਨਾਲ ਜੇ ਤੁਸੀਂ ਇਜਾਜ਼ਤ ਦੇਤੀ ਉਹ ਵੀ ਆਪਾਂ ਛੇੜ ਲਾਂਗੇ। ਜਿੱਥੋਂ ਮਰਜ਼ੀ ਛੇੜ ਲਓ, ਤੁਸੀਂ ਰੁਕ ਕੇ ਭੱਜ ਜਾਣਾ, ਮੈਂ ਹਰ ਚੀਜ਼ ਸੱਚ ਬੋਲਾਂਗਾ। ਕਿਉਂਕਿ ਇੱਕ ਚੀਜ਼ ਮੈਂ ਤੁਹਾਨੂੰ ਭਾਜੀ ਦੱਸਣਾ ਚਾਹੁੰਦਾ ਕਿ ਕਈ ਵਾਰੀ ਮੈਨੂੰ ਲੋਕ ਕਹਿੰਦੇ ਨੇ ਜਾਂ ਘਰਦੇ ਵੀ ਕਹਿੰਦੇ ਨੇ ਵੀ ਤੂੰ ਇੰਨਾ ਸੱਚ ਕਿਉਂ ਬੋਲਦਾ। ਮੈਂ ਕਿਹਾ ਇਸ ਤਰ੍ਹਾਂ ਹੈ ਕਿ ਜਤਰ ਸਤਰ ਦਿਸਾ ਵਿਸਾ ਉਹ ਫੈਲਿਓ ਅਨੁਰਾਗ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ ਹੈ ਕਿ ਰੱਬ ਜਿਹੜਾ ਹੈ ਕਣ ਕਣ ਦੇ ਵਿੱਚ ਵੱਸ ਰਿਹਾ ਹੈ, ਔਰ ਜੋ ਕੁਛ ਤੁਸੀਂ ਕਰ ਰਹੇ ਹੋ ਉਹ ਸੁਣ ਵੀ ਰਿਹਾ ਅਤੇ ਰਿਕਾਰਡ ਵੀ ਕਰ ਰਿਹਾ ਹੈ। ਜਦ ਤੁਸੀਂ ਜਾਓਗੇ ਇਸ ਧਰਤੀ ਤੋਂ, ਤੁਹਾਡੇ ਸਾਹਮਣੇ ਪੇਸ਼ ਕਰੇਗਾ, ਉਸ ਦੇ ਹਿਸਾਬ ਨਾਲ ਪੁੱਛੇਗਾ, ਆਪਣੀ ਜੂਨ ਆਪੇ ਹੀ ਤੂੰ ਚੂਜ਼ ਕਰ ਲੈ। ਸੋ ਆਈ ਥਿੰਕ ਮੈਂ ਜੋ ਕੁਛ ਵੀ ਆਖੂੰਗਾ, ਦੁਨੀਆ ਦੀ ਕਚਹਿਰੀ ਹੈ ਔਰ ਤੁਹਾਡੇ ਸਾਰੇ 'ਚ ਰੱਬ ਵੱਸਦਾ ਹੈ ਔਰ ਚਰਨਾਂ ਦੇ ਵਿੱਚ ਵੱਸਦਾ ਹੈ। ਸੋ ਜੇ ਮੈਂ ਝੂਠ ਬੋਲ ਕੇ ਜਾਊਂਗਾ, ਉੱਪਰਲਾ ਲੈਪਟਾਪ ਹਮੇਸ਼ਾ ਝੂਠ ਹੀ ਬੋਲਦਾ ਹੈ, ਪੋਲੀਟਿਕਸ ਹੀ ਖੇਡਦਾ। ਸੋ ਮੈਂ ਇੱਕ ਸਟ੍ਰੇਟ ਆਦਮੀ ਹਾਂ, ਤੁਸੀਂ ਜਿੱਥੋਂ ਵੀ ਸ਼ੁਰੂ ਕਰੋਗੇ, ਜੋ ਵੀ ਚਾਹੋਗੇ ਪੁੱਛੋਗੇ, ਉਹਦਾ ਤੁਹਾਨੂੰ ਜਵਾਬ ਸਪਸ਼ਟ ਉਵੇਂ ਮਿਲੂਗਾ ਜਿੱਦਾਂ ਮੈਂ ਬੋਲਦਾ ਹਾਂ। ਥੈਂਕ ਯੂ ਭਾਜੀ। ਦੋ ਨਾ ਤਰੀਕੇ ਹੁੰਦੇ ਨੇ ਇੰਟਰਵਿਊ ਦੇ, ਮੈਂ ਯੂਜਲੀ ਦੇਖਦਾ ਹੁੰਦਾ ਕਿ ਜਦੋਂ ਰੇਡੀਓ ਇੰਟਰਵਿਊਜ਼ ਜਾਂ ਟੀਵੀ ਇੰਟਰਵਿਊਜ਼ ਹੁੰਦੀਆਂ ਨੇ ਸੈਲੀਬ੍ਰਿਟੀਜ਼ ਦੇ ਨਾਲ, ਤੁਹਾਡੇ ਕੋਲ ਸਵਾਲ ਜਵਾਬ ਤਿਆਰ ਹੁੰਦੇ ਨੇ ਅਤੇ ਫਿਰ ਉਸ ਤੋਂ ਤੁਹਾਨੂੰ ਬਹੁਤ ਹੀ ਵਾਰ ਪਤਾ ਹੀ ਹੁੰਦਾ 60% ਜਾਂ 70% ਟਾਈਮ ਕਿ ਆਹ ਜਵਾਬ ਆਉਣੇ ਨੇ। ਉਹਦੇ ਜਿੰਨੇ ਸਵਾਲ ਹੁੰਦੇ ਨੇ ਸ਼ੁਰੂ ਹੁੰਦੇ ਨੇ, ਜਿਹੜੇ ਨਹੀਂ ਲਿਖਦੇ ਉਹੀ ਸੱਚੇ। ਬਸ ਤੁਸੀਂ ਫੜਨੀ ਗੱਲ। ਸੋ ਆਪਣੇ ਦੂਸਰੇ ਤਰੀਕੇ ਦੇ ਇੰਟਰਵਿਊ, ਮੈਂ ਇਹਨੂੰ ਇੰਟਰਵਿਊ ਨਹੀਂ ਕਹਿੰਦਾ ਜੀ, ਇਹਨੂੰ ਆਪਾਂ ਗੱਲਬਾਤ ਕਹਿੰਦੇ ਹਾਂ। ਇੰਟਰਵਿਊ ਤਾਂ ਇੱਕ ਤਰ੍ਹਾਂ ਦੀ ਇੰਟਰਵਿਊ ਕਿਸੇ ਨੂੰ, ਕਿਆ ਬਾਤ ਹੈ। ਸੋ ਗੱਲਬਾਤ ਤੁਹਾਡੇ ਨਾਲ ਇਸ ਕਰਕੇ ਹੈ ਕਿਉਂਕਿ ਤੁਸੀਂ ਪਹਿਲਾਂ ਹੀ ਕਹਿਤਾ ਕਿ ਖੁੱਲ੍ਹੀ ਕਿਤਾਬ ਹੈ। ਸੋ ਵੈਸੇ ਤਾਂ ਯੋਗਰਾਜ ਸਿੰਘ ਬਾਰੇ ਮੇਰੇ ਖਿਆਲ ਨਾਲ ਮੇਰੇ ਨਾਲੋਂ ਵੱਧ ਲੋਕ ਜਿਹੜੇ ਇਸ ਵਕਤ ਸੁਣ ਰਹੇ ਹੋਣਗੇ ਜਾਂ ਜਿਹੜੇ ਸਾਡੇ ਫੇਸਬੁੱਕ ਪੇਜ 'ਤੇ ਇਸ ਵਕਤ ਲਾਈਵ ਜੁੜੇ ਹੋਏ ਨੇ ਉਹ ਦੇਖ ਰਹੇ ਹੋਣਗੇ, ਉਹਨਾਂ ਨੂੰ ਪਤਾ ਹੋਣੀ ਹੈ ਜੀ ਕਿ ਯੋਗਰਾਜ ਸਿੰਘ ਅਸਲ ਦੇ ਵਿੱਚ ਕੀ ਸ਼ਖਸੀਅਤ, ਕਿੱਥੋਂ ਕਿੱਥੇ ਤੱਕ ਹੈ। ਆਪਾਂ ਸਭ ਤੋਂ ਪਹਿਲਾਂ ਤੁਹਾਡੇ ਕਰੀਅਰ ਤੋਂ ਹੀ ਸਟਾਰਟ ਕਰਦੇ ਹਾਂ ਜੀ, ਬਾਅਦ 'ਚ ਤਾਰਾ ਮੀਰਾ ਮੂਵੀ ਦੀ ਵੀ ਗੱਲਾਂ ਕਰਾਂਗੇ। ਹਾਂਜੀ। ਇੱਕ ਟੈਸਟ ਮੈਚ, 6 ODI, ਫਸਟ ਕਲਾਸ ਕ੍ਰਿਕਟ, ਰੱਜ ਰੱਜ ਕੇ ਔਰ ਸਾਲਾਂ ਦੀ ਮਿਹਨਤ ਔਰ ਇੱਕ ਐਥਲੀਟਿਕ ਜਿਹੜਾ ਇੱਕ ਅੰਦਰ ਇੱਕ ਐਥਲੀਟ ਹੁੰਦਾ ਨਾ, ਉਹ ਕਦੇ ਤੁਸੀਂ ਮਾਰਨ ਹੀ ਨਹੀਂ ਦਿੱਤਾ ਖੈਰ, ਹੈ ਨਾ। ਪਰ ਐਜ਼ ਅ ਕ੍ਰਿਕਟਰ ਯੋਗਰਾਜ ਸਿੰਘ ਆਪਣੇ ਆਪ ਨੂੰ ਦੇਖਦੇ ਹੋ ਤੁਸੀਂ, ਜਾਂ ਐਜ਼ ਅ ਐਕਟਰ ਕਿਹੜੇ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਕੰਫਰਟੇਬਲ ਮਹਿਸੂਸ ਕੀਤਾ ਸੀ ਜਾਂ ਕਰ ਰਹੇ ਹੋ? ਮੇਰੇ ਲਈ ਅੱਜ ਵੀ ਕ੍ਰਿਕਟ ਮੇਰੀ ਜਿੰਦ ਜਾਨ ਹੈ, ਮੇਰੀ ਰੂਹ ਦੀ ਖੁਰਾਕ ਹੈ, ਮੈਂ ਉਹਦੇ ਬਗੈਰ ਰਹਿ ਨਹੀਂ ਸਕਦਾ। ਸ਼ਾਇਦ ਇਸੇ ਕਰਕੇ 5-10 ਸਾਲਾਂ ਬਾਅਦ ਮੈਨੂੰ ਵਾਪਸ ਚੰਡੀਗੜ੍ਹ ਦੇ ਵਿੱਚ DAV ਕਾਲਜ ਕੋਚ ਬਣਾ ਦਿੱਤਾ ਗਿਆ ਹੈ ਔਰ ਕਾਫੀ ਬੱਚੇ ਮੇਰੇ ਨਾਲ, ਮੈਂ ਟ੍ਰੇਨ ਕਰ ਰਿਹਾ 8-9 ਘੰਟੇ। ਪਹਿਲੀ ਵਾਰੀ ਬੱਚਿਆਂ ਨੇ ਆ ਕੇ ਦੇਖਿਆ ਕਿ ਕੋਚਿੰਗ ਇਸ ਤਰ੍ਹਾਂ ਵੀ ਹੁੰਦੀ ਹੈ, ਜਿੱਥੇ ਰਾਜਾ ਅਤੇ ਰੰਕ ਦੀ ਟ੍ਰੀਟਮੈਂਟ ਇੱਕੋ ਜਿਹੀ ਹੁੰਦੀ ਹੈ। ਤੁਸੀਂ UV ਦੀ ਡਾਕੂਮੈਂਟਰੀ ਸੁਣੀ ਹੋਊਗੀ ਤਾਂ ਮੈਨੂੰ UV ਨੇ ਪੁੱਛਿਆ, ਕਹਿੰਦੇ ਪਾਪਾ ਸਭ ਤੋਂ ਅੱਛੀ ਗੱਲ ਡਾਕੂਮੈਂਟਰੀ 'ਚ ਕੀ ਲੱਗੀ? ਮੈਂ ਕਿਹਾ ਬੇਟਾ ਜੇ ਜਿਹੜੀ ਤੂੰ ਆਹ ਗੱਲ ਕਹੀ ਹੈ ਨਾ ਕਿ ਮੇਰੇ ਫਾਦਰ ਨੇ ਇੱਕ ਚੀਜ਼ ਬੜੀ ਚੰਗੀ ਕੀਤੀ ਅਤੇ ਮੇਰੇ 'ਚ ਅਤੇ ਦੂਜਿਆਂ ਡਿਫੈਂਸ਼ੀਏਟ ਨਹੀਂ ਕੀਤਾ, ਤੁਸੀਂ ਇੱਦਾਂ ਕਰੋ। ਸ਼ਾਇਦ ਤੁਸੀਂ ਸੁਣਿਆ ਹੋਵੇ, ਤੁਸੀਂ ਰਿਕਾਰਡ ਵੀ ਕੀਤਾ ਹੋਵੇ, ਤੁਸੀਂ ਅੱਜ ਵੀ ਸੁਣੋ। ਆਈ ਥਿੰਕ ਦੈਟ ਵਾਜ਼ ਅ ਬਿਗੈਸਟ ਕੰਪਲੀਮੈਂਟ। ਜਿੱਥੇ ਤੱਕ ਤੁਸੀਂ ਮੇਰੇ ODI ਜਾਂ ਕ੍ਰਿਕਟ ਖੇਲਣ ਦੀ ਗੱਲ ਕੀਤੀ, ਆਈ ਥਿੰਕ ਹਰ ਚੀਜ਼ ਇੱਕ ਐਕਸੀਡੈਂਟ ਹੁੰਦਾ ਜ਼ਿੰਦਗੀ ਦੇ ਵਿੱਚ। ਮੈਨੂੰ ਕਿਤੇ ਨਾ ਕਿਤੇ ਯਕੀਨ ਹੋਣ ਲੱਗ ਗਿਆ ਸੀ ਜਦ ਮੇਰੇ ਪਿਤਾ ਜੀ ਢਿੱਲੇ ਹੋ ਗਏ ਕਾਫੀ 81 ਦੇ ਵਿੱਚ, ਕਿ ਮੈਂ ਸ਼ਾਇਦ ਬਾਹਲਾ ਲੰਬਾ ਚਿਰ ਨਹੀਂ ਖੇਡ ਸਕਾਂਗਾ। ਕਿਉਂਕਿ ਮੇਰੇ ਮਾਤਾ ਜੀ ਮੈਨੂੰ ਹਮੇਸ਼ਾ ਕਹਿੰਦੇ ਸੀ, ਬੇਟਾ ਅਸੀਂ ਤੈਨੂੰ ਬੜਾ ਮੁਸ਼ਕਿਲ ਮੰਗ ਕੇ ਗੁਰੂਆਂ ਤੋਂ ਲਿਆ, ਸੰਤਾਂ ਤੋਂ ਲਿਆ, ਅਤੇ ਇਸ ਕਰਕੇ ਤੈਨੂੰ ਲੁੱਕ ਆਫਟਰ ਕਰਨਾ ਬਹੁਤ ਜ਼ਰੂਰੀ ਹੈ। ਅਤੇ ਮੈਂ ਆਪਣੇ ਮਾਤਾ ਜੀ ਨੂੰ ਹਮੇਸ਼ਾ ਕਹਿੰਦਾ ਸੀ, ਮੈਂ ਕਿਹਾ ਮਾਂ ਮੇਰੇ ਚੰਗੇ ਕਰਮ ਹੈ, ਪਹਿਲੀ ਗੱਲ ਤਾਂ ਤੁਹਾਡੇ ਮਾਂ ਬਾਪ ਦੇ ਘਰ ਇਹੋ ਜਿਹੇ ਮਾਂ ਬਾਪ, ਇਹੋ ਜਿਹੇ ਦੇਵਤਿਆਂ ਦੇ ਘਰੇ ਮੈਂ ਪੈਦਾ ਹੋਇਆ, ਪਰ ਮੈਂ ਜ਼ਿੰਦਗੀ ਕੁਛ ਦੂਸਰਿਆਂ ਵਾਸਤੇ ਕਰਨਾ ਚਾਹੁੰਦਾ ਆਪਣੇ ਤੋਂ ਇਲਾਵਾ। ਸੋ ਕ੍ਰਿਕਟ ਜਿਹੜੀ ਸੀ ਉਹ ਮੇਰੇ ਫਾਦਰ ਨਹੀਂ ਸੀ ਚਾਹੁੰਦੇ ਮੈਂ ਕ੍ਰਿਕਟ ਖੇਲਾਂ, ਪਰ ਮੈਂ ਐਥਲੀਟ ਸੀਗਾ। ਸੋ ਬੇਸਿਕਲੀ ਉਹ ਅਥਲੈਟਿਕਸ ਤੋਂ ਕ੍ਰਿਕਟ ਟ੍ਰਾਂਸਫਰ ਹੋ ਗਈ, ਬਟ ਉਹ ਹਮੇਸ਼ਾ ਹੀ ਮੇਰੇ ਦਿਲ ਦੇ ਹਮੇਸ਼ਾ ਹੀ ਕਲੋਜ਼ ਰਹਿੰਦੀ ਹੈ। ਹਾਂ, ਇਹ ਮਲਾਲ ਮੈਨੂੰ ਜ਼ਿੰਦਗੀ 'ਚ ਹਮੇਸ਼ਾ ਰਿਹਾ
ਕਿ ਮੇਰੇ ਨਾਲ ਇਨਜਸਟਿਸ ਹੋਈ, ਪਰ ਮੈਂ ਜ਼ਿਆਦਾ ਕੰਪਲੇਂਟ ਨਹੀਂ ਕਰਦਾ ਕਿਉਂਕਿ ਜੋ ਤੁਧ ਭਾਵੇ ਸੋਈ ਭਲੀ ਕਾਰ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਉਹਦਾ ਹੁਕਮ ਨਹੀਂ ਸੀ, ਉਹ ਹੋਇਆ ਨਹੀਂ, ਉਹਨੇ ਉਹ ਯੂਵੀ 'ਚ ਦੇਤਾ, ਅਤੇ ਉਹਦਾ ਹੁਕਮ ਸੀ ਭਾਈ ਤੂੰ ਐਕਟਰ ਬਣਨਾ, ਅਤੇ ਉਹਨੇ ਮੈਨੂੰ ਐਕਟਿੰਗ ਦੇਤਾ, ਅਤੇ ਹੋਰ ਆਪਾਂ ਰੱਬ ਤੋਂ ਕੀ ਮੰਗੀਏ। ਮੈਂ ਤਾਂ ਕੋਟਨ ਕੋਟ ਧੰਨਵਾਦ ਸ਼ੁਕਰਾਨਾ ਕਰਦਾ ਉਸ ਖੁਦਾ। ਵੈਸੇ ਆਪਾਂ ਕ੍ਰਿਕਟ ਦੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹਾਂ, ਕ੍ਰਿਕਟ ਦੇ ਉੱਤੇ ਲੰਬੀ ਗੱਲਬਾਤ ਚੱਲ ਸਕਦੀ ਹੈ। ਜਿਸ ਤਰ੍ਹਾਂ ਅਸੀਂ ਆਫ ਦੀ ਰਿਕਾਰਡ, ਵੈਸੇ ਮੈਂ ਦੱਸ ਦਿੰਦਾ ਕਿ ਅਸੀਂ ਜਦ ਕਰ ਰਹੇ ਸੀਗੇ, ਮੈਂ ਯੋਗਰਾਜ ਭਾਅ ਜੀ ਤੋਂ ਥੋੜ੍ਹਾ ਜਿਹਾ ਕੁਛ ਸਮਝਣਾ ਚਾਹ ਰਹੇ ਸੀ, ਮੈਂ ਤੁਹਾਡੇ ਤੋਂ ਲਾਈਫ ਲੈਸਨ ਲੈਣਾ ਚਾਹ ਰਿਹਾ ਸੀ ਅਸਲ 'ਚ। ਤੁਸੀਂ ਇੱਕ ਚੱਲਦੀ ਫਿਰਦੀ ਕਿਤਾਬ ਹੋ ਜੀ, ਐਨਸਾਈਕਲੋਪੀਡੀਆ, ਸੋ ਇੰਨਾ ਕੁਛ ਭਰ ਕੇ ਰੱਖਿਆ ਹੋਇਆ ਆਪਣੇ ਅੰਦਰ, ਮੈਂ ਕਿਹਾ ਥੋੜ੍ਹਾ ਜਿਹਾ ਇੱਕ ਗਾਗਰ ਅਸੀਂ ਵੀ ਭਰ ਲਈਏ, ਆਪਣੇ ਸਾਹ ਇੱਕੋ ਜਿਹੀ ਹੈ ਥੋੜ੍ਹੀ ਜਿਹੀ ਇਸ ਤਰੀਕੇ ਨਾਲ। ਤੁਹਾਡਾ ਦਰਾਹਾ ਕਨੇਚ ਤੋਂ? ਹਾਂਜੀ, ਕਨੇਚ ਪਿੰਡ ਹੈ। ਮੈਂ ਖੰਨੇ ਤੋਂ ਹਾਂ। ਵਾਹ ਜੀ, ਜ਼ਿਲ੍ਹਾ ਇੱਕੋ ਹੀ ਹੋਇਆ ਆਪਣਾ। ਜੱਟ ਦੀ ਤਾਂ ਵੱਟ ਸਾਂਝੀ ਹੋ ਜੇ ਤਾਂ ਨਹੀਂ ਮਾਣ, ਆਪਾਂ ਤਾਂ ਪਿੰਡ ਸਾਂਝਾ ਕਰੀ ਫਿਰਦੇ। ਅੱਛਾ, ਇਹ ਇਹੀ ਡਾਇਲੋਗ ਹੈ ਜੀ ਜਿਹਨਾਂ ਦੇ ਅਸੀਂ ਮੁਰੀਦ ਹੈ ਭਾਜੀ। ਇਹ ਉਹ ਦੌਰ ਸੀਗਾ ਮੇਰੇ ਖਿਆਲ ਨਾਲ 80 ਬਟਵਾਰਾ ਤੋਂ ਸ਼ੁਰੂ ਹੋਇਆ ਹੋਇਆ 83 ਤੋਂ, ਹੈ ਨਾ, ਹੁਣ ਤੱਕ ਉਹ ਚੱਲ ਰਿਹਾ। ਤੁਸੀਂ ਯੂਵੀ ਦਾ ਜ਼ਿਕਰ ਕੀਤਾ, ਕ੍ਰਿਕਟ ਦੀ ਆਪਾਂ ਗੱਲ ਬਾਅਦ 'ਚ ਕਰਦੇ ਹਾਂ, ਪਰ ਯੁਵਰਾਜ ਸਿੰਘ ਦਾ ਤੁਸੀਂ ਜ਼ਿਕਰ ਕੀਤਾ, ਸੋ ਮੈਨੂੰ ਇਹ ਪਤਾ ਚੱਲਿਆ, ਖੁਫੀਆ ਰਿਪੋਰਟ ਹੈ ਕਿ ਯੂਵੀ ਨੇ ਤੁਹਾਨੂੰ ਫੋਨ ਕਰਕੇ ਕਿਹਾ ਸੀ ਪਾਪਾ ਦੇਖ ਲਓ, ਮੈਂ ਤੁਹਾਨੂੰ ਸਾਰੀ ਉਮਰ ਕਹਿੰਦਾ ਰਿਹਾ ਨਾ ਤੁਸੀਂ ਹਿਟਲਰ ਹੋ, ਤੁਸੀਂ ਫਿਲਮ 'ਚ ਸਾਬਤ ਕਰਤਾ। ਰਜੀਵ ਜੀ ਨੂੰ ਗੱਲ ਕਹੀ, ਮੈਂ ਕਿਹਾ ਰਜੀਵ ਭਾਅ ਜੀ ਇੱਕ ਕੰਮ ਤੁਸੀਂ ਬਹੁਤ ਚੰਗਾ ਕੀਤਾ, ਤੁਸੀਂ ਉਹ ਪ੍ਰੂਵ ਕਰਤਾ। ਮੈਂ ਕਿਹਾ ਜੋ ਯੂਵੀ ਨੇ ਕਿਹਾ ਸੀਗਾ, ਮੈਂ ਹਾਂ ਜਿੱਦਣ ਉਹ ਟ੍ਰੇਲਰ ਦੇਖਿਆ ਅਤੇ ਉਹਨਾਂ ਬੜਾ ਹੱਸਿਆ, ਹੱਸ ਕੇ ਅਤੇ ਮੈਨੂੰ ਫੋਨ ਕਰਕੇ ਕਹਿੰਦਾ, ਕਹਿੰਦਾ ਪਾਪਾ ਮੈਂ ਗਲਤ ਨਹੀਂ ਸੀ, ਕਹਿੰਦਾ ਸਾਰੀ ਦੁਨੀਆ ਕਹਿੰਦੀ ਹੈ। ਮੈਂ ਹਾਂ ਚੱਲ ਯਾਰ ਅਸੀਂ ਖਿਤਾਬ ਕਬੂਲ ਕਰ ਲੈਂਦੇ ਹਾਂ, ਪਰ ਮੈਂ ਇੱਕ ਗੁੱਡ ਹਿਟਲਰ ਹਾਂ, ਮੈਂ ਉਹ ਹਿਟਲਰ ਨਹੀਂ ਜਿਹਨੇ ਦੁਨੀਆ ਬਰਬਾਦ ਕੀਤੀ ਹੈ। ਸਰ ਆਈ ਐਮ ਹੈਪੀ ਟੂ ਹੈਵ ਦਿਸ ਟੈਗ, ਨੋ ਪ੍ਰੋਬਲਮ ਸਰ। ਤੁਸੀਂ ਰਾਜੀਵ ਭਾਅ ਜੀ ਦਾ ਜ਼ਿਕਰ ਕੀਤਾ, ਰਾਜੀਵ ਢਿੰਗਰਾ ਜਿਹੜੇ ਇਸ ਤਾਰਾ ਮੀਰਾ ਫਿਲਮ ਦੇ ਡਾਇਰੈਕਟਰ ਨੇ ਜੀ, ਜਦੋਂ ਉਹਨਾਂ ਨਾਲ ਮੇਰੀ ਗੱਲ ਚੱਲਦੀ ਸੀ ਉਹ ਕਹਿੰਦੇ ਕਿ, ਮੈਂ ਕਿਹਾ ਯੋਗਰਾਜ ਸਿੰਘ ਭਾਅ ਜੀ ਨੂੰ ਜੇ ਡਿਫਾਈਨ ਕਰਨਾ ਹੋਵੇ ਕੋਈ ਇੱਕ ਲਾਈਨ ਦੇ ਵਿੱਚ, ਵੈਸੇ ਉਹ ਬੜਾ ਫਿਲਮੀ ਜਿਹਾ ਤਰੀਕਾ ਹੁੰਦਾ ਹੈ ਨਾ, ਪਰ ਉਹਨਾਂ ਨੇ ਕਰਤਾ, ਉਹਨਾਂ ਨੇ ਡਿਫਾਈਨ ਕਰਤਾ, ਉਹ ਕਹਿੰਦੇ ਯੋਗਰਾਜ ਭਾਅ ਜੀ ਹੈਗੇ ਨੇ ਅਸਲ ਦੇ ਵਿੱਚ ਇੱਕ ਨਾਰੀਅਲ, ਜਿਹੜਾ ਦਿਖਦਾ ਬਾਹਰੋਂ ਸਖਤ ਹੈ ਪਰ ਅੰਦਰੋਂ ਇੰਨੇ ਨਰਮ ਨੇ, ਕਹਿੰਦੇ ਉਹ, ਅਤੇ ਕਹਿੰਦੇ ਸਾਨੂੰ ਤਾਂ ਅਸੀਂ ਇਹੀ ਡਰਦੇ ਹੀ ਰਹੇ ਵੀ ਡਰ ਹੋਊਗਾ ਯੋਗਰਾਜ ਭਾਅ ਜੀ, ਕਹਿੰਦੇ ਪਰ ਕੋਈ ਡਰ ਨਹੀਂ ਸੀ। ਇੱਕ ਕੰਪਲੇਂਟ ਉਹਨਾਂ ਨੂੰ ਜ਼ਰੂਰ ਸੀ ਤੁਹਾਡੇ ਤੋਂ, ਕਹਿੰਦੇ ਉਹਨਾਂ ਨੇ ਕਦੇ ਕੋਈ ਕੰਪਲੇਂਟ ਹੀ ਨਹੀਂ ਕੀਤੀ। ਮੈਂ ਭਾਅ ਜੀ ਹਮੇਸ਼ਾ ਚਾਹੁੰਦਾ, ਤੁਹਾਨੂੰ ਬੇਟਾ ਆਖਦਾ ਜਾਂ ਭਾਅ ਜੀ ਆਖਾਂ, ਕੀ ਆਖਾਂ ਬੇਟਾ ਜੀ, ਕਿ ਕਦੇ ਕਿਸੇ ਦਾ ਕੋਈ ਦਿਲ ਨਾ ਦੁਖੇ। ਸਪੈਸ਼ਲੀ ਮੇਰੇ ਲਈ ਬੜਾ ਇੰਪੋਰਟੈਂਟ ਹੈ ਕਿ ਮੈਂ ਆਪਣੇ ਪ੍ਰੋਡਿਊਸਰਸ ਨੂੰ ਸੰਭਾਲ ਕੇ ਰੱਖਾਂ, ਮੇਰੇ ਪ੍ਰੋਡਿਊਸਰਸ ਦਾ ਨੁਕਸਾਨ ਨਾ ਹੋ ਜਾਵੇ, ਮੇਰੇ ਡਾਇਰੈਕਟਰ ਦਾ ਨੁਕਸਾਨ ਨਾ ਹੋ ਜਾਵੇ, ਫਿਲਮ ਦਾ ਨੁਕਸਾਨ ਨਾ ਹੋ ਜਾਵੇ, ਇਹ ਹਮੇਸ਼ਾ ਮੇਰੇ ਜ਼ਿਹਨ 'ਚ ਰਿਹਾ। ਔਰ ਮੈਂ ਜਿੰਨੀਆਂ ਵੀ ਫਿਲਮਾਂ ਕੀਤੀਆਂ ਨੇ, ਸਪੈਸ਼ਲੀ ਕੋਈ ਵੀ ਪਿਕਚਰ ਹੋਵੇ ਉਹਦਾ ਇਹ ਨਹੀਂ ਸਪੈਸ਼ਲ ਨਾ ਨਹੀਂ, ਕਿਉਂਕਿ ਮਾਂ ਨੂੰ ਸਾਰੇ ਬੱਚੇ ਇੱਕੋ ਜਿਹੇ ਹੁੰਦੇ, ਮੈਨੂੰ ਸਾਰੀਆਂ ਫਿਲਮਾਂ ਬਹੁਤ ਪਿਆਰੀਆਂ ਨੇ, ਮੇਰੇ ਦਿਲ ਦੇ ਬੜੇ ਕਰੀਬ ਨੇ। ਔਰ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਜੇ ਕਦੇ ਭੁੰਜੇ ਪੈਣਾ ਪੈ ਜਾਵੇ ਤਾਂ ਭੁੰਜੇ ਪੈ ਜਾਓ, ਜੇ ਰੋਟੀ ਨਹੀਂ ਮਿਲੀ ਤਾਂ ਕੋਈ ਗੱਲ ਨਹੀਂ, ਜੇ ਪਾਣੀ ਕਿਸੇ ਨੇ ਦੇਤਾ ਤਾਂ ਠੀਕ ਹੈ। ਆਈ ਮੀਨ ਮੈਂ ਉਹਨਾਂ 'ਚੋਂ ਹੈ ਨਹੀਂ, ਕਿਉਂਕਿ ਮੈਂ ਦੇਖਿਆ ਟਾਈਮ ਜਿਹੜਾ ਹੈਗਾ ਨਾ, ਜਦ ਤੁਹਾਨੂੰ ਰੱਬ ਬਹੁਤ ਵੱਡਾ ਟਾਈਮ ਦੇ ਦੇ, ਹਮੇਸ਼ਾ ਹੀ ਤੁਹਾਨੂੰ ਨਿਰਮਤਾ ਨੀਵੇਂ ਰਹਿਣਾ ਚਾਹੀਦਾ, ਔਰ ਸਭ ਨਾਲ ਹੱਥ ਜੋੜ ਕੇ ਚੱਲਣਾ ਚਾਹੀਦਾ। ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਪਿਕਚਰ ਚੰਗੀ ਬਣੇ, ਭਾਵਾਂ ਧੁੱਪ ਹੈ ਅਤੇ ਭਾਵਾਂ ਛਾਂ, ਮੈਨੂੰ ਆਪਣਾ ਕੰਮ ਕਰਨਾ ਚਾਹੀਦਾ। ਕਹਿੰਦਾ ਬੰਦਾ ਆਪਣੀ ਔਕਾਤ ਦੇ ਵਿੱਚ ਰਹੇ ਤਾਂ ਹੀ ਬੰਦਾ ਅਸਮਾਨਾਂ ਨੂੰ ਹੱਥ ਲਾ ਸਕਦਾ ਜੀ। ਪਰ ਇੱਕ ਗੱਲ ਇਹ ਵੀ ਹੈ ਜੀ ਸੈੱਟ ਦੇ ਉੱਤੇ ਭਾਅ ਜੀ, ਕਿ ਕਹਿੰਦੇ ਤੁਸੀਂ ਐਵੇਂ ਤਾਂ ਕੋਈ ਨਖਰਾ ਨਾਜ਼ ਨਖਰਾ ਤਾਂ ਨਹੀਂ ਸੀਗਾ, ਪਰ ਇੱਕ ਚੀਜ਼ ਜ਼ਰੂਰ ਹੈ ਕਿ ਫਿਟਨੈਸ ਨੂੰ ਲੈ ਕੇ ਤੁਸੀਂ ਕਿਵੇਂ ਇੰਨਾ ਫਿਟਨੈਸ ਫਰੀਕ ਬੰਦਾ ਕਿਵੇਂ ਹੋ ਸਕਦਾ। ਕਹਿੰਦੇ ਮੈਂ ਰਾਜੀਵ ਭਾਅ ਜੀ ਨਾਲ ਗੱਲ ਕਰ ਰਿਹਾ ਸੀ, ਕਹਿੰਦੇ ਜਦੋਂ ਉਹ ਐਕਸਰਸਾਈਜ਼ ਕਰਕੇ ਆਏ, ਕਹਿੰਦੇ ਮੈਂ ਕਿਹਾ ਭਾਅ ਜੀ ਤੁਸੀਂ ਆਰਨੋਲਡ ਸ਼ਵਾਜ਼ਨੇਗਰ ਨੂੰ ਮਾਤ ਦੇ ਰਹੇ ਹੋ ਇਸ ਵਕਤ, ਸ਼ਰਮ ਆਉਂਦੀ ਹੈ। ਕਹਿੰਦੇ ਸਾਨੂੰ ਤੁਹਾਡੇ ਕੋਲ ਖੜ ਕੇ ਵੀ, ਅਸੀਂ ਆਹ ਉਮਰ 'ਚ ਅੱਧੀ ਉਮਰ ਦੇ ਹੋ ਕੇ ਜਵਾਕ ਜਿਹੜੇ ਨੇ ਉਹ ਤੁਹਾਡੇ ਬਰਾਬਰ ਫਿਟਨੈਸ ਨਹੀਂ ਹੈਗੀ। ਕਈਆਂ ਨੂੰ ਨਸ਼ਾ ਜੀ, ਤਰ੍ਹਾਂ ਤਰ੍ਹਾਂ ਦੇ ਨਸ਼ੇ ਹੈਗੇ, ਲੋਕ ਕਰਦੇ ਆ, ਦਾਰੂਆਂ ਪੀਂਦੇ ਆ, ਹੋਰ ਸਮਾਨ ਖਾਂਦੇ ਪੀਂਦੇ ਆ। ਮੈਨੂੰ ਨਸ਼ਾ ਸ਼ੁਰੂ ਤੋਂ ਮੇਰੇ ਫਾਦਰ ਨੇ, ਆਇਰਿਸ਼ ਬ੍ਰਦਰ ਅਤੇ ਨਨਸ ਜਿਨ੍ਹਾਂ ਨਾਲ ਮੈਂ ਪੜ੍ਹਿਆ ਲਿਖਿਆ, ਇੰਨਾ ਜਵਾਨ ਹੋਇਆ, ਮੇਰੇ ਫਾਦਰ ਦੀ ਤਮੰਨਾ ਸੀ ਮੈਂ ਅੰਗਰੇਜ਼ੀ ਸਕੂਲ ਦੇ ਵਿੱਚ ਪੜ੍ਹਾਂ, ਤਾਂ 18 ਸਾਲ ਸੀ, ਉਹੀ ਕੁਛ ਸਿੱਖਿਆ ਕਿ ਫਿਟਨੈਸ ਸਭ ਤੋਂ ਵੱਡੀ ਚੀਜ਼ ਹੈ, ਸਪੋਰਟਸ ਇੰਪੋਰਟੈਂਟ ਹੈ। ਮੇਰੇ ਫਾਦਰ ਵੀ ਚਾਹੁੰਦੇ ਸੀਗੇ ਕਿ ਸਪੋਰਟਸ ਇੰਪੋਰਟੈਂਟ ਹੈ। ਮੈਂ ਹਮੇਸ਼ਾ ਇਹ ਗੱਲ ਕਰਦਾ ਹੁੰਦਾ ਕਿ ਬੱਚਾ ਉਹੀ ਬਣ ਜਾਂਦਾ ਜੋ ਮਾਂ ਬਾਪ ਨੂੰ ਬਣਾਉਣਾ ਚਾਹੁੰਦੇ। ਸੋ ਮਾਈ ਫਾਦਰ ਵਾਜ਼ ਵੈਰੀ ਸਟ੍ਰਿਕਟ, ਉਹ ਕਹਿੰਦੇ ਸੀ ਹੋਵੇ ਨਾ ਹੋਵੇ ਤੂੰ 4 ਵਜੇ ਉੱਠ ਕੇ ਭੱਜੇਗਾ 10 ਕਿਲੋਮੀਟਰ ਤਾਂ ਤੈਨੂੰ ਰੋਟੀ ਮਿਲੂਗੀ, ਤੂੰ ਡੰਡ ਮਾਰੇਗਾ ਤਾਂ ਤੈਨੂੰ ਰੋਟੀ ਮਿਲੂਗੀ, ਪੁਸ਼ਅਪਸ ਕਰੇਗਾ ਤਾਂ ਤੈਨੂੰ ਰੋਟੀ ਮਿਲੂਗੀ। ਸੀ ਆਈ ਥਿੰਕ ਉਹ ਚੀਜ਼ਾਂ ਤੁਹਾਡੇ 'ਚ ਇੰਡਕਟ ਹੁੰਦੀਆਂ ਨੇ। ਔਰ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਹਿਣਾ ਚਾਹੁੰਦਾ, ਲਿਸਨਰਸ ਨੂੰ ਵੀ ਕਹਿਣਾ ਚਾਹੁੰਦਾ, ਸਾਰੇ ਮੇਰੇ ਸਰੋਤਿਆਂ ਨੂੰ ਹੱਥ ਜੋੜ ਕੇ, ਕਿ ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਰੱਬ ਨੇ ਤੁਹਾਨੂੰ ਸਿਰਫ ਜਿਸਮ ਦੇ ਕੇ ਇਸ ਧਰਤੀ 'ਤੇ ਭੇਜਿਆ, ਨਾ ਕੱਪੜਾ, ਨਾ ਲੀੜਾ, ਨਾ ਪੈਸਾ, ਨਾ ਜਾਇਦਾਦ, ਕੁਛ ਨਹੀਂ ਭੇਜਿਆ। ਉਹਨੇ ਇੱਕ ਜਿਸਮ ਬਣਾਇਆ, ਜਿਸਮ 'ਚ ਸਾਰਾ ਬ੍ਰਹਿਮੰਡ ਭਰਤਾ,
ਇਹ ਅਮਾਨਤ ਉਸ ਖੁਦਾ ਦੀ ਹੈ, ਉਸ ਰੱਬ ਦੀ ਹੈ, ਉਹਨੂੰ ਐਜ਼ ਇਟ ਇਜ਼ ਵਾਪਸ ਕਰੋਗੇ ਤਾਂ ਖੁਸ਼ ਹੋਊਗਾ। ਔਰ ਉਹਨੂੰ ਵਾਪਸ ਕਰਨ ਵਾਸਤੇ ਇਸ ਜਿਸਮ ਨੂੰ ਤਰਾਸ਼ਣਾ ਪੈਂਦਾ, ਘੜਨਾ ਪੈਂਦਾ, ਤਪਾਉਣਾ ਪੈਂਦਾ। ਇਹ ਉਹ ਲੋਹਾ ਰੱਬ ਨੇ ਭੇਜਿਆ ਜਿਹਨੂੰ ਜਿੰਨਾ ਤਪਾਓਗੇ ਉਨਾ ਖੂਬਸੂਰਤ ਤੇ ਪ੍ਰਫੁੱਲਿਤ ਹੋਏਗਾ। ਮੇਰੇ ਚਾਰ ਬੱਚੇ, ਵਿਕਟਰ ਹੈ ਆਪਣਾ, ਜ਼ੋਰਾਵਰ ਹੈ, ਤੇ ਅਮਰਜੋਤ ਕੌਰ ਮੇਰੀ ਬੇਟੀ ਹੈ, ਕਿਉਂਕਿ ਧੀ ਬਗੈਰ ਤਾਂ ਫੈਮਿਲੀ ਕੰਪਲੀਟ ਹੀ ਨਹੀਂ ਹੁੰਦੀ। ਇਹ ਮੈਂ ਰਿਅਲਾਈਜ਼ ਕੀਤਾ, ਔਰ ਮੈਂ ਹਮੇਸ਼ਾ ਇਹੀ ਕਹਿੰਦਾ ਕਿ ਜਿਸ ਘਰ 'ਚ ਧੀ ਹੈ ਨਹੀਂ ਉਹ ਘਰ ਬੜਾ ਅਧੂਰਾ ਲਾਈਫ ਦੇ ਵਿੱਚ। ਸੋ ਸਾਰੇ ਬੱਚਿਆਂ ਨਾਲ ਇੱਦਾਂ ਹੀ ਹੋ ਰਹੀ ਹੈ, ਉਹਨਾਂ ਨਾਲ ਇਹੀ ਘਾਲਣਾ ਘਟੀ ਜਾ ਰਹੀ ਹੈ ਜਿਹੜੀ ਯੂਵੀ ਨਾਲ ਹੋਈ ਸੀ। ਯੂਵੀ ਕਈ ਵਾਰੀ ਆਪਣੀ ਭੈਣ ਭਰਾਵਾਂ ਨੂੰ ਪਿਆਰ ਬਹੁਤ ਕਰਦਾ, ਕਹਿ ਦਿੰਦਾ ਉਹ ਪਾਪਾ ਪੂਅਰ ਕਿਡਸ ਤੁਸੀਂ ਨਾ ਕਰੋ। ਮੈਂ ਕਿਹਾ ਭਾਈ ਇਹ ਤਾਂ ਹੀ ਚੱਲਣਾ ਜਦ ਤੱਕ ਮੈਂ ਜਿਉਣਾ। ਆਈ ਵਾਂਟ ਟੂ ਹੈਵ ਮੋਰ ਐਂਡ ਮੋਰ ਲੈਜੈਂਡਸ, ਔਰ ਮੈਂ ਦੇਣਾ ਚਾਹੁੰਦਾ ਦੁਨੀਆਂ ਨੂੰ। ਮੇਰੀ ਡਰੀਮ ਹੈ ਮੇਰੀ ਡਾਟਰ ਇੱਕ ਦਿਨ ਵਿੰਬਲਡਨ ਜਿੱਤ ਕੇ ਆਵੇ, ਵਿਕਟਰ ਇੱਕ ਬਹੁਤ ਵੱਡਾ ਐਕਟਰ ਬਣੇ, ਜ਼ੋਰਾ ਇੱਕ ਬਹੁਤ ਵੱਡਾ ਬਿਜ਼ਨਸਮੈਨ ਬਣੇ। ਸੋ ਆਈ ਥਿੰਕ ਇਹ ਬੜਾ ਇੰਪੋਰਟੈਂਟ ਹੈ ਕਿ ਤੁਸੀਂ ਆਪਣੀ ਫੈਮਿਲੀ ਜੋ ਕਰਦੇ ਹੋ ਬਾਹਰ ਤੁਸੀਂ ਲੈ ਕੇ ਜਾਂਦੇ ਹੋ, ਨਹੀਂ ਕਈ ਘਰ 'ਚ ਕੁਛ ਹੋ ਰਿਹਾ ਹੁੰਦਾ ਕਹਿੰਦੇ ਕੁਛ ਨਹੀਂ ਤੇ ਬਾਹਰ ਕਰਦੇ ਕੁਛ ਨਹੀਂ। ਸੋ ਦੈਟ ਇਜ਼ ਨੋਟ ਟੂ ਬੀ ਫੈਮਿਲੀ ਲੈਗੇਸੀ ਨੂੰ ਤੁਸੀਂ ਕੰਟੀਨਿਊ ਰੱਖਿਆ ਜਿਹੜਾ। ਹਾਂ, ਇੱਕ ਹੋਰ ਗੱਲ ਮੈਂ ਸਰ ਤੁਹਾਡੇ ਨਾਲ ਕਰਨਾ ਚਾਹੁੰਦਾ, ਦੁਨੀਆਂ ਨੂੰ ਵੀ ਦੱਸਣਾ ਚਾਹੁੰਦਾ, ਜਾਇਦਾਦ ਤਾਂ ਪਿਓ ਪੁੱਤਾਂ ਅਤੇ ਧੀਆਂ ਵਾਸਤੇ ਨਾ ਬਣਾਇਆ ਕਰੋ, ਜਾਇਦਾਦ ਇਕੱਠੀ ਨਾ ਕਰਿਆ ਕਰੋ, ਪੈਸੇ ਇਕੱਠੇ ਕਰਨ ਦੀ ਕੋਈ ਲੋੜ ਨਹੀਂ। ਧੀਆਂ ਪੁੱਤਰਾਂ ਨੂੰ ਇਹੋ ਕੁ ਬਣਾ ਦਿਓ, ਇਹੋ ਜਿਹਾ ਵਧੀਆ ਬਣਾ ਦਿਓ, ਆਪਣੀ ਕਮਾਈ ਆਪ ਕਰਨਗੇ ਜਿਵੇਂ ਯੂਵੀ ਨੇ ਕੀਤੀ ਹੈ। 19 ਸਾਲ ਤੱਕ ਜੋ ਉਹਨੂੰ ਮੈਂ ਦਿੱਤਾ ਦਿੱਤਾ, ਬਟ ਜੋ ਉਹਨੇ ਜ਼ਿੰਦਗੀ 'ਚ ਕਮਾਇਆ ਆਪਣੀ ਲਹੂ ਲੁਹਾਣ ਜਿਹੜੀ ਮਿਹਨਤ ਕਰਕੇ, ਉਹ ਉਹਦੇ ਨਾਲ ਕੀਤਾ। ਸੋ ਆਈ ਥਿੰਕ ਇਟ ਇਜ਼ ਬੈਟਰ ਟੂ ਐਜੂਕੇਟ ਦ ਕਿਡਸ ਔਰ ਮੇਕ ਦੈਮ ਸਪੋਰਟਸ ਓਰੀਐਂਟਡ, ਉਹ ਕਦੇ ਜ਼ਿੰਦਗੀ 'ਚ ਮਾਰ ਨਹੀਂ ਖਾਣਗੇ, ਮੇਰਾ ਤਜਰਬਾ ਹੈ। ਮੈਂ ਨਾ ਭਾਜੀ ਵੈਸੇ ਮੈਂ ਸੈਂਸਿਟਿਵ ਹੈ ਇਸ ਮੁੱਦੇ ਨੂੰ ਲੈ ਕੇ, ਪਰ ਪਤਾ ਨਹੀਂ ਮੈਂ ਕਿਉਂ, ਮੈਂ ਕਿਹਾ ਚਲੋ ਉਹ ਤੋਂ ਬਿਨਾਂ ਇੰਟਰਵਿਊ ਥੋੜ੍ਹੀ ਜਿਹੀ ਅਧੂਰੀ ਜਿਹੀ ਨਾ ਲੱਗੇ। ਯੂਵੀ ਦੀ ਬੈਟਲ ਅਗੇਂਸਟ ਕੈਂਸਰ ਨੂੰ ਤੁਸੀਂ ਕਿਸ ਤਰ੍ਹਾਂ ਹੰਡਾਇਆ ਆਪਣੇ ਆਪ ਦੇ ਉੱਤੇ? ਮੈਂ ਕਿਉਂਕਿ ਉਹਨਾਂ ਦੇ ਪ੍ਰਸਪੈਕਟਿਵ ਤੋਂ ਸਭ ਨੇ ਸਮਝਣਾ ਚਾਹਿਆ, ਤੁਹਾਡਾ ਮੈਂ ਸਮਝਣਾ ਚਾਹੁੰਦਾ ਕਿਸ ਤਰ੍ਹਾਂ ਦੇਖਿਆ। ਮੈਂ ਉਸ ਗੁਰੂ ਦਾ ਚੰਡਿਆ ਹੋਇਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ, ਬਾਬਾ ਦੀਪ ਸਿੰਘ ਜੀ ਦਾ ਪੁੱਤਰ ਹਾਂ। ਗੁਰੂ ਘਰ ਦਾ ਕੁੱਕਰ ਮੇਰੇ ਕੜਾ ਪਾਇਆ, ਕੁੱਤਾ ਉਸ ਘਰ ਦਾ, ਮੈਂ ਮਾਲਕ ਵੱਲ ਦੇਖਦਾ। ਔਰ ਉਸ ਗੁਰੂ ਨੇ ਚੰਡ ਕੇ ਮੈਨੂੰ ਇਹ ਦੱਸਿਆ, ਚਾਰ ਮੂਹੇ ਤੋਂ ਕਿਹਾ ਹੋਆ ਮੇਰੇ ਜੀਵਤ ਕਈ ਹਜ਼ਾਰ। ਮੇਰੇ ਗੁਰੂ ਨੇ, ਮੇਰੇ ਪਿਤਾ ਨੇ, ਮੇਰੇ ਗੁਰੂ ਘਰ ਨੇ, ਸਾਰਾ ਗੁਰੂ ਘਰ ਕੁਰਬਾਨ ਕਰਤਾ, ਬੱਚੇ ਕੁਰਬਾਨ ਕਰਤੇ। ਕਿਹਦੇ ਪਿੱਛੇ ਕਰਤੇ? ਦੇਸ਼ ਪਿੱਛੇ ਕਰਤੇ, ਕੌਮ ਪਿੱਛੇ ਕਰਤੇ। ਜੇ ਮੇਰਾ ਪੁੱਤਰ ਕ੍ਰਿਕਟ ਖੇਡਦਾ, ਇਸ ਦੁਨੀਆਂ 'ਚ ਨਾ ਕਮਾਉਂਦਾ, ਚਲਾ ਵੀ ਜਾਂਦਾ ਤਾਂ ਮੈਨੂੰ ਬਹੁਤ ਫਕਰ ਹੁੰਦਾ। ਲੇਕਿਨ ਰੱਬ ਨੇ ਉਹਦੇ ਵਾਸਤੇ ਕੁਛ ਹੋਰ ਲਿਖਿਆ ਸੀ। ਮੇਰੀ ਅੱਖ 'ਚ ਕਦੇ ਅੱਥਰੂ ਨਹੀਂ ਆਇਆ, ਲੇਕਿਨ ਦੁੱਖ ਮੈਨੂੰ ਇਸ ਗੱਲ ਦਾ ਹੋਇਆ ਕਿ ਜਿਹੜੀ ਚੀਜ਼ ਜਲਦੀ ਐਡਿਕਟ ਪਤਾ ਲੱਗ ਗਿਆ ਸੀ ਉਹਦਾ ਇਲਾਜ ਹੋਣਾ ਚਾਹੀਦਾ ਸੀ। ਬਟ ਐਨੀਵੇ, ਜੋ ਵੀ ਹੈ, ਉਹਦੇ ਨਾਲ ਮੇਰੀ ਇੱਕ ਵਾਰੀ ਗੱਲ ਹੋਈ ਜਿਹੜੀ ਮੈਂ ਹੁਣ ਦੁਨੀਆਂ ਨਾਲ ਸਾਂਝੀ ਕਰਨਾ ਚਾਹੁੰਦਾ। ਮੈਂ ਕਈ ਵਾਰੀ ਕਹੀ ਵੀ ਹੈ, ਔਰ ਬੜੀ ਕਮਾਲ ਦੀ ਗੱਲ ਹੈ, ਮੈਨੂੰ ਫੋਨ ਕੀਤਾ ਮੈਨੂੰ ਡਾਕਟਰ ਬਖਸ਼ੀ ਨੇ, ਆਖਿਆ ਕਿਸ ਤਰ੍ਹਾਂ ਦੇ ਬਾਪ ਹੋ ਤੁਸੀਂ, ਤੁਹਾਡਾ ਬੇਟਾ ਕੈਂਸਰ ਨਾਲ ਜੂਝ ਰਿਹਾ, ਤੂੰ ਖੇਡ ਰਿਹਾ, ਤੁਸੀਂ ਰੋਕਦੇ ਕਿ ਨਹੀਂ ਉਹਨੂੰ? ਮੈਂ ਕਿਹਾ ਗੱਲ ਇਹ ਹੈ ਵੀ ਮੈਂ ਉਹਦੇ ਨਾਲ ਅੱਜ ਗੱਲ ਕਰਕੇ ਤੈਨੂੰ ਜਵਾਬ ਦੇਵਾਂਗਾ, ਤੈਨੂੰ ਫੋਨ ਕੀਤਾ ਅਤੇ ਸੁਣੋ ਮੈਂ ਕੀ ਕਹਿ ਰਿਹਾ। ਮੈਂ ਕਿਹਾ ਬੇਟਾ ਛੱਡ ਵਰਲਡ ਕੱਪ ਨੂੰ, ਆਪਾਂ ਇਲਾਜ ਕਰਾ ਲਈਏ, ਤੇਰੀ ਸਿਹਤ ਮੈਨੂੰ ਚਾਹੀਦੀ ਹੈ, ਤਾਂ ਫਿਰ ਕ੍ਰਿਕਟ ਫਿਰ ਖੇਡ ਲਾਂਗੇ। ਉਹ ਮੈਨੂੰ ਜਵਾਬ ਕੀ ਦਿੰਦਾ? ਕਹਿੰਦਾ ਪਾਪਾ ਤੁਸੀਂ ਉਹਨੂੰ ਜਿਸ ਤਿਆਰ ਕੀਤਾ ਨਾ, ਮੌਤ ਅਤੇ ਜ਼ਿੰਦਗੀ ਨਾਲ ਲੜਨ ਦਾ ਸਬਕ ਸਿਖਾਇਆ। ਮੈਂ ਮੌਤ ਤੋਂ ਨਹੀਂ ਡਰਦਾ, ਪਰ ਇੱਕ ਦੁਆ ਰੱਬ ਨੂੰ ਜ਼ਰੂਰ ਕਰਨਾ ਕਿ ਜੇ ਮੇਰੀ ਮੌਤ ਹੋਵੇ ਤਾਂ ਗਰਾਊਂਡ ਦੇ ਵਿੱਚ ਹੋਵੇ, ਪਰ ਵਰਲਡ ਕੱਪ ਮੇਰੇ ਦੇਸ਼ ਤਾਂ ਮੇਰੇ ਹੱਥ 'ਚ ਹੋਵੇ। ਪਹਿਲੀ ਵਾਰੀ ਮੈਂ ਚੋਕ ਹੋਇਆ ਉਦੋਂ, ਮੈਂ ਆਪਣੇ ਨੂੰ ਹੋਲਡ ਕੀਤਾ ਔਰ ਮੈਂ ਉਹਨੂੰ ਸਲੂਟ ਕੀਤਾ। ਮੈਂ ਕਿਹਾ ਧੰਨ ਹੈ, ਅਤੇ ਗੁਰੂ ਮਹਾਰਾਜ ਦੇ ਚਰਨਾਂ ਜਾ ਕੇ ਅਰਦਾਸ ਕੀਤੀ। ਮੈਂ ਕਿਹਾ ਮਹਾਰਾਜ ਮੰਗਿਆ ਤਾਂ ਪੁੱਤ ਸੀ, ਪਰ ਇਹੋ ਜਿਹਾ ਪੁੱਤ ਤੁਸੀਂ ਭੇਜ ਦਿਓਗੇ? ਮੈਂ ਕਿਹਾ ਮੈਂ ਧੰਨ ਹੋ ਗਿਆ। ਸੋ ਆਈ ਥਿੰਕ ਇਹੋ ਜਿਹੇ ਜਜ਼ਬਾਤ ਜਿਹੜੇ ਹੈ ਉਹ ਜ਼ਿੰਦਗੀ 'ਚ ਇਸ ਤਰ੍ਹਾਂ ਹੀ ਹੋਣੇ ਚਾਹੀਦੇ। ਆਪਣੇ ਫੌਜੀ ਜਾਂਦੇ ਨੇ, ਸਰਹੱਦਾਂ 'ਤੇ ਲੜਦੇ ਨੇ, ਕਿੰਨੀ ਗੋਲੀਆਂ ਛਾਤੀਆਂ 'ਤੇ ਖਾਂਦੇ ਨੇ, ਆਪਣੇ ਦੇਸ਼ ਪਿੱਛੇ, ਆਪਣੀ ਕੌਮ ਪਿੱਛੇ। ਅਤੇ ਜੇ ਇੱਕ ਪਲੇਅਰ ਆਪਣਾ ਕਰਮ ਕਰਦਾ ਹੋਇਆ ਇਸ ਦੁਨੀਆਂ 'ਚੋਂ ਚਲਾ ਵੀ ਜਾਂਦਾ, ਅਤੇ ਮੈਂ ਸਮਝਦਾ ਉਸ ਬਾਪ ਨੂੰ ਫਕਰ ਹੋਣਾ ਚਾਹੀਦਾ। ਕੀ ਬਾਤ ਹੈ, ਵਾਕਈ ਜੀ ਉਹ ਕੀਤਾ ਵੀ ਔਰ ਚੁੰਮ ਕੇ ਵੀ ਲਿਆਂਦੀ, ਉਹ ਟਰੋਫੀ ਚੁੰਮ ਕੇ ਲਿਆਂਦੀ ਹੈ ਬਕਾਇਦਾ। ਔਰ ਵੈਸੇ ਉਹ ਕਹਿੰਦੇ ਹੁੰਦੇ ਪਿਓ ਤਾਂ ਆਪਣੇ ਪੁੱਤਰਾਂ ਨੂੰ ਸਾਰੀ ਉਮਰ ਡਾਂਟਦਾ ਰਹਿੰਦਾ, ਉਹ ਇਨਸਾਨ ਦੇ ਪੁੱਤ ਬਣੋ ਹੈ ਨਾ, ਪਰ ਤੁਸੀਂ ਕਿਆ ਇਨਸਾਨ ਬਣਾਇਆ ਜੀ ਯੂਵੀ ਨੂੰ? ਮੈਂ ਬਣਾਉਣ ਵਾਲਾ ਹੈ ਨਹੀਂ ਬੇਟਾ ਜੀ, ਉਹ ਖੁਦਾ ਦੀ ਰਹਿਮਤ ਸੀ। ਖੁਦਾ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਵੀ ਤੇਰੇ ਪੁੱਤਰ ਦੀ ਪੱਗ ਰੁਲੀ ਫਿਰਦੀ ਹੈ, ਦੇਖ ਲੈ ਤੇਰੀ ਮਰਜ਼ੀ ਹੈ। ਫਿਰ ਉਸ ਖੁਦਾ ਨੇ, ਗੁਰੂ ਘਰ ਨੇ ਦੇਖਿਆ, ਜਿਹਨੇ ਬਖਸ਼ਿਆ ਸੀ, ਜਿਹਨੇ ਭੇਜਿਆ ਸੀ, ਰੌਲਾ ਤਾਂ ਪੱਗ ਦਾ ਹੀ ਹੁੰਦਾ ਅਤੇ ਮੁੱਛਦਾ ਹੁੰਦਾ, ਹੋਰ ਇੱਥੋਂ ਪਰ ਲੈ ਕੇ ਜਾਣਾ। ਉਹਨੇ ਫਿਰ ਕਿਹਾ ਵੀ ਚੱਲ
ਹੁਣ ਤੂੰ ਐਂ ਕਰ, ਮੇਰੇ ਮਨ 'ਚ ਸੋਝੀ ਪਾਈ, ਮੈਂ ਸ਼ੁਰੂ ਕੀਤੀ ਔਰ ਤੁਹਾਡੇ ਸਾਹਮਣੇ ਆ, ਤੁਹਾਡੇ ਸਾਰਿਆਂ ਦੀ ਦੁਆਵਾਂ ਨੇ, ਕੋਈ ਮੈਂ ਇਕੱਲੇ ਨੇ ਕੁਛ ਨਹੀਂ ਕੀਤਾ, ਉਸ ਖੁਦਾ ਨੇ ਬਖਸ਼ਿਸ਼ ਕਰੀ, ਤੁਸੀਂ ਲੋਕਾਂ ਨੇ ਪਿਆਰ ਕੀਤਾ, ਦੁਆਵਾਂ ਕੀਤੀਆਂ। ਜੇ ਸਾਰੀ ਦੁਨੀਆ ਦੁਆ ਨਾ ਕਰਦੀ ਉਹਦੀ ਉਹਦੀ ਹੈਲਥ ਲਈ ਜਾਂ ਉਹਦੀ ਜ਼ਿੰਦਗੀ ਲਈ, ਤਾਂ ਸ਼ਾਇਦ ਯੂਵੀਆ ਇੱਥੇ ਨਾ ਹੁੰਦਾ। ਇਸ ਕਰਕੇ ਮੈਂ ਹਮੇਸ਼ਾ ਕਹਿੰਦਾ ਕਿ ਮੈਂ ਸਾਰੀ ਦੁਨੀਆ ਦਾ ਉਹਨਾਂ ਦਾ ਕਰਜ਼ਦਾਰ ਹਾਂ ਜ਼ਿੰਦਗੀ ਦੇ ਵਿੱਚ। ਭਾਜੀ ਇੱਕ ਇਹ ਜਿਹੜੀ ਤੁਸੀਂ ਗੱਲ ਵਿੱਚ ਕਹੀ ਸੀ ਕਿ ਬੜੀ ਇਨੀਸ਼ੀਅਲ ਸਟੇਜ 'ਤੇ ਪਤਾ ਲੱਗ ਗਿਆ ਸੀ, ਪਰ ਹੋ ਸਕਦਾ ਸੀ ਰੰਜਿਸ਼ ਕਾਹਦੀ ਹੈ ਤੁਹਾਡੀ, ਆਪਣੀ ਪਰਿਵਾਰਕ ਰੰਜਿਸ਼ ਤੁਹਾਨੂੰ ਲੱਗ ਰਹੀ ਹੈ? ਨਹੀਂ, ਉਹ ਸਾਡੀਆਂ ਜਿਹੜੀਆਂ ਜਨਾਨੀਆਂ ਨੇ ਨਾ ਜੀ, ਇੱਕ ਤਾਂ ਛੇਤੀ ਬਾਬਿਆਂ ਕੋਲ ਬਹੁਤ ਭੱਜਦੀਆਂ ਨੇ, ਮਾਫ਼ ਕਰਨਾ, ਇਹ ਕੰਮ ਇੱਥੇ ਹੋਇਆ ਖੜਾ ਹੈ। ਇਹ ਜਿੰਨੇ ਡੇਰੇ ਚੱਲਦੇ ਆ, ਇਹ ਜਨਾਨੀਆਂ ਨਾਲ ਚੱਲਦੇ ਆ, ਬੰਦਿਆਂ ਨਾਲ ਚੱਲਦੇ ਨਹੀਂ, ਫਿਰ ਉਹ ਫਿਰ ਬੰਦੇ ਨੂੰ ਨਾਲ ਲੈ ਜਾਂਦੀ। ਔਰ ਆਈ ਹੇਟ ਦਿਸ ਕਿ ਜ਼ਿੰਦਗੀ ਦੇ ਵਿੱਚ ਤੁਸੀਂ, ਮੈਨੂੰ ਦੱਸੋ ਵੀ ਇੱਥੇ ਜ਼ਿੰਦਗੀ 'ਚ ਕਿਹੜਾ ਐਸਾ ਬਾਬਾ ਹੈ ਜਿਹਨੇ ਕਿਸੇ ਦਾ ਮੁਕੱਦਰ ਬਦਲਿਆ ਹੋਵੇ। ਤੁਸੀਂ ਗੁਰੂ ਤੋਂ ਮੰਗੋ, ਆਪਣੇ ਕਿੰਨੇ ਕਿੰਨੇ ਵੱਡੇ ਲੋਕ ਇਸ ਧਰਤੀ 'ਤੇ ਪੈਦਾ ਹੋਏ, ਰਾਮ ਚੰਦਰ ਜੀ ਮਹਾਰਾਜ ਆਏ, ਕ੍ਰਿਸ਼ਨ ਜੀ ਮਹਾਰਾਜ ਆਏ, ਆਪਣੇ ਗੁਰੂ ਪੀਰ ਆਏ, ਪੀਰ ਪੈਗੰਬਰ ਆਏ, ਉਹਨਾਂ ਨੇ ਸਭ ਕੁਝ ਦੱਸਿਆ, ਬਾਮਾ ਸਾਹਿਬ ਆਏ ਕਿ ਖੁਦਾ ਦਾ ਫਰਮਾਨ ਹੈ ਅਤੇ ਜੇ ਤੁਸੀਂ ਮੰਗਣਾ ਹੀ ਹੈ ਤਾਂ ਰੱਬ ਤੋਂ ਮੰਗੋ, ਉਸ ਖੁਦਾ ਤੋਂ ਮੰਗੋ ਜਿਹਦੀ ਆਪਾਂ ਸਾਰੇ ਇੱਕ ਨੂਰ 'ਤੇ ਸਭ ਜੋ ਉਪਜਿਆ, ਕੌਣ ਭਲੇ ਕੋ ਮੰਦੇ, ਉਹ ਤੋਂ ਮੰਗੋ। ਮੈਨੂੰ ਦੀ ਸਮਝ ਆਉਂਦੀ ਵੀ ਦੇਹਧਾਰੀ ਗੁਰੂ ਬਣ ਕੇ ਡੇਰੇ ਚਲਾ ਕੇ ਉਹ ਕਿੰਨਾ ਕੁ ਤੁਹਾਡਾ ਸਵਾਰ ਦੂਗਾ, ਉਹਦਾ ਤਾਂ ਆਪ ਵਿਗੜਿਆ ਪਿਆ ਸਾਰਾ ਕੁਛ। ਜੇ ਉਹਦਾ ਆਪ ਨਾ ਵਿਗੜਿਆ ਹੁੰਦਾ ਬਾਬਾ ਕਿੱਥੋਂ ਕਿਉਂ ਬਣਦਾ? ਅਤੇ ਜਿਹਨੇ ਤਪੱਸਿਆ ਕਰਨੀ ਹੈ ਰੱਬ ਨੂੰ ਧਿਆਉਣਾ, ਤਾਂ ਜੰਗਲਾਂ ਜਾ ਕੇ ਇਕੱਲਾ ਬੈਠ ਕੇ ਰੱਬ ਨਾਲ ਗੱਲ ਕਰਦਾ, ਉਹ ਡੇਰੇ ਬਣਾ ਕੇ ਅਤੇ ਉੱਥੇ ਬੁੜੀਆਂ ਨੂੰ ਬੁਲਾ ਕੇ ਮੱਥੇ ਟਿਕਾ ਕੇ ਥੋੜ੍ਹਾ ਕਰਦਾ। ਸੋ ਦੈਟ ਵਾਜ਼ ਦ ਰੀਜ਼ਨ ਮੈਂ ਕਿਹਾ ਵੀ ਸੀ, ਮੈਂ ਕਿਹਾ ਵੀ ਜੇ ਮੇਰੇ ਪੁੱਤਰ ਨੂੰ ਕੁਛ ਹੋ ਗਿਆ ਨਾ, ਅਤੇ ਮੈਂ ਕਿਹਾ ਬਾਬਾ ਮੈਂ ਉਜਾੜ ਤੈਨੂੰ ਦਿਆਂਗਾ, ਤੈਨੂੰ ਮੈਂ ਦੱਸਾਂ, ਲੇਕਿਨ ਕਸੂਰ ਸਾਡਾ। ਮੈਂ ਅਵੇਅਰ ਕਰਨਾ ਚਾਹੁੰਦਾ ਸਾਰਿਆਂ ਨੂੰ, ਇਹ ਡੇਰਿਆਂ 'ਚ ਕੁਛ ਵੀ ਨਹੀਂ ਪਿਆ ਐਕਚੁਅਲੀ। ਤੁਸੀਂ ਰੱਬ ਤੋਂ ਮੰਗੋ, ਮੈਂ ਮੰਗ ਕੇ ਦੇਖਿਆ, ਮੈਂ ਮਹਾਰਾਜ ਤੋਂ ਮੰਗ ਕੇ ਦੇਖਿਆ, ਹੱਥ ਜੋੜ ਕੇ ਦੇਖਿਆ, ਮੈਨੂੰ ਰੱਬ ਨੇ ਹਰ ਚੀਜ਼ ਦਿੱਤੀ ਹੈ। ਮੈਂ ਕੋਟਨ ਕੋਟ ਧੰਨਵਾਦ ਕਰਦਾ, ਮੈਂ ਝੋਲੀ ਅੱਡ ਕੇ ਕਹਿ ਦਿੰਦਾ ਵੀ ਪਰਮਾਤਮਾ ਸੱਚੇ ਪਾਤਸ਼ਾਹ ਮੇਰੇ ਤੋਂ ਗਲਤੀ ਹੋ ਗਈ, ਮੇਰੇ 'ਤੇ ਜੋ ਮਰਜ਼ੀ ਬਰਸਾ ਦੀ, ਪਰ ਮੈਨੂੰ ਆਹ ਤੇਰੇ ਕੋਲੋਂ ਚਾਹੀਦਾ ਹੈ ਅਤੇ ਪਿਓ ਨੂੰ ਮਨਾਉਣਾ ਆਉਣਾ ਚਾਹੀਦਾ। ਡੇਰੇ ਵਾਲਾ ਤਾਂ ਪੈਸੇ ਵੀ ਲਊਗਾ, ਗੱਡੀ ਵੀ ਲਊਗਾ, ਜਿੰਨੀ ਦਾਨ ਪੁੰਨੇ ਜਾ ਕੇ ਡੇਰਿਆਂ 'ਤੇ ਕਰਦੇ ਹਾਂ, ਚੜ੍ਹਾ ਤੇ 10 ਲੱਖ, ਬਾਪੂ ਨੂੰ ਸਾਲੀ ਜੁੱਤੀ ਨਾਲ ਜੁੜੇ ਅਤੇ ਡੇਰੇ ਸਾਧ ਨੂੰ ਜੁੜੇ ਗੱਡੀ। ਇਹ ਮੈਨੂੰ ਦੱਸੋ ਕਿਹੜੀ ਕਿਤਾਬ ਲਿਖਿਆ ਹੈ? ਜਿਹਨੇ ਸਾਰੀ ਜ਼ਿੰਦਗੀ ਆਪਦਾ ਖੂਨ ਪਸੀਨਾ ਬਹਾ ਕੇ ਇੱਕ ਫੁੱਲ ਲਾਇਆ, ਉਹਨੂੰ ਬਾਬਾ ਠੀਕ ਕਰ ਦਊਗਾ? ਇਹ ਕਸੂਰ ਸਾਡੀਆਂ ਜਨਾਨੀਆਂ ਦਾ, ਇਹਨੂੰ ਥੋੜ੍ਹਾ ਜਿਹਾ ਠੀਕ ਹੋਣਾ ਚਾਹੀਦਾ। ਬਾਕੀ ਮੈਂ ਤਾਂ ਹੈਰਾਨ ਹਾਂ, ਐਜੂਕੇਟਡ, ਤੁਸੀਂ ਬਿਲੀਵ ਨਹੀਂ ਕਰਨਾ ਬੇਟਾ ਜੀ, ਐਜੂਕੇਟਡ ਪੀਪਲ ਜਿਹੜੇ ਪੜ੍ਹੇ ਲਿਖੇ ਨੇ ਉਹ ਜਾ ਕੇ ਬਹਿ ਜਾਂਦੇ, ਬਾਬਾ ਜੀ ਸਾਡਾ ਕਰ ਦਿਓ, ਬਾਬਾ ਜੀ ਉਹ। ਕਈ ਵਾਰੀ ਤਾਂ ਦਿਲ ਕਰਦਾ ਛਿੱਤਰ ਲਾ ਲਵਾਂ ਵਿੱਚੇ, ਬਾਬਾ ਭਜਾ ਲਾ ਅਤੇ ਵਿੱਚੇ ਇਹਨਾਂ ਨੂੰ ਭਜਾ ਲਾ ਵੀ ਦੱਸੋ ਜਿਸ ਪਰਮਾਤਮਾ ਨੇ ਤੁਹਾਨੂੰ ਪੈਦਾ ਕੀਤਾ ਤੁਸੀਂ ਉਹਦੇ ਕੋਲ ਅਰਦਾਸ ਕਿਉਂ ਨਹੀਂ ਕਰਦੇ? ਬਾਬਿਆਂ ਦੇ ਤਾਂ ਛਿੱਤਰ ਫੇਰ ਦੋ, ਕਹਿੰਦਾ ਜਿਵੇਂ ਜੇ ਤੁਹਾਡੇ ਪਿੰਡ ਦੇ ਵਿੱਚ ਕੋਈ ਪੜਦਾ, ਕਹਿੰਦੇ ਆਪਣੇ ਜਦੋਂ ਕੋਈ ਰੌਲਾ ਪੈਂਦਾ ਅਸੀਂ ਕਹਿ ਲੈਂਦੇ ਹਾਂ ਵੀ ਉਹ ਫਲਾਣੀ ਦੇਖ ਲਾ, ਉਹ ਕਾਨੂੰਨ ਦੇ ਵਿੱਚ ਐਂ ਲਿਖਿਆ, ਹਨਾ, ਆਪਾਂ ਲਿਖ ਪੜ੍ਹ ਕੇ ਮਾਮਲਾ ਸੁਲਝਾ ਲਈਦਾ ਵੀ ਪੰਚਾਇਤਨਾਮਾ ਲਿਖ ਦਿਓ ਭਾਈ। ਕਹਿੰਦਾ ਲਿਖੇ ਪੜ੍ਹੇ ਨੂੰ ਅਸੀਂ ਮੰਨਦੇ ਹਾਂ, ਅਤੇ ਸਾਡੀ ਇੰਨੀ ਅਕਲ ਮਰ ਗਈ ਜਿਹਦੇ 'ਤੇ 1430 ਅੰਗ ਲਿਖੇ ਪਏ ਨੇ, ਜਿਨ੍ਹਾਂ ਨੇ ਸਾਨੂੰ ਲਿਖ ਕੇ ਦੱਸਤਾ ਵੀ ਆਹ ਕੁਛ ਮੰਨਣਾ ਹੈ ਤੁਸੀਂ, ਉਹ ਬਾਣੀ ਉਹਨੂੰ ਮੰਨਦੇ ਨਹੀਂ ਰਹੇ, ਉਹਦੇ ਤੋਂ ਦੂਰ ਹੋ ਗਏ। ਬੇਟਾ ਜੀ ਕਿਹਨੂੰ ਮੰਨ ਰਹੇ ਹੈ? ਨਹੀਂ ਤੁਸੀਂ ਦੇਖੋ, ਤੁਸੀਂ ਗੀਤਾ ਪੜ੍ਹੋ, ਮੈਂ ਗੀਤਾ ਪੜ੍ਹੀ ਹੈ, ਕਿਆ ਕਮਾਲ ਦਾ ਫਰਮਾਨ ਕ੍ਰਿਸ਼ਨ ਮਹਾਰਾਜ ਨੇ ਜਾਰੀ ਕੀਤਾ। ਮੈਂ ਕਹਿੰਦਾ ਇਹੋ ਜਿਹਾ ਟੀਚਰ, ਇਹੋ ਜਿਹੀ ਗੱਲਬਾਤ ਜੇ ਤੁਸੀਂ ਜ਼ਹਿਨ ਬੰਨੋ, ਤੁਹਾਡੀ ਜ਼ਿੰਦਗੀ ਕਦੇ ਖਰਾਬ ਹੋ ਹੀ ਨਹੀਂ ਸਕਦੀ। ਉਹਨਾਂ ਨੇ ਗੱਲ ਕਰਮਾਂ ਦੀ ਕੀਤੀ। ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਆ ਜਾਓ, ਤੁਸੀਂ ਕੁਰਾਨ ਸ਼ਰੀਫ ਪੜ੍ਹ ਲਓ, ਤੁਸੀਂ ਕੋਈ ਵੀ ਗ੍ਰੰਥ ਪੜ੍ਹ ਲਓ, ਮੈਸੇਜ ਸਭ ਇੱਕ ਹੈ। ਔਰ ਕਿਹਾ ਵੀ ਜੋ ਮੰਗਣਾ ਅੱਲਾਹ ਤੋਂ ਮੰਗਣਾ, ਖੁਦਾ ਤੋਂ ਮੰਗਣਾ। ਕ੍ਰਿਸ਼ਨ ਮਹਾਰਾਜ ਨੇ ਤਾਂ ਇੱਥੇ ਤੱਕ ਗੀਤਾ ਦੇ ਵਿੱਚ ਕਿਹਾ ਕਿ ਅਰਜੁਨ ਲੈ ਤੈਨੂੰ ਮੇਰੀ ਗੱਲ ਸਮਝ ਨਹੀਂ ਆ ਰਹੀ ਨਾ, ਮੈਂ ਤੈਨੂੰ ਵਿਰਾਟ ਰੂਪ ਦਿਖਾਉਣਾ। ਉਹਨਾਂ ਨੇ ਇਹ ਚੀਜ਼ ਸਮਝਾਈ ਸੀ ਕਿ ਰੱਬ ਬੰਦੇ ਦੇ ਵਿੱਚ ਵੱਸਦਾ ਹੈ, ਉਹ ਆਪਣੇ ਅੰਤਰ ਧਿਆਨ ਹੋ ਕੇ ਆਪਣੇ ਕਰਮਾਂ ਨੂੰ ਦੇਖ ਕੇ ਰੱਬ ਤੋਂ ਜੋ ਮੰਗੂਗਾ ਉਹਨੂੰ ਮਿਲੂਗਾ। ਆਪਾਂ ਨੂੰ ਤਾਂ ਉਹ ਗੱਲ ਵੀ ਨਹੀਂ ਸਮਝ ਆਉਂਦੀ, ਆਪਾਂ ਨੂੰ ਬਾਣੀ ਦੀ ਗੱਲ ਨਹੀਂ ਸਮਝ ਆਉਂਦੀ, ਆਪਾਂ ਨੂੰ ਆਪਣੇ ਕੁਰਾਨ ਸ਼ਰੀਫ ਦੀ ਗੱਲ ਸਮਝ ਨਹੀਂ ਆਉਂਦੀ, ਅਤੇ ਗੱਲ ਆਪਾਂ ਨੂੰ ਸਮਝ ਇਹਨਾਂ ਬਾਬਿਆਂ ਦੀ ਕਿੱਥੋਂ ਆਉਂਦੀ ਹੈ ਜਿਹਨਾਂ ਨੇ ਵਰਕਾਂ ਨਹੀਂ ਪੜਿਆ? ਅਤੇ ਮੈਂ ਉਹਨੂੰ ਪੁੱਛਣਾ ਚਾਹੁੰਦਾ, ਮੇਰੀ ਕੋਈ ਜ਼ਿੰਦਗੀ ਬਦਲ ਕੇ ਦਿਖਾਵੇ ਮੇਰੇ ਘਰ, ਮੈਨੂੰ ਤਾਂ ਕੋਈ ਮਿਲਿਆ ਨਹੀਂ ਇਹੋ ਜਿਹੇ, ਹੈ ਜੀ, ਵੀ ਜਿਹੜਾ ਕਹੇ ਲੈ ਵੀ ਆਹ ਗਿਲੀ 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 ਤਾਂ ਧਾਗਾ ਬੰਨਤਾ ਅਤੇ ਮੱਥੇ ਟੇਕ ਲੈ ਜਾ ਕੇ ਜੂੰ। ਸਾਡੇ ਆਹ ਕਲਾਕਾਰ ਵੀ ਕਰਦੇ ਆ, ਸਾਡੇ ਸਿੰਗਰ ਵੀ ਕਰਦੇ, ਮਾਫ਼ ਕਰਨਾ, ਜਿਹੜੇ ਕਹਿੰਦੇ ਨਾ ਵੀ ਅਸੀਂ ਬੜੀ ਚੀਜ਼ ਹਾਂ, ਇਹ ਵੀ ਉੱਥੇ ਜਾਂਦੇ ਨੇ। ਲੇਕਿਨ ਮੈਨੂੰ ਦੱਸੋ ਸਹੀ, ਜਿਹਦੇ ਕੋਲ ਪੈਸਾ ਉਹਦੇ ਕੋਲ ਤਾਂ ਫਿਰ ਮਖਿਆਲ ਨੇ ਜਾਣਾ ਹੀ ਜਾਣਾ,
ਤੇ ਜਿਹੜਾ ਗੁਰੂ ਕੋਲ ਜਾਂਦਾ ਨਾ ਉਹ ਸਾਧ ਹੁੰਦਾ ਜਿਹਦੇ ਕੋਲ ਫੱਟੇ ਕੱਪੜੇ ਹੁੰਦੇ, ਪਿਆਰ ਤੋਂ ਭਰਿਆ ਹੋਰ ਜ਼ਿੰਦਗੀ 'ਚ ਕੋਈ ਚੀਜ਼ ਨਹੀਂ। ਜਿਹਨੂੰ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਆ, ਰੌਲਾ ਇੱਥੇ ਮੁੱਕਦਾ, ਪ੍ਰੇਮ ਹੀ ਨਹੀਂ ਕਰਨਾ ਹੁੰਦਾ। ਮੁੱਕਦੀ ਜੀ ਗੱਲ ਜਿਵੇਂ ਤੁਸੀਂ ਭਗਵਤ ਗੀਤਾ ਦਾ ਕਰਿਆ ਸਾਰ ਹੈ ਵੀ ਕਰਮ ਹੀ ਪੂਜਾ ਹੈ ਨਾ। ਬਾਬੇ ਨੇ ਵੀ ਇਹੀ ਕਿਹਾ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਹੈ ਨਾ। ਸੋ ਕੰਮ ਹੀ ਪੂਜਾ। 80 ਸਾਲ ਦੀ ਉਮਰ ਜਾ ਕੇ ਉਹਨਾਂ ਨੇ ਹਲ ਪਾਇਆ ਜੀ, 80 ਸਾਲ ਦੀ ਹਲ। ਸੋ ਉਸ ਤੋਂ ਵੱਡਾ ਕਿਰਤੀ ਕੌਣ ਹੋ ਸਕਦਾ ਹੈ ਨਾ। ਤੁਹਾਡੇ ਵਰਗਾ ਕਿਰਤੀ ਵੀ ਭਾਜੀ, ਮਤਲਬ ਮੈਂ ਸੈਲਿਊਟ ਹੈ ਕਿ ਤੁਸੀਂ ਕਿਸ ਤਰ੍ਹਾਂ ਲਗਾਤਾਰ ਡੈਡੀਕੇਸ਼ਨ ਜਿਹੜੀ ਤੁਹਾਡੀ ਹੈਗੀ ਆਪਣੇ ਕੰਮ ਨੂੰ ਲੈ ਕੇ, ਜਿੰਨੀ ਦੇਰ ਕੰਮ ਕਰਦੇ ਹੋ ਉਨੀ ਦੇਰ ਪੂਰੀ ਇਮਾਨਦਾਰੀ ਦੇ ਨਾਲ ਕਰਦੇ ਹੋ, ਔਰ ਇਸ ਗੱਲ ਨੂੰ ਇੱਕ ਨੇ ਨਹੀਂ ਕਈਆਂ ਨੇ ਜਿਨ੍ਹਾਂ ਜਿਨ੍ਹਾਂ ਦੇ ਨਾਲ ਮੈਂ ਗੱਲ ਕੀਤੀ ਹੈ ਸਭ ਨੇ ਇਹ ਗੱਲ ਮੰਨੀ। ਬੜਾ ਪੁਰਾਣਾ ਫੰਕਸ਼ਨ, ਮੈਂ ਉਹਦੇ ਇੱਕ ਦਿਨ ਵੀਡੀਓ ਦੇਖ ਰਿਹਾ ਸੀ, ਉਹਦੇ ਮੇਰੇ ਯਾਦ ਰਹਿ ਗਈ, ਜ਼ਹਿਨ ਚ ਰਹਿ ਗਈ ਗੱਲ, ਮੈਂ ਅੱਜ ਚਲੋ ਪੁੱਛ ਲੈਣਾ। ਤੁਸੀਂ ਉੱਥੇ ਕਿਹਾ ਸੀਗਾ ਕਿ ਇੱਕ ਡ੍ਰੀਮ ਹੈ ਮੇਰਾ ਹੋਰ, ਕ੍ਰਿਕਟ ਤੋਂ ਇਲਾਵਾ ਜਾਂ ਹੋਰ ਜਿੰਨੀਆਂ ਗੱਲਾਂ ਆਪਾਂ ਕਰ ਲੈਂਦੇ ਹਾਂ, ਉਹ ਤੋਂ ਇਲਾਵਾ ਤੁਸੀਂ ਕਿਹਾ ਸੀ ਕਿ ਫਿਲਮਫੇਅਰ ਦੀ ਟਰੋਫੀ ਹੋਵੇ, ਮੈਂ ਬੰਬੇ 'ਚ ਹੋਵਾਂ ਅਤੇ ਹਿੰਦੀ ਫਿਲਮ ਦੇ ਵਿੱਚ ਅਤੇ ਬਾਲੀਵੁੱਡ ਦੇ ਵਿੱਚ ਧਾਕ ਜਮਰੀ ਹੋਵੇ। ਭਾਗ ਮਿਲਖਾ ਭਾਗ ਤੋਂ ਬਾਅਦ ਤੁਸੀਂ ਦਿਖੇ ਨਹੀਂ, ਟਰੋਫੀ ਭੱਜ ਕੇ ਆਊ? ਨਹੀਂ, ਮੈਂ ਸਮਝਦਾ ਜਦ ਉਹਨੂੰ ਜੋ ਤੁਧ ਭਾਵੇ ਸੋਈ ਭਲੀ ਕਰ, ਜਦ ਹੁਕਮ ਹੋਊਗਾ ਤਾਂ ਹੀ ਹੋਊਗਾ। ਡ੍ਰੀਮ ਅੱਜ ਵੀ ਮੇਰੀ ਹੈ, ਮੈਨੂੰ ਚੰਗਾ ਕੋਈ ਸਬਜੈਕਟ ਮਿਲੇ, ਚੰਗਾ ਮੈਂ ਜਾ ਕੇ ਉੱਥੇ ਕੰਮ ਕਰਾਂ, ਅੱਜ ਨਹੀਂ ਤਾਂ ਕੱਲ੍ਹ ਨੂੰ ਆਊਗਾ ਜ਼ਰੂਰ। ਜੋ ਮੰਗੇ ਠਾਕੁਰ ਆਪਣੇ ਸਿਰ ਸੋਈ ਸੋਈ ਦੇਵੇ, ਮੇਰਾ ਤਾਂ ਵਿਸ਼ਵਾਸ ਕਦੇ ਟੁੱਟਿਆ ਨਹੀਂ। ਮੈਂ ਤਾਂ ਇਹ ਵੀ ਕਿਹਾ ਸੀਗਾ ਕਿ ਮੈਂ ਹਾਲੀਵੁੱਡ ਜਾ ਕੇ ਵੀ ਔਸਕਰ ਜਿੱਤ ਕੇ ਲਿਆਉਣਾ। ਜੇ ਬੰਦੇ ਦੀ ਡ੍ਰੀਮ ਹੈ ਨਹੀਂ, ਕਈ ਵਾਰੀ ਰੱਬ ਕਹਿੰਦਾ ਲੈ ਵੀ ਹੁਣ ਜ਼ਿੰਦਗੀ ਘੱਟ ਗਈ ਹੈ, ਤੈਨੂੰ ਅਗਲਾ ਜਨਮ ਫੇਰ ਦਿੰਦੇ। ਔਰ ਮੈਂ ਹਮੇਸ਼ਾ ਇਹ ਗੱਲ ਕਹਿੰਦਾ, ਇਫ ਆਈ ਕੈਨੋਟ ਕੰਪਲੀਟ ਮਾਈ ਜੋਬ ਇਨ ਦਿਸ ਲਾਈਫ, ਆਈ ਵਿਲ ਕਮ ਬੈਕ ਇਨ ਦ ਨੈਕਸਟ ਲਾਈਫ ਐਂਡ ਕੰਪਲੀਟ ਇਟ। ਇਹੀ ਗੱਲ ਮੈਂ ਪਹਿਲਾਂ ਸ਼ੁਰੂ ਤੋਂ ਕਹਿੰਦਾ ਆਇਆ ਸੀਗਾ। ਮੈਂ ਯੂਵੀ ਨੂੰ ਵੀ ਕਈ ਵਾਰੀ ਕਹਿੰਦਾ, ਮੈਂ ਯੂਵੀ ਮੇਰਾ ਕਈ ਵਾਰੀ ਰੱਬ ਨੂੰ ਕਹਿਣ ਨੂੰ ਦਿਲ ਕਰਦਾ, ਮਹਾਰਾਜ ਮੈਨੂੰ ਨਾ ਅਗਲੇ ਜਨਮ ਤੋਂ ਵਿਵ ਰਿਚਰਡ ਵਰਗਾ ਬਣਾ ਕੇ ਭੇਜੀ, ਮੈਂ ਆਪਣੀ ਤਮੰਨਾ ਪੂਰੀ ਕਰਨੀ ਹੈ। ਸੋ ਆਈ ਥਿੰਕ ਜਿਹੜੀ ਚੀਜ਼ ਤੁਸੀਂ ਇਸ ਲਾਈਫ 'ਚ ਪੂਰੀ ਨਹੀਂ ਹੁੰਦੀ, ਉਹ ਤੁਹਾਡਾ ਜਨਮ ਦੁਬਾਰਾ ਹੁੰਦਾ। ਜੇ ਮੈਂ ਨਾ ਕਰ ਪਾਇਆ, ਮੈਂ ਵਾਪਸ ਆਵਾਂਗਾ, ਔਰ ਸ਼ਾਇਦ ਮੈਨੂੰ ਆਪਣਾ ਪਿਛਲਾ ਜਨਮ ਯਾਦ ਰਹਿ ਜੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਸੁਣਾਵਾਂ, ਪਰ ਮੈਂ ਐਡਾ ਵੱਡਾ ਬਾਬਾ ਹੈ ਨਹੀਂ। ਵਿਵ ਰਿਚਰਡ ਦੀ ਭਾਜੀ ਤੁਸੀਂ ਗੱਲ ਕੀਤੀ, ਮੈਂ ਹੁਣ ਨਾਲ ਲੱਗਦੇ ਆਪਣਾ ਕੁਛ ਪਲੈਨਡ ਨਹੀਂ ਹੈਗਾ, ਐਵੇਂ ਖੁੱਲੀ ਗੱਲਾਂ ਚੱਲ ਰਹੀਆਂ ਨੇ। ਕ੍ਰਿਕਟ ਦੇ ਵਿੱਚ ਕਿਹਨੂੰ ਕਿਹਨੂੰ ਫਿਰ ਤੁਸੀਂ ਫੋਲੋ ਕੀਤਾ ਜਾਂ ਕਰਦੇ ਹੋ ਜਾਂ ਅਕਸਰ ਤੁਸੀਂ ਮੰਨਦੇ ਹੋ ਕਿ ਦੇ ਆਰ ਲੈਜੈਂਡਸ? ਮੈਂ ਤਾਂ ਜੀ ਜ਼ਿੰਦਗੀ 'ਚ ਇੱਕੋ ਹੀ ਪਲੇਅਰ ਵੇਖਿਆ, ਦੋ ਬੇਸਿਕਲੀ, ਜਿਹਦੇ ਰੂ ਯੂਵੀ ਨੂੰ ਮੈਂ ਉਹਨਾਂ ਦੇ ਰੂਪ 'ਚ ਦੇਖਣਾ ਚਾਹੁੰਦਾ ਸੀ। ਪਹਿਲੇ ਹੈਗੇ ਨੇ ਸਰ ਗਾਰਫੀਲਡ ਸੋਬਰਸ, ਜਿਨ੍ਹਾਂ ਨੇ ਜ਼ਿੰਦਗੀ ਥਾਈਪੈਡ ਹੀ ਨਹੀਂ ਪਾਇਆ, ਹੈਲਮਟ ਤਾਂ ਇੱਕ ਪਾਸੇ ਸਹੀ। ਉਹ ਹਮੇਸ਼ਾ ਕਹਿੰਦੇ ਹੁੰਦੇ ਸੀ, ਕਹਿੰਦੇ ਵਾਟ ਇਜ਼ ਦਿਸ ਬੈਥ ਫੋਰ ਮਨ, ਹੈ ਵੀ ਬੈਟ ਕਾਹਦੇ ਵਾਸਤੇ ਹੈ। ਦੂਜਾ ਵਿਵ ਰਿਚਰਡਸ, ਜਿਹਨੇ ਜ਼ਿੰਦਗੀ 'ਚ ਫੀਅਰਲੈਸ ਬੰਦੇ, ਐਡਾ ਟੈਲੈਂਟ ਹੋਣ ਦੇ ਬਾਵਜੂਦ ਜਿਹੜੇ ਫੀਅਰਲੈਸ ਬੰਦੇ ਵੱਡੇ ਵੱਡੇ ਬੋਲਰ ਨੂੰ ਅੱਗੇ ਲਾਇਆ। ਸੋ ਮੈਂ ਹਮੇਸ਼ਾ ਚਾਹੁੰਦਾ ਸੀ ਮੈਂ ਯੂਵੀ ਨੂੰ ਵੀ ਇਹਨਾਂ ਦੀ ਝਲਕ ਬਣਾਵਾਂ, ਔਰ ਮੈਨੂੰ ਉਹਨਾਂ ਦੇ ਵਿੱਚ ਦਿਖਦਾ ਹੈ ਜਦੋਂ ਹਾਂ ਮੜਕਾ ਪੈਂਦਾ ਦੋਨਾਂ ਦਾ। ਸੋ ਹੀ ਵਾਸ ਦੀਸ ਬੋਥ ਐਂਡ ਬੀ ਦਾ ਗ੍ਰੇਟੈਸਟ ਆਫ ਆਲ ਟਾਈਮ। ਇਹ ਨਹੀਂ ਮੈਂ ਕਹਿੰਦਾ ਸਾਰੇ ਪਲੇਅਰਸ ਬੜੇ ਬੜੇ ਲੈਜੈਂਡਸ ਹੋਏ ਨੇ, ਬਟ ਇਹਨਾਂ ਦੋਨਾਂ ਤੋਂ ਸ਼ਾਇਦ ਕੋਈ ਵੱਡਾ ਹੋ ਨਹੀਂ ਸਕਦਾ, ਪਰ ਮੈਂ ਕੰਪੇਅਰ ਨਹੀਂ ਕਰਦਾ, ਇਹ ਰੱਬ ਨੇ ਕੋਈ ਅਲੱਗ ਹੀ ਚੀਜ਼ਾਂ ਬਣਾਈਆਂ ਸੀ। ਬਾਕੀ ਔਰ ਕ੍ਰਿਕਟ ਦਾ ਜਨਮਦਾਤਾ ਮੁਲਕ ਉਸ ਮੁਲਕ ਦੇ ਵਿੱਚ ਖੜ ਕੇ ਯੂਵੀ ਨੇ ਉਹਨਾਂ ਹੀ ਅੰਦੋਰਿਆਂ ਨੂੰ ਜਿਹੜਾ ਡਰਾਇਆ ਸੀਗਾ ਇੱਕੋ ਹੀ ਓਵਰ ਦੇ ਵਿੱਚ, ਉਹ ਦਹਿਸ਼ਤ ਅੱਜ ਵੀ ਬਣੀ ਹੋਈ ਹੈ ਜੀ। ਤੁਸੀਂ ਕਿੱਦਾਂ ਰਿਐਕਟ ਕੀਤਾ ਸੀ ਭਾਜੀ? ਨਹੀਂ ਮੈਂ ਬੇਸਿਕਲੀ ਤਾਂ ਮੈਨੂੰ ਪਤਾ ਹੀ ਨਹੀਂ ਵੀ ਇਹ ਕੁਛ ਹੋਇਆ, ਮੈਂ ਸ਼ੂਟਿੰਗ ਕਰ ਰਿਹਾ ਸੀ ਅਤੇ ਮੈਨੂੰ ਇਹ ਵੀ ਨਹੀਂ ਸੀ ਪਤਾ ਯੂਵੀ ਦਾ ਮੈਚ ਚੱਲ ਰਿਹਾ। ਸਡਨਲੀ ਮੈਂ ਘਰੇ ਗਿਆ ਤਾਂ ਬੜੀ ਦੁਨੀਆ, ਬੜੀ ਪ੍ਰੈਸ ਖੜੀ ਉੱਥੇ। ਮੈਂ ਕਿਹਾ ਵੀ ਕੀ ਹੋ ਕੀ ਗਿਆ, ਕੋਈ ਇੱਥੇ ਮੈਂ ਕਿਹਾ ਮੇਰਾ ਟਾਈਮ ਬੜਾ ਖਰਾਬ ਚੱਲ ਰਿਹਾ, ਕੋਈ ਹੋਰ ਤਾਂ ਨਹੀਂ ਕਾਂਡ ਹੋ ਗਿਆ? ਹਾਂ ਉਹ ਵੀ ਨਹੀਂ, ਮੈਂ ਕਿਹਾ ਉਹ ਕਹਿੰਦੇ ਜੀ ਤੁਹਾਨੂੰ ਪਤਾ ਨਹੀਂ ਯੂਵੀ ਨੇ ਰਿਕਾਰਡ ਬਣਾਤਾ। ਮੈਂ ਕਿਹਾ ਕੀ ਕਰਤਾ? ਕਹਿੰਦੇ 6 ਛੱਕੇ ਮਾਰਤੇ ਇੱਕ ਓਵਰ 'ਚ। ਮੈਂ ਕਿਹਾ ਮਾਰ ਸਕਦਾ ਵੀ? ਅਤੇ ਕਹਿੰਦੇ ਤੁਸੀਂ ਕੁਛ ਦੱਸੋ। ਮੈਂ ਕਿਹਾ ਵੀ ਮੈਨੂੰ ਤਾਂ ਪਤਾ ਨਹੀਂ ਸੀ, ਜਦੋਂ ਮੈਂ ਆਇਆ ਫਿਰ ਉਹਦੀ ਮੈਂ ਜਿਹੜਾ ਬੈਟਿੰਗ ਦੇਖੀ ਤਾਂ ਮੈਨੂੰ ਬੜਾ ਨਾਜ਼ ਹੋਇਆ। ਔਰ ਇਹ ਨਹੀਂ ਹੈ ਕਿ ਮੈਨੂੰ ਬੜਾ ਖੁਸ਼ੀ ਹੋਈ ਜਾਂ ਬੜਾ, ਕਿਉਂਕਿ ਜਿਸ ਤਰ੍ਹਾਂ ਦਾ ਉਹ ਬੈਟਸਮੈਨ ਸੀਗਾ, ਜਿਸ ਤਰ੍ਹਾਂ ਦਾ ਉਹਨੂੰ ਬਣਾਇਆ ਸੀ, ਮੈਂ ਅਜੇ ਵੀ ਕਹਿੰਦਾ ਜਿਸ ਐਰਾ 'ਚੋਂ ਖੇਡ ਰਿਹਾ ਸੀ ਉਹਨੂੰ ਕੈਂਸਰ ਨਾ ਹੋਇਆ ਹੁੰਦਾ ਅਤੇ ਉਹਦੀ ਨੀਂਹ ਦੀ ਕਦੇ ਸੱਟ ਨਾ ਲੱਗਦੀ, ਉਹ ਦੁਨੀਆ ਦੇ ਸਾਰੇ ਰਿਕਾਰਡ ਤੋੜ ਦਿੰਦਾ। ਬਟ ਅਨਫੋਰਚੁਨੇਟਲੀ ਉਹ ਦੀ ਦੋ ਚੀਜ਼ਾਂ ਹੋਣ ਤੋਂ ਬਾਅਦ ਵੀ ਜੋ ਕੁਛ ਉਹਨੇ ਕੀਤਾ, ਹੈਟਸ ਆਫ ਕੀਤਾ ਜੀ, ਡੈਫੀਨੇਟਲੀ। ਔਰ ਉਹ ਦੇਖਦਾ ਵੀ ਹੈ ਜੀ। ਅੱਛਾ ਭਾਅ ਜੀ, ਇੱਕ ਹੋਰ ਗੱਲ ਯੋਗਰਾਜ ਸਿੰਘ ਦੀ ਜੁੜ ਜਾਂਦੀ ਹੈ, ਰੱਬੀ ਸਬੱਬੀ ਗੱਲ ਬਣੇ ਜਾਂਦੀ ਹੈ। ਤੁਹਾਡਾ ਅਤੇ ਗੁੱਗੂ ਗਿੱਲ ਦਾ ਯਾਰਾਨਾ, ਲੋਕਾਂ ਨੇ ਸੋਹਾਂ ਖਾਂਦੇ ਹੁੰਦੇ ਸੀ ਯਾਰੀ ਦੋਸਤੀ 'ਚ, ਮੈਨੂੰ ਯਾਦ ਆ ਉਹ ਦੌਰ ਅਸੀਂ ਪੰਜਾਬ ਦੇ ਵਿੱਚ ਦੇਖਿਆ। ਮੈਂ ਅਸੀਂ ਆਪਣੇ ਸਕੂਲਾਂ ਦੇ ਵਿੱਚ ਕਹਿੰਦੇ ਹੁੰਦੇ ਸੀਗੇ ਯਾਰ ਬਾਈ ਤੂੰ ਗੁੱਗੂ ਗਿੱਲ, ਮੈਂ ਯੋਗਰਾਜ, ਹੈ ਨਾ। ਸੋ ਇਸ ਤਰ੍ਹਾਂ ਸੋਹਾਂ ਚੱਕੀਆਂ ਜਾਂਦੀਆਂ ਹੁੰਦੀਆਂ ਸੀਗੀਆਂ ਜੀ। ਕੁਛ ਦੱਸਣਾ ਚਾਹੋਗੇ ਕੀ ਹੋਇਆ ਸੀਗਾ ਅਚਾਨਕ ਉਹ ਯਾਰੀ ਦੋਸਤੀ ਦੇ ਵਿੱਚ? ਫਿਰ ਮਤਲਬ ਹੁਣ ਤੁਹਾਡੀ ਫਿਰ ਤੋਂ ਹੋ ਗਈ ਹੈ, ਪਰ ਉਹ ਫਿੱਕ ਜੀ ਕਿਵੇਂ ਆ ਗਈ ਸੀਗੀ ਇੱਕ ਦੌਰ ਦੇ ਵਿੱਚ? ਐਕਚੁਅਲੀ ਇਹ ਗੱਲ ਨੂੰ ਬਹੁਤ ਵਾਰੀ ਦੁਹਰਾਇਆ ਗਿਆ, ਪਰ ਮੈਂ ਇੱਕ ਵਾਰੀ ਫਿਰ ਦੱਸ ਦਿੰਦਾ। ਮੇਰਾ ਅਤੇ ਬਾਈ ਦਾ ਪਿਆਰ ਬਹੁਤ ਸੀ, ਮੈਂ ਹਮੇਸ਼ਾ ਉਹਨੂੰ ਛੋਟੇ ਭਰਾ ਵਾਂਗੂ ਸਮਝਿਆ। ਮੇਰੇ ਮਦਰ ਬਹੁਤ ਪਿਆਰ ਕਰਦੇ ਸੀ ਉਹਨਾਂ ਨਾਲ, ਜਦ ਸ਼ੂਟਿੰਗ 'ਤੇ ਰੋਡ
ਤੇ ਕਹਿੰਦੇ ਮੈਂ ਮਾਂ ਨੂੰ ਕਹਿਣਾ ਭੁੱਖ ਲੱਗੀ ਰੋਟੀ ਖਾਈ, ਕਹਿੰਦੇ ਨਹੀਂ ਪਹਿਲਾਂ ਤੇਰਾ ਛੋਟਾ ਵੀਰ ਨਾ ਆਊਗਾ ਫਿਰ ਤੂੰ ਇਕੱਠੇ ਖਾ। ਕਈ ਵਾਰੀ ਮੇਰੇ ਮਾਤਾ ਜੀ ਨੇ ਵੀ ਕਹਿਣਾ ਉਹ ਇਕੱਠੇ ਨਾ ਤੁਰਿਆ ਕਰੋ ਨਜ਼ਰ ਲੱਗ ਜੂਗੀ, ਤੇ ਮਾਂ ਨੂੰ ਕਹਿਣਾ ਮੈਂ ਕੋਈ ਨਜ਼ਰ ਨਜ਼ਰ ਲੱਗਦੀ ਹੁੰਦੀ, ਪਰ ਵਾਕਈ ਨਜ਼ਰ ਲੱਗੀ। ਕੀ ਹੁੰਦਾ ਸਰ ਉਹਦੇ 'ਚ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ, ਹਾਲਾਤ ਇਹੋ ਜਿਹੇ ਬਣ ਜਾਂਦੇ ਆ। ਅਸੀਂ ਇਹ ਫਿਲਮਾਂ ਸ਼ੁਰੂ ਕੀਤੀਆਂ, ਫਿਲਮਾਂ 'ਚ ਦੋਨੋਂ ਬਹੁਤ ਕਿਰਪਾ ਮਹਾਰਾਜ ਦੀ ਹੋਈ। ਸਡਨਲੀ ਲੋਕ ਜਾ ਕੇ ਗੁੱਗੂ ਨੂੰ ਇਹ ਗੱਲ ਕਹਿਣ ਲੱਗ ਗਏ, ਯਾਰ ਯੋਗਰਾਜ ਤੈਨੂੰ ਖਾ ਜਾਂਦਾ, ਯੋਗਰਾਜ ਖਾ ਜਾਂਦਾ, ਯੋਗਰਾਜ ਫਿਲਮ ਲੈ ਜਾਂਦਾ, ਯੋਗਰਾਜ ਮੇਲਾ ਲੁੱਟ ਕੇ ਲੈ ਜਾਂਦਾ। ਉਹ ਜਿਹੜੇ ਬੰਦੇ ਕਹਿਣ ਵਾਲੇ ਸੀ ਅੱਜ ਉਹ ਕਿਤੇ ਨਹੀਂ ਹੈਗੇ, ਜਿਹੜੇ ਤੋੜਨ ਵਾਲੇ ਹੁੰਦੇ ਨਾ ਉਹ ਉਹਦੇ ਹੱਥ 'ਚ ਠੂਠਾ ਹੀ ਹੁੰਦਾ, ਕੱਖ ਨਹੀਂ ਹੈਗਾ ਉਹਨਾਂ ਦੇ ਪੱਲੇ। ਹਾਂ, ਔਰ ਮੈਂ ਉਦੋਂ ਬਥੇਰਾ ਕਹਿੰਦਾ ਸੀ, ਮੈਂ ਕਹਿੰਦਾ ਦੀ ਗੱਲਾਂ ਆਪਾਂ ਨਹੀਂ ਸੁਣਨੀਆਂ, ਨਹੀਂ ਸੁਣਨੀਆਂ, ਪਰ ਕਿਤੇ ਜਾ ਕੇ ਨਾ ਇਹ ਚੀਜ਼ ਹਰਟ, ਇਟ ਇਜ਼ ਉਹਨਾਂ ਦਾ ਕਸੂਰ ਨਹੀਂ, ਆਲਾ ਦੁਆਲਾ ਬੰਦੇ ਦਾ ਮਾੜਾ ਹੁੰਦਾ। ਉਹ ਜਾ ਕੇ ਫਿਰ ਇੱਕ ਫਿਲਮ ਬਣੀ ਜੌਣਾ ਮੋੜ, ਜਿਹਦੇ ਵਿੱਚ ਯੋਗਰਾਜ ਸਿੰਘ ਨੂੰ ਡਰੋਪ ਕੀਤਾ ਗਿਆ, ਔਰ ਇਹ ਕਿਹਾ ਗਿਆ ਵੀ ਲੈ ਜਿੱਥੇ ਇਹੋ ਜਿਹੇ ਅਸੀਂ 20 ਐਕਟਰ ਪੈਦਾ ਕਰ ਲਈਏ, ਇਹ ਵੀ ਹੰਕਾਰ ਹੈ, ਠੀਕ ਹੈ। ਔਰ ਮੈਨੂੰ ਬੜੇ ਪ੍ਰੋਡਿਊਸਰਸ ਕਹਿ ਰਹੇ ਸੀ ਹੀਰੋ ਬਣਨਾ, ਮੈਂ ਕਿਹਾ ਨਹੀਂ, ਮੇਰਾ ਛੋਟਾ ਵੀਰ ਹੀਰੋ, ਮੈਂ ਕੰਮ ਨਹੀਂ ਕਰਨਾ, ਅਸੀਂ ਦਰਾੜ ਨਹੀਂ ਪਾਉਣੀ ਫਿਲਮਾਂ ਕਰਕੇ। ਪਰ ਨੈਚੁਰਲੀ ਉਹ ਚੀਜ਼ ਹੋ ਗਈ, ਅਸੀਂ ਡ੍ਰਿਫਟ ਹੋ ਗਏ। ਸੱਚ ਇਹ ਹੈ ਮੈਂ ਸੱਚ ਕਹਿਣ ਤੋਂ ਕਤਰਾਉਂਦਾ ਨਹੀਂ, ਮੇਰਾ ਅੱਜ ਵੀ ਬੜਾ ਪਿਆਰ ਹੈ ਉਸ ਬੰਦੇ ਨਾਲ। ਔਰ ਕਰਦੇ ਕਰਦੇ ਅਸੀਂ ਅਲੱਗ ਹੋ ਗਏ, ਚਲੋ ਸ਼ਾਇਦ ਰੱਬ ਨੇ ਮੈਨੂੰ ਹੀਰੋ ਬਣਾਉਣਾ ਸੀਗਾ। ਮੈਂ ਉਸ ਤੋਂ ਬਾਅਦ ਜੱਗਾ ਡਾਕੂ, ਸੱਚਾ ਸਿੰਘ ਸੂਰਮਾ, ਬਹੁਤ ਫਿਲਮਾਂ ਕੀਤੀਆਂ, ਔਰ ਮੈਂ ਕਰਦਾ ਆਇਆ ਕਰਦਾ ਆਇਆ ਕਰਦਾ ਆਇਆ, ਔਰ ਇੱਕ ਟਾਈਮ ਐਸਾ ਵੀ ਆਇਆ ਕਿ ਸਿੱਖ ਦੂਜੇ ਨੇ ਬੋਲੇ ਨਹੀਂ। ਸਡਨਲੀ ਫਿਰ 2000 ਦੇ ਵਿੱਚ ਰਵਿੰਦਰ ਰਵੀ ਡਾਇਰੈਕਟਰ ਹੈਗਾ, ਇਹ ਅਤੇ ਨਾਲ ਭੂਸ਼ਣ ਮੈਦਾਨ ਹੋਣੀ, ਇਹ ਸਾਰੇ ਜਿੰਨੇ ਛਲਾਰੂ ਇਕੱਠੇ ਹੋਏ ਸੀ, ਇਹ ਆਏ, ਇਹਨਾਂ ਨੇ ਕਿਹਾ ਜੀ ਆਪਾਂ ਫਿਲਮ ਬਣਾਉਣੀ ਹੈ। ਅਤੇ ਜਦ ਅਸੀਂ ਫਿਲਮ ਅਨਾਊਂਸ ਕੀਤੀ ਤਾਂ ਮਾਨੀ ਖੇੜੇ ਮੈਂ ਗਿਆ ਸੀ, ਮੈਨੂੰ ਬਾਈ ਜੀ ਨੇ ਬੁਲਾਇਆ ਸੀ। ਉਹ ਹਮੇਸ਼ਾ ਵੱਡੇ ਬਾਈ ਜੀ ਮੈਨੂੰ ਕਹਿੰਦੇ ਸੀ ਇਹ ਮੇਰਾ ਪੰਜਵਾਂ ਮਾਨੀ ਖੇੜੇ ਦਾ ਪੁੱਤ ਹੈ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੈਂ ਉਦੋਂ ਦੱਸੋ ਮੇਰਾ ਕਸੂਰ ਕੀ ਹੈ, ਮੈਂ ਕਹਿੰਦਾ ਆਇਆ ਵੀ ਇਹ ਲੋਕ ਜਿਹੜੇ ਹੈਗੇ ਆਪਣੇ 'ਚ ਫਿੱਕ ਪਾਉਣਗੇ ਫਿੱਕ ਪਾਉਣਗੇ। ਐਨੀਵੇ ਉਹ ਗੱਲ ਖਤਮ ਹੋ ਗਈ, ਅਸੀਂ ਫਿਲਮ ਦੁਬਾਰਾ ਸ਼ੁਰੂ ਕੀਤੀ। ਉਹ ਸਿਕੰਦਰਾ ਫਿਲਮ ਬਣੀ, ਸਿਕੰਦਰਾ ਫਿਲਮ ਬਣੀ, ਦੇਖੋ ਡੈਸਟਨੀ ਦੇਖੋ ਕਿੱਥੇ ਪਲੇ ਕਰਦੀ ਹੈ, ਪ੍ਰੀਤੀ ਸਪਰੂ ਵੀ ਸੀਗੀ ਉਹਦੇ 'ਚ। ਫਿਲਮ ਬਣੀ ਔਰ ਉਹਦੇ ਮੈਂ ਬੜਾ ਹੀ ਘੈਂਟ ਧਾਸੂ ਰੋਲ ਕੀਤਾ, ਸੱਪ ਓਰਿਜਿਨਲ ਲਿਆਦਾ, ਬਾਲ ਬਣਾਏ, ਲੈਂਸ ਕੀਤਾ, ਬਹੁਤ ਕੁਛ ਕੀਤਾ, ਬਹੁਤ ਕੁਛ ਕੀਤਾ। ਔਰ ਰਵਿੰਦਰ ਰਵੀ ਜੀ ਸਾਡੇ ਡਾਇਰੈਕਟਰ ਸੀ, ਫਿਲਮ ਵਿੱਚ ਰੋਗੀ ਪ੍ਰੋਡਿਊਸਰ ਭੱਜ ਗਿਆ, ਪੈਸੇ ਸੀਗੇ ਨਹੀਂ। ਮੈਨੂੰ ਰਵੀ ਕਹਿੰਦਾ 8 ਲੱਖ ਰੁਪਈਆ ਯਾਰ ਚਾਹੀਦਾ, ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਕਿਹਾ ਜੇ ਫਿਲਮ ਨਾ ਬਣੀ ਤਾਂ ਮੈਂ ਕਿਹਾ ਲੋਕਾਂ ਨੇ ਕਹਿਣਾ ਲਓ ਜੀ ਇਕੱਠੇ ਕੀਤੇ ਸੀ ਫਿਲਮ ਬੰਦ ਹੋ ਗਈ, ਜੋ ਅਸੀਂ ਕਹਿ ਰਹੇ ਸੀ ਉਹ ਬਾਣੀ ਠੀਕ ਹੋ ਜਾਣੀ ਸੀ। ਮੈਂ ਬਾਈ ਗੁੱਗੂ ਨੇ ਵੀ ਗੱਲ ਕੀਤੀ, ਮੈਂ ਕਿਹਾ ਰਵੀ 8 ਲੱਖ ਰੁਪਈਆ ਤੁਹਾਨੂੰ ਦਿੰਦਾ ਪਰ ਮੈਨੂੰ ਵਾਪਸ ਕਰ ਦੀ। ਮੈਂ ਜਿਹਨੂੰ 8 ਲੱਖ ਰੁਪਈਆ ਚੰਡੀਗੜ੍ਹੋਂ ਲਿਆ ਕੇ ਦਿੱਤਾ, ਅਸੀਂ ਫਿਲਮ ਬਣਾਈ, ਉਹਨੇ ਉਹਨੂੰ ਚੈੱਕ ਵੀ ਕੱਟ ਕੇ ਦਿੱਤੇ ਜਿਹੜੇ ਅੱਜ ਮੇਰੇ ਕੋਲ ਪਏ ਨੇ, ਮੇਰੇ ਅੱਜ ਤੱਕ ਹੁਣ ਮੇਰੇ ਕੋਲ ਪਏ ਨੇ। ਮੁੜ ਕੇ ਉਸ ਪੈਸੇ ਨੂੰ ਦੇਣ ਮਾਰੇ ਉਹ ਵੀ ਉਹ ਪੈਸਾ ਮੈਨੂੰ ਦੇਣਾ ਪਊਗਾ, ਮੈਂ ਫਿਲਮ ਬੰਦ ਕਰਾ ਦੀ। ਮੈਂ ਡਿਸਟ੍ਰੀਬਿਊਟਰ ਨੂੰ ਕਿਹਾ ਵੀ ਮੇਰੇ ਪੈਸੇ ਦੇਣੇ ਨੇ, ਫਿਲਮ ਨਹੀਂ ਰਿਲੀਜ਼ ਹੋਗੀ, ਫਿਲਮ ਬੰਦ ਹੋ ਗਈ, ਬਣ ਚੁੱਕੀ ਸੀ। ਡਬਿੰਗ ਮੇਰੀ ਰਹਿ ਗਈ ਸੀ, ਮੈਂ ਡਬਿੰਗ ਅੱਜ ਕਰਦਾ ਕੱਲ੍ਹ ਕਰਦਾ, ਪੈਸੇ ਦਿਓਗੇ ਤਾਂ ਡਬਿੰਗ ਕਰਾਂਗੇ। ਫਿਲਮ ਬੰਦ ਹੋ ਗਈ, ਇਸ ਬੰਦੇ ਨੇ ਕੀ ਕੀਤਾ ਜੀ, ਮੇਰੀ ਡਬਿੰਗ ਕਿਸੇ ਹੋਰ ਤੋਂ ਕਰਾ ਲਈ। ਕਦੇ ਤਾਂ ਉਹਦੇ ਵਿੱਚ ਸ਼ਿਵਿੰਦਰ ਮਾਲ ਦਾ ਨਾਂ ਵੱਜਦਾ ਸੀ, ਜੋ ਕਿ ਪਤਾ ਲੱਗਿਆ ਉਹ ਗਲਤ ਹੈ। ਫਿਰ ਪਤਾ ਲੱਗਿਆ ਜੀ ਹਰਜੀਤ ਵਾਲੀਆ ਬੰਬੇ, ਉਹਨੇ ਕੀਤੀ। ਫਿਰ ਪਤਾ ਲੱਗਿਆ ਜੀ ਕਿ ਉਹ ਬੰਦਾ ਮਾਰ ਹੀ ਗਿਆ ਜਿਹਨੇ ਮੇਰੀ ਡਬਿੰਗ ਕੀਤੀ। ਉਹਨੂੰ ਡਬਿੰਗ ਇਸ ਕਰਕੇ ਕੀਤੀ ਗਈ ਕਿਉਂਕਿ ਯੋਗਰਾਜ ਸਿੰਘ ਬੜਾ ਭਾਰੂ ਲੱਗਦਾ ਸੀ। ਮੈਂ ਪੁੱਛਾਂ ਕਿਸੇ ਤੋਂ, ਕੋਈ ਬੰਦਾ ਖੜਾ ਹੋਇਆ ਇੱਕ ਗੱਲ ਕਹਿਣ ਨੂੰ ਵੀ ਭਾਈ ਤੁਸੀਂ ਯੋਗਰਾਜ ਸਿੰਘ ਦੀ ਡਬਿੰਗ ਕਿਸੇ ਹੋਰ ਤੋਂ ਕਿਉਂ ਕਰਾਈ। ਗੱਲ ਮੇਰੀ ਸਮਝ, ਮੈਂ ਕੀ ਕਹਿਣਾ ਚਾਹੁੰਦਾ। ਹੋਇਆ ਕਿ ਐਡੀ ਵੱਡੀ ਐਡੀ ਸੋਹਣੀ ਫਿਲਮ ਬਣੀ, ਲੀਰੋ ਲੀਰ ਹੋ ਗਈ ਕਿਉਂਕਿ ਲੋਕ ਜਦ ਗਏ ਉਹਨਾਂ ਨੇ ਮੇਰੀ ਆਵਾਜ਼ ਸੁਣੀ, ਉਹ ਕਹਿੰਦੇ ਯੋਗਰਾਜ ਸਿੰਘ ਦੀ ਆਵਾਜ਼ ਹੀ ਹੈ ਨੇ। ਸੋ ਆਲ ਦੀਜ਼ ਥਿੰਗਸ ਜਿਹੜੀਆਂ ਹੁੰਦੀਆਂ ਫਰਕ ਇੱਥੋਂ ਪਿਆ। ਲੇਕਿਨ ਫਿਰ ਉਹ ਜੁੜਿਆ, ਲੇਕਿਨ ਕਹਿੰਦੇ ਨੇ ਇੱਕ ਵਾਰੀ ਜੇ ਟੁੱਟ ਜੇ ਨਾ ਧਾਗਾ ਦੇ ਵਿੱਚ ਗੱਠ ਪੈ ਜਾਂਦੀ ਹੈ। ਆਈ ਥਿੰਕ ਅਸੀਂ ਹੁਣ ਅਲੱਗ ਅਲੱਗ ਉਹ ਵੀ ਕੰਮ ਕਰ ਰਹੇ, ਮਹਾਰਾਜ ਉਹਨਾਂ ਨੂੰ ਭਾਗ ਲਾਵੇ, ਐਦਾਂ ਖੂਬਸੂਰਤ ਦਾ ਹੈਂਡਸਮ ਅਸੀਂ ਮਿਲਦੇ ਵੀ ਹਾਂ, ਪਰ ਸ਼ਾਇਦ ਹੁਣ ਉਹ ਤਾਂਘ ਹੈ ਨਹੀਂ। ਇੱਕ ਹੋਰ ਇੰਸੀਡੈਂਟ ਹੈਗਾ, ਅਸੀਂ ਸ਼ੂਟਿੰਗ ਕਰ ਰਹੇ ਸੀ, ਮੇਰੀ ਮੈਨੇਜਰ ਪ੍ਰਵੀਨ ਅਖਤਰ, ਅਤੇ ਪਰ ਉਹ ਮੇਰੇ ਕੋਲ ਭੱਜੀ ਭੱਜੀ ਆਈ, ਕਹਿੰਦੇ ਜੀ ਆਪਣਾ ਗੁੱਗੂ ਜੀ ਨੂੰ ਉਸੇ ਗਲਾਸ ਦੇ ਵਿੱਚ ਚਾਹ ਦਿੱਤੀ ਜਾ ਰਹੀ ਹੈ ਜਿਸ ਗਲਾਸ ਦੇ ਵਿੱਚ ਇਹ ਦੂਜੇ ਪੀਂਦੇ ਨੇ ਚਾਹ। ਮੈਂ ਉਹਨੂੰ ਕਿਹਾ ਤੂੰ ਭੱਜ ਗਏ ਮਾਰਕੀਟ ਜਾ, ਤੂੰ ਐਂ ਕਰ, ਮੈਂ ਕਿਹਾ ਮੇਰੇ ਕੋਲ ਨਵਾਂ ਗਲਾਸ ਪਿਆ, ਛੱਡ ਪਰੇ, ਬਾਅਦ 'ਚ ਜਾਵਾਂਗੇ। ਤੂੰ ਇਹ ਗਲਾਸ ਜਾ ਕੇ ਗੁੱਗੂ ਨੂੰ ਦੇ ਕੇ ਆ, ਔਰ ਕਹਿ ਕੇ ਆ ਵੀ ਇਹਨਾਂ ਵਾਸਤੇ ਸਪੈਸ਼ਲ ਚਾਹ ਇਹਦੇ ਵਿੱਚ ਆਊਗੀ ਕੱਪ ਦੇ ਵਿੱਚ। ਉਹ ਗਈ, ਗੁੱਗੂ ਵੀਰ ਨੇ ਉਹਨੂੰ ਚੁੰਮਿਆ ਗਲਾਸ ਨੂੰ, ਆਪਣੇ ਹਿੱਕ ਨਾਲ ਆਇਆ ਅਤੇ ਰੱਖ ਲਿਆ, ਅਤੇ ਇਹ ਕਿਹਾ ਪ੍ਰਵੀਨ ਅਖਤਰ ਨੂੰ, ਜਿਹੜੇ ਕਿ ਉਹਨੂੰ ਮੈਂ ਆ ਕੇ ਦੱਸਿਆ ਕਿ ਮੇਰਾ ਬਾਈ ਮੈਨੂੰ ਬਹੁਤ ਪਿਆਰ ਕਰਦਾ, ਮੈਨੂੰ ਪਤਾ, ਮੈਂ ਅੱਜ ਵੀ ਉਹਨੂੰ ਬਹੁਤ ਪਿਆਰ ਕਰਦਾ, ਮੈਂ ਕਪਿਲ ਨੂੰ ਵੀ ਬਹੁਤ ਪਿਆਰ ਕਰਦਾ, ਮੈਂ ਜ਼ਿੰਦਗੀ ਦੇ ਵਿੱਚ ਪਿਆਰ ਤੋਂ ਇਲਾਵਾ ਕੁਛ ਕਰ ਨਹੀਂ ਸਕਦਾ, ਪਰ ਮੇਰਾ ਵੀ ਦਿਲ ਹੈ ਨਾ, ਮੈਂ ਇਹ ਵੀ ਤਾਂ ਰੋਂਦਾ ਨਾ, ਇਹ ਵੀ ਤਾਂ ਟੁੱਟਦਾ ਨਾ, ਇਹਦਾ ਮੈਂ ਕੀ ਕਰਾਂ। ਪਰ ਇਹਨੂੰ ਮੈਂ ਸੀ ਸੀ ਕੇ ਇੱਕ ਬੋਰੀ ਬਣਾ ਲਿਆ,
اور میں کہنا ابھی اور بھی جگہ باقی ہے زخموں کے لیے, دیتے جاؤ ہم لیتے جائیں گے, دیتے جاؤ. اور شعر لکھے آتے ہوتے کہ میں نے ہر غم کو خوشی میں ڈھالا ہے, میرا ہر ایک چلن اس دنیا سے نرالا ہے, جن حادثوں سے مر جاتے ہیں لوگ مجھے انہیں حادثوں نے پالا ہے. اور اگے بھی لکھا ہے کہ تو شاہین ہے پرواز ہے کام تیرا, تیرے سامنے آسمان اور بھی ہیں, اسی روز و شب میں الجھ کر نہ رہ جا کہ تیرے زمین اور مکان اور بھی ہیں, ستاروں سے آگے جہاں اور بھی ہے, ابھی زندگی کے عشق کے امتحان اور بھی ہیں اور بھی ہیں. پاجی چار فلموں دے میں نام لینا, ویسے مشکل ہوندا ہے, ماں نے میں تسی دسیا بھی اپنے بچے سارے پیارے ہوندے نے, پر یہ چار فلماں میں پتہ نہیں کیویں مطلب اے بار بار دیکھ سکدے ہو تسی. بدلا جٹی دا, پت سرداراں دے کچہری تے نائن پوری تو دے, چاراں چوں تہاڈی فیورٹ کیڑی؟ تسی میرے سارے بچیاں دے ناں ہی نہیں لے. تو بی ویری آنےسٹ, میں سچ کہوں گا جو کہوں گا, جنیاں فلماں میں کیتیاں نے, جنیاں فلماں چ مینوں رب نے موقع دتا کام کرن دا, پہلی گل تو میں تمام پروڈیوسروں کا ڈائریکٹر کا دھنواد کردا کہ میں ایکٹر سا نہیں, مینو انہوں نے لوگوں نے ایکٹر بناتا فلم چ لے کے. تھی جی چار فلموں کے نام لے نے, میں سر بالکل نہیں کہہ سکتا کہ جو مجھے کہڑی پسند ہے, کیونکہ بچہ جہ جا مرضی ہوئے, کانا ہوئے, نیلا ہوئے, پیلا ہوئے, چلنا نہ آتا ہوئے, وہ ماں نو بڑے پیارے ہوں. یہ اور بات ہے کسی کا ناک ٹیڑا تھا, کسی کی شکل ٹھیک نہیں تھی. ہاں, سو آئی تھنک میں نو اس دبدا چ کدے بھی نہ پائیو کہ میں ڈیفینشیٹ کر سکا. آئی تھنک ہاں جی, بٹوارا تو لے کے 1983 تو لے کے ہن تک, ایک ویسے ایک وہ بھی دور آیا سی پاجی میرے خیال نال جڑا ماحول ٹھیک ہے, جڑی جسپال بھٹی ہوراں نے بنائی سی, ٹیررزم بہت پیک تے سی, پر اونے کہتے کہ وہ فلم نے ایک نواں دور شروع کیتا ہے پنجابی فلم جڑے آدھنک دور جڑا کہہ رہے ہیں نا, مطلب تسی وہ دونوں ایرا دیکھے نے, خیر ہے نا, تسی پہلے ایرا دے بھی سپر سٹار رہے ہو, تین جنریشنز ہو گئی ہیں جی. بہت فرق ہے جی. ادو ایک سی ڈی وکتی ہوں سی فورن دے وچ, 1.5 لاکھ روپیہ کا ملتا ہوں سی, 7 پرنٹ ریلیز ہوں سی, تو وہ ایک 3-wheeler والا توتو جہا لا کے وا سارا ڈنگ کہ یوگ راج تو گگو گل کی فلم ماری ہے جی, فلانا فلانے دیکھو, جد نو وہ گھوم گھم کے آتا سی ختم کر کے انہیں تو فلم لت جاتی سی, ادو نہ وینٹیاں وینا ہوں سی نہ کچھ, اتنے کمادا جی کپڑے بدل لینے, جہیا ہیروئنس ہوں سی انہوں نے کہنا دلجیت کور جی بڑے دلیر رہے ہیں, وہ کوئی چادر سیدھی کر توں میں کپڑے اتنے بدل لینے, سو دیٹ کائنڈ آف اے گل سی. ادو ماحول بھی بڑا یہو جہا سی, اپنا پن سی, اور ادو ریٹے کوئی نہیں سی کیونکہ اسٹاک یوز ہوں سی, ایک ڈبا بہت مہنگا ہوں سی, 40 ڈبے تھی فلم کمپلیٹ کرنی ہوں سی, تو اسی ادو ریہرسل بہت کرتے سی, ایک دوجے نے پیار بڑا سی, مثلاً میٹ منگا لینا, دال منگا لینی, سبزی منگا لینی, اتنے نہیں جانی, سب لی بنائی جانا, کھائی جانا, شوٹنگ کری جانی, اور ایسا لگتا سی پنجابی سنیما ایک مطلب, پر میں ادو بھی بڑا سیریسلی اپنے آپ کو لیا کہ میں اپنے ایز این ایکٹر ڈیولپ کرنا ہے. اور اس تو بعد پھر ایک ایسا دور آیا جو اج دا دور ہے, پچھلا دور بھی گیا, منموہن سنگھ جی آئے, انہوں نے بڑی خوبصورت فلم دوبارہ دور شروع کیا, ہرپجن مان جی انہوں کے ہیرو سکے, پھر اج دا دور ہے. پر میں ہمیشہ ایک چیز چاہی جب میں فلم پروڈیوس بھی کیتے ہیں, ڈائریکٹ بھی کیتے ہیں, کہ میں زندگی جنا بامبے تو کوئی ایکٹر نہیں لے کے آنا, بامبے چ کوئی ٹیکنیک نہیں ہونی چاہیے, ٹیکنیکل کام نہیں ہونا چاہیے. انفیکٹ جڑا سینسر بورڈ ہے وہ بھی میں چاہوں گا کہ پنجاب چ بنے, کیونکہ انہوں نے پنجابی سمجھ نہیں آتی, ساری فلموں کے بہت سینسرس کرتے ہیں, ایکٹر سارے اسٹیج کے ہون فلانا ہون, اور رب نے میری بڑی سنی, آئی ایم سو ہیپی, مینوں اتنی خوشی ہے کہ سارے سارے ایکٹروں کو اج گڈیاں نے, کاراں نے, پیسے نے, سب کچھ ہے, اور یہ دین کی دی ہے, یہ پنجابی فلموں کے دن, اج پنجابی سنیما جڑا گا ہالی ووڈ تے بالی ووڈ نہ کمپیئر ہو رہا ہے. جی تسی سجن سنگھ رنگروٹ پکچر دیکھی ہے, تسی اس فلم نو ایک ہالی ووڈ دے نال کمپیئر کر سکتے ہو, پنکج بترا جی نے اتنی خوبصورت پکچر وہ بنائی ہے. سو آئی تھنک اپنا سنیما بہت گرو کر گیا, اور میں مالک دا شکر گزار ہاں, میں سارے نو کہنا ہوں, میں کہا ہاتھ جوڑ کے شکر کریا کرو, جنہوں نے روٹی نہیں سی جڑتی وہ محلوں چ رہن لگ گئے, جنہوں کو ٹوٹے سائیکل سی انہوں کو وڈی وڈی گڈیاں ہو گئی ہیں. میرے لیے بہت خوشی کی گل ہے کیونکہ یہ لوگ ڈیزرو کرتے سی, انہاں لوکاں نے سٹیج اتنے بڑے کام کیتے, با کمال کام انہوں نے ٹیلی ویژن اس پہ کیتے, یو نو, سو اج یہ وڈے وڈے ایکٹرز نے, سٹارز نے, بہت مینوں خوشی ہے, اینڈ آئی تھینک گاڈ فار دس, یو نو. ورندر جی ہو گئے, ترمندر جی ہو گئے, سارے ستیش کور جی, اس دور پریتی سفرو جی, دلجیت کور جی, جنہاں دے تسی نال ہے سارے, انہاں دے نال تسی کام کیتا ہے, سو ویسے کدے کدے ایں ہوندا ہے فیل کہ جویں اسی جدوں ایک کلاس چھڈ کے دوسری چلی جانے, یار وہ پچھلی کلاس چ جڑا پڑھاندا ہوندا سی
ਉਹ ਜ਼ਿਆਦਾ ਵਧੀਆ ਹੁੰਦਾ ਸੀਗਾ, ਹੈ ਨਾ? ਜਾਂ ਸਾਡੇ ਉਹ ਕਲਾਸ ਦੇ ਵਿੱਚ ਕਲਾਸਮੇਟ ਜ਼ਿਆਦਾ ਵਧੀਆ ਹੁੰਦੇ ਸੀ, ਮਿਸ ਕਰਦੇ ਹਾਂ। ਸੋ ਤੁਸੀਂ ਕਦੇ ਮਿਸ ਕਰਦੇ ਹੋ ਆਪਣੇ ਕਾਊਂਟਰ ਜਿਹੜੇ ਐਕਟ ਤੁਹਾਡੇ ਪੈਡਲਰ ਜਿਹੜੇ ਹੁੰਦੇ ਸੀਗੇ? ਆ ਤੁਸੀਂ ਜਿੰਨੇ ਵੱਡੇ ਵੱਡੇ ਐਕਟਰਾਂ ਦਾ ਨਾਂ ਲਿਆ ਨਾ, ਧਰਮ ਭਾਜੀ ਹੋਣੀ ਸਾਰੇ ਜਿੰਨੇ ਵੀ ਹੈ, ਇਹ ਪੰਜਾਬੀ ਫਿਲਮਾਂ 'ਚੋਂ ਹੀ ਗਏ ਨੇ। ਔਰ ਸੁਭਾਸ਼ ਗਈ ਜੀ ਸ਼ੇਰਨੀ ਪਿਕਚਰ ਦੇ ਹੀਰੋ ਸੀਗੇ, ਫਿਰ ਡਾਇਰੈਕਟਰ ਬਣ ਗਏ। ਸੋ ਪੰਜਾਬੀ ਫਿਲਮਾਂ ਨੇ ਬੜੀ ਵੱਡੀ ਦੇਣ ਦਿੱਤੀ ਹੈ। ਮੇਹਰ ਮਿੱਤਲ ਜੀ, ਖਰੇਤੀ ਪੈਂਗਾ, ਆਲ ਦੀਸ ਪੀਪਲ। ਕਦੇ ਕਦੇ ਸੱਚ ਬੋਲ ਰਿਹਾ ਮੈਂ, ਕਦੇ ਕਦੇ ਜਦ ਧਰਮ ਭਾਜੀ ਨੂੰ ਦੇਖਦਾ ਜਾਂ ਸਾਰਿਆਂ ਨੂੰ ਦੇਖਦਾ ਪੁਰਾਣੀਆਂ ਪਿਕਚਰਾਂ, ਹੁਣ ਮੈਂ ਗਾਣਾ ਬੜਾ ਸੁਣਿਆ ਪਿੱਛੇ, ਸ਼ੀਸ਼ੇ ਸੇ ਪੀ ਜਾਂ ਪੈਮਾਨੇ ਸੇ ਪੀ ਜਾਂ ਮੇਰੀ ਆਖੋ ਕੇ ਮਖਾਨੇ ਸੇ ਪੀ, ਹਾਂਜੀ, ਉਹ ਗਾਣੇ ਨੂੰ ਸੁਣ ਸੁਣ ਕੇ ਮੈਂ ਖਿਚੜੀ ਬਣਾ ਦਈ ਸ਼ੂਟਿੰਗ 'ਤੇ ਵੀ ਹੁਣ ਵੀ। ਅਤੇ ਮੈਂ ਕਈ ਵਾਰੀ ਸੋਚਦਾ, ਰੱਬਾ ਇਹ ਯਾਰ ਐਡਾ ਸੋਹਣਾ ਮੁੰਡਿਆ ਸੀ, ਹਜੇ ਹੀਰੋ ਬਣਾ ਕੇ ਤੂੰ ਬੰਬੇ 'ਚ ਪੈਦਾ ਕਰਦੇ, ਸਾਡੀ ਵਾਰੀ ਮਿੱਟੀ ਮੁੱਕ ਗਈ ਸੀ, ਸਾਨੂੰ ਵੀ ਕਿਤੇ ਬੰਬੇ ਸਿੱਟ ਦਿੰਦਾ। ਅਸੀਂ ਵੀ ਇਹਨਾਂ ਨੂੰ ਦੇਖ ਕੇ ਮੈਨੂੰ ਲੱਗਦਾ ਯਾਰ ਉਹ ਮਨ ਪਰਚਾ ਲਈਦਾ ਗਾਣਾ ਜਿਹਾ ਗਾ ਕੇ, ਟੇਢਾ ਮੇਢਾ ਲੱਕ ਮਾਰ ਕੇ ਵੀ ਗਾਂ, ਸਾਡੇ ਮੂਹਰੇ ਵੀ ਸ਼ਰਮੀਲਾ ਟਗੋਰੀ ਘੁੰਮੀ ਫਿਰਦੀ ਆ। ਬਟ ਹਾਂ, ਇੱਦਾਂ ਮਹਿਸੂਸ ਮੈਨੂੰ ਹੁੰਦਾ ਯਾਰ, ਯੂ ਨੋ ਆਈ ਆਲਵੇਜ਼ ਵਾਂਟਡ ਟੂ ਬੀ ਅ ਵੈਰੀ ਰੋਮੈਂਟਿਕ ਹੀਰੋ, ਹੈ ਨਾ? ਮੇਰੀ ਇਮੇਜ ਹੀ ਹੋਰ ਤਰੀਕੇ ਦੀ ਬਣਾ ਤੀ, ਮੈਨੂੰ ਹੁਣ ਪਤਾ ਲੱਗਿਆ। ਲੋਕ ਕਹਿੰਦੇ ਯਾਰ ਤੂੰ ਕਾਮੇਡੀ ਬੜੀ ਅੱਛੀ ਕਰਦਾ, ਉਹ ਮੈਂ ਕਿਹਾ ਮੈਨੂੰ ਕਦੇ ਤੁਸੀਂ ਰੋਮੈਂਟਿਕ ਸੀਨ ਦੇ ਕੇ ਦੇਖੋ ਬਣਦਾ ਕੀ ਹੈ ਜ਼ਿੰਦਗੀ ਦੇ ਵਿੱਚ। ਸੋ ਟੂ ਬੀ ਆਨੈਸਟ ਮੈਨੂੰ ਹਮੇਸ਼ਾ ਲੱਗਦਾ ਯਾਰ, ਰੱਬਾ ਜਾਂ ਤਾਂ ਮੈਨੂੰ ਦੂਸਰਾ ਜਨਮ ਦੇ ਕੇ ਐਕਟਰ ਧਰਮਿੰਦਰ ਵਰਗਾ ਬਣਾ ਦੇ, ਜਿਹਨੇ ਜਾਂ ਸਾਰੀ ਹੀਰੋ ਨਾਲ ਖੂਬਸੂਰਤ ਰੋਮਾਂਸ ਇਸ਼ਕ ਕੀਤਾ ਅਤੇ ਗਾਣੇ ਗਾਏ ਅਤੇ ਬਾ ਕਮਾਲ ਐਕਟਰ ਹੈ, ਤਾਂ ਜਾਂ ਫਿਰ ਮੈਨੂੰ ਵਿਵ ਰਿਚਰਡ ਬਣਾ ਦੀ, ਮੈਂ ਇੱਕ ਜਨਮ ਹੋਰ ਲੈਣਾ। ਸੋ ਹਾਂਜੀ, ਫੀਲ ਤਾਂ ਹੁੰਦਾ ਹੀ ਹੈ ਵੀ ਪਿੱਛੇ ਕੋਈ ਰਹਿ ਗਿਆ। ਮੈਂ ਕਈ ਵਾਰੀ ਗੱਲ ਹੈ, ਮੈਂ ਡਾਇਰੈਕਟਰ ਪ੍ਰੋਡਿਊਸਰਾਂ ਨੂੰ ਰਾਈਟਰਾਂ ਨੂੰ ਕਹਿੰਦਾ, ਉਹ ਯਾਰ ਚਿੱਟੀ ਦਾੜੀ 'ਤੇ ਨਾ ਜਾਓ, ਕੋਈ ਇਹੋ ਜਿਹੀ ਫਿਲਮ ਲਿਖੋ ਯਾਰ ਕਿ ਚਿੱਟੀ ਦਾੜੀ ਵਾਲੇ ਨੂੰ ਗੋਰੀ ਨਾਲ ਇਸ਼ਕ ਹੋ ਗਿਆ ਜਾਂ ਗੋਰੀ ਨੂੰ ਇਹਦੇ ਨਾਲ ਇਸ਼ਕ ਹੋ ਗਿਆ। ਉਹ ਸਾਨੂੰ ਵੀ ਕਦੇ, ਮੈਂ ਕਿਹਾ ਸਲ ਚਾਦਰਾ ਕੁੜਤਾ ਪਾ ਕੇ ਫੁੱਲਾਂ 'ਚ ਗਾਣਾ ਗਾਵਾਂ ਨਾ, ਮੈਂ ਕਿਹਾ ਫੱਕੀਆਂ ਉਡਾ ਦਾਂਗਾ, ਪਰ ਪਤਾ ਨਹੀਂ ਸ਼ਾਇਦ ਟਾਈਮ ਆਉਣਾ ਕਿ ਨਹੀਂ ਆਉਣਾ। ਪਰ ਆਈ ਹੋਪ ਜਿਹੜੀ ਗੱਲ ਤੁਸੀਂ ਤੇ ਮੈਂ ਕਰ ਰਹੇ ਹੋ ਸੁਣ ਲੈਣ ਤਾਂ ਚੰਗਾ, ਮੈਨੂੰ ਕਿਹੋ ਜਿਹੀ ਫਿਲਮ ਚਾਹੀਦੀ ਹੈ। ਪਰ ਜਿੱਦਾਂ ਦੀਆਂ ਫਿਲਮਾਂ ਤੁਸੀਂ ਅੱਜ ਦੇ ਦੌਰ 'ਚ ਵੀ ਕਰ ਰਹੇ ਹੋ ਨਾ ਭਾਅ ਜੀ, ਜਿਵੇਂ ਲਵ ਪੰਜਾਬ ਦਾ ਆਪਾਂ ਜ਼ਿਕਰ ਕੀਤਾ ਹੈ ਨਾ, ਜਾਂ ਅਰਦਾਸ ਹੋ ਗਿਆ, ਇਹ ਕੁਛ ਇਹੋ ਜਿਹੀਆਂ ਫਿਲਮਾਂ ਨੇ ਮੇਰੇ ਖਿਆਲ ਨਾਲ ਇਹ ਪੰਜਾਬੀ ਇੰਡਸਟਰੀ ਦੇ ਵਿੱਚ ਲੰਬੇ ਸਿਰ ਤੱਕ ਯਾਦ ਰੱਖੀਆਂ ਜਾਂਦੀਆਂ। ਇਹ ਇਹਨਾਂ ਨੇ ਲੈਂਡਮਾਰਕ ਸੈੱਟ ਕੀਤੇ ਨੇ ਜੀ ਕਿ ਹਾਂ ਇੱਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ, ਹੈ ਨਾ? ਸੋ ਅੱਗੇ ਦਾ ਹੁਣ ਯੋਗਰਾਜ ਸਿੰਘ ਦੀ ਪਟਾਰੀ ਦੇ ਵਿੱਚ ਕੀ ਕੁਛ ਆ ਰਿਹਾ ਜੀ? ਪਹਿਲਾਂ ਮੈਂ ਤੁਹਾਡੀ ਆਹ ਗੱਲ ਨਾ ਮਾੜੀ ਜਿਹੀ ਅੱਗੇ ਤੋਰਨਾ ਚਾਹੁੰਦਾ, ਜਦ ਗੋਰਿਆਂ ਨੂੰ ਦਫਾ ਕਰੋ ਫਿਲਮ ਮੇਰੇ ਕੋਲ ਆਈ ਸੀ ਜਾਂ ਲਵ ਪੰਜਾਬ ਆਈ ਸੀ, ਅਤੇ ਲਿਟਰਲੀ ਮੈਂ ਸੈੱਟ ਤੋਂ ਚਲਾ ਗਿਆ ਸੀ। ਮੈਂ ਕਿਹਾ ਵੀ ਮੈਂ ਨਹੀਂ ਕਰ ਸਕਦਾ, ਤਾਂ ਮੈਨੂੰ ਕਹਿੰਦਾ ਭਾਅ ਜੀ ਕੀ ਕਰਦੇ ਤੁਸੀਂ? ਮੈਂ ਕਿਹਾ ਨਹੀਂ ਯਾਰ ਬੜਾ ਔਖਾ, ਮੈਨੂੰ ਰਜੀਵ ਜੀ ਨੇ ਕਿਹਾ, ਮੈਂ ਕਿਹਾ ਰਜੀਵ ਮੈਂ ਯਾਰ ਇਹ ਕੰਮ ਨਹੀਂ ਕਰ ਸਕਦਾ। ਕਹਿੰਦਾ ਭਾਅ ਜੀ ਤੁਹਾਨੂੰ ਪਤਾ ਨਹੀਂ ਤੁਹਾਡੇ 'ਚ ਹੈ ਕੀ। ਅੱਛਾ, ਮੈਂ ਕਿਹਾ ਫਿਰ ਉਹ ਗੋਰਿਆਂ ਦਫਾ ਕਰੋ ਪੰਕਜ ਨੂੰ। ਮੈਂ ਕਿਹਾ, ਮੈਂ ਕਿਹਾ ਪੰਕਜ ਯਾਰ ਮੇਰੇ ਤੋਂ ਨਹੀਂ ਹੋਣਾ। ਉਹ ਕਹਿੰਦਾ ਭਾਅ ਜੀ ਤੁਸੀਂ ਚੁੱਪ ਕਰਕੇ ਜੋ ਮੈਂ ਕਹਿੰਦਾ ਕਰੀ ਚੱਲੋ। ਸੋ ਮੈਨੂੰ ਪਤਾ ਲੱਗਿਆ ਕਿ ਵੀ ਮੈਂ ਇਹ ਵੀ ਕਰ ਸਕਦਾ। ਮੈਨੂੰ ਬੇਸਿਕਲੀ ਇਹਨਾਂ ਡਾਇਰੈਕਟਰਾਂ ਨੇ, ਪੰਕਜ ਹੋਣਾ ਨੇ, ਰਜੀਵ ਹੋਣਾ ਨੇ, ਸਾਰਿਆਂ ਨੇ ਮਿਲ ਕੇ ਜਿੰਨੇ ਵੀ ਡਾਇਰੈਕਟਰਸ ਨੇ, ਜਾਂ ਦੂਰਬੀਨ ਪਿਕਚਰ ਆਈ ਸੀ ਜਾਂ ਤਾਰਾ ਮੀਰਾ ਆਏ ਹੁਣ ਆ ਰਹੀ ਹੈ, ਅਤੇ ਇਹਨਾਂ ਨੇ ਮੈਨੂੰ ਉਭਾਰਿਆ। ਹੁਣ ਜਿੱਦਾਂ ਤਾਰਾ ਮੀਰਾ ਮੇਰੀ ਫਿਲਮ ਹੈਗੀ ਹੈ, ਅੱਜ ਰਿਲੀਜ਼ ਹੋਈ ਆ, ਆਈ ਹੋਪ ਇਟ ਡਜ਼ ਵੈਰੀ ਵੈਲ। ਪਰ ਜੋ ਉਹਦੇ 'ਚ ਕੈਰੈਕਟਰ ਕੀਤਾ ਹੈ, ਮਤਲਬ ਉਹ ਸਾਰਾ ਡਾਇਰੈਕਟਰ ਨੂੰ ਸ਼੍ਰੇ ਜਾਂਦਾ। ਮੈਨੂੰ ਐ ਲੱਗਦਾ ਕੱਲ ਨੂੰ ਧਰਨੇ ਨਾ ਲੱਗਣ ਲੱਗ ਜਾਣ ਉੱਥੇ ਕਿਤੇ ਭਈਆਂ ਦੇ, ਵੀ ਇਹ ਸਾਡਾ ਜੀ ਤੁਸੀਂ ਕੀ ਦੁਰਦਸ਼ਾ ਕੀਤੀ ਹੈ। ਮੈਂ ਤਾਂ ਰਜੀਵ ਨੂੰ ਕਹੀ ਜਾਂਦਾ ਸੀ, ਮੈਂ ਕਿਹਾ ਮੇਰੇ ਨਾਲ ਜੁੱਤੀਆਂ ਪਵਾ ਦੀ ਭਾਵਾ, ਬਾਕੀ ਤਾਂ ਸਭ ਠੀਕ। ਬਟ ਐਨੀਵੇ, ਤੁਸੀਂ ਉਹ ਗੱਲ ਕੀਤੀ ਸੀ ਕਿੰਨੀਆਂ ਫਿਲਮਾਂ ਪਾਈਪਲਾਈਨ ਦੇ ਵਿੱਚ ਹੈਗੀਆਂ, 10-12 ਫਿਲਮਾਂ ਹੈਗੀਆਂ। ਔਰ ਮੈਂ ਹਮੇਸ਼ਾ ਕੀ ਚਾਹੁੰਦਾ, ਤੁਸੀਂ ਬਿਲੀਵ ਨਹੀਂ ਕਰਨਾ, ਮੈਨੂੰ ਜੇ ਇੱਕ ਦਿਨ ਘਰ ਬਹਿਣਾ ਪੈ ਜਾਏ ਨਾ ਵਿਦਾਊਟ ਕੈਮਰਾ, ਮੈਨੂੰ ਜਿਟਰਸ ਹੋਣ ਲੱਗ ਜਾਂਦੇ, ਮੇਰੇ ਘਰ ਦੇ ਵੀ ਦੁਖੀ ਹੋ ਜਾਂਦੇ, ਕਹਿੰਦੇ ਮੈਂ ਲੜਨ ਲੱਗ ਜਾਣਾ, ਕਿਤੇ ਗੁੱਸੇ ਹੋਣ ਲੱਗ ਜਾਣਾ, ਵਿਦਾਊਟ ਐਨੀ ਰੀਜ਼ਨ। ਮੇਰਾ ਇੰਨਾ ਪੈਸ਼ਨ ਹੈ ਕੈਮਰੇ ਦੇ ਨਾਲ, ਮਤਲਬ ਮੈਨੂੰ ਇਹਦੀ ਆਦਤ ਪੈ ਗਈ ਹੈ। ਮੈਂ ਪ੍ਰੋਡਿਊਸਰ ਨੂੰ ਕਿਹਾ, ਮੈਂ ਕਿਹਾ ਯਾਰ ਕਿਸੇ ਫਿਲਮ 'ਚ ਭਾਅ ਮੈਨੂੰ 10 ਮਿੰਟ ਦਾ ਰੋਲ ਦੇ ਦਿਆ ਕਰੋ, ਦੇ ਦਿਆ ਕਰੋ ਮੈਨੂੰ ਕੈਮਰੇ ਤੋਂ ਦੂਰ ਨਾ ਰੱਖੇ। ਇਹ ਵੈਰੀ ਓਨੈਸਟ ਕਨਫੈਸ਼ਨ, ਮੈਂ ਸੱਚੀ ਕਹਿੰਦਾ, ਜੇ ਕੈਮਰੇ ਤੋਂ ਮੈਨੂੰ 2 ਦਿਨ ਵੀ ਦੂਰ ਰਹਿਣਾ ਪੈ ਜਾਵੇ, 2 ਦਿਨ ਤਾਂ ਬਹੁਤ ਵੱਡੀ ਗੱਲ ਹੈ, ਜੇ 1 ਘੰਟਾ ਵੀ ਦੂਰ ਰਹਿਣਾ ਪੈ ਜਾਵੇ ਤਾਂ ਮੈਨੂੰ ਲੱਗਦਾ ਵੀ ਮੈਂ ਕਿੱਥੇ ਆ ਗਿਆ। ਸੋ ਆਈ ਥਿੰਕ ਫਿਲਮਾਂ ਆ ਰਹੀਆਂ, ਮੈਂ ਕੋਸ਼ਿਸ਼ ਕਰ ਰਿਹਾ ਬਹੁਤ ਸਾਰੇ ਕੈਰੈਕਟਰਸ ਕਰਨ ਦੀ, ਬਹੁਤ ਸਾਰੇ ਕੈਰੈਕਟਰਸ ਲਿਖੇ ਵੀ ਜਾ ਰਹੇ ਹੈ। ਅਸੀਂ ਇੰਗਲੈਂਡ ਸ਼ੂਟਿੰਗ ਕਰਨ ਜਾ ਰਹੇ ਹਾਂ, ਹੁਣ ਫਿਰ ਕੈਨੇਡਾ ਜਾ ਰਹੇ ਹਾਂ। ਸੋ ਆਈ ਥਿੰਕ ਮੈਂ ਕੋਸ਼ਿਸ਼ ਕਰਦਾ ਕਿ ਜਦ ਮੈਂ ਜ਼ਿੰਦਗੀ 'ਚ ਜਾਵਾਂ, ਆਈ ਸ਼ੁੱਡ ਬੀ ਨੋਨ ਐਟਲੀਸਟ ਅ ਵੈਰੀ ਰੀਜ਼ਨੇਬਲ ਐਕਟਰ। ਮੈਂ ਸਟੂਡੈਂਟ ਹਾਂ ਔਰ ਕੋਸ਼ਿਸ਼ ਕਰਦਾ ਤੁਹਾਡੇ ਸਾਰੇ ਸਰੋਤਾਂ ਦੇ ਪਿਆਰ ਦੇ ਸਦਕੇ ਕਿ ਮੈਂ ਜੋ ਕਰਾਂ ਉਹ ਤੁਹਾਨੂੰ ਪਸੰਦ ਆ। ਉਸ ਪਰਮਾਤਮਾ ਦੀ ਰਹਿਮਤ ਹੈ, ਇਹ ਤੁਹਾਡਾ ਹੀ ਪਿਆਰ ਹੈ, ਮੇਰੇ ਸਿਰ ਤੇ ਹਮੇਸ਼ਾ ਹੱਥ ਰੱਖਿਓ, ਮੈਂ ਹਮੇਸ਼ਾ ਕੰਮ ਕਰਦਾ ਰਹਾਂ,
ਤੇ ਤੁਸੀਂ ਇੰਜੋਏ ਕਰਦੇ ਰਹੋ ਤੇ ਤੁਹਾਡੀਆਂ ਦੁਆਵਾਂ ਮੇਰੇ ਲਈ ਬਹੁਤ ਵੱਡੀ ਚੀਜ਼ ਹੈ। ਮੈਨੂੰ ਐ ਲੱਗਦਾ ਮੇਰੀ ਮਾਂ ਪਿਓ ਨੇ ਮੇਰੇ ਸਿਰ ਤੇ ਹੱਥ ਰੱਖਿਆ। ਥੈਂਕ ਯੂ ਸੋ ਮਚ। ਕੀ ਬਾਤ ਹੈ ਤਾਰਾ ਮੇਰਾ ਦੀ, ਆਪਾਂ ਜਾਂਦੇ ਹਾਂ ਇੱਕ ਵਾਰ ਫਿਰ ਤੋਂ ਗੱਲ ਕਰ ਲੈਂਦੇ ਹਾਂ ਜੀ ਕਿ ਮੇਰੀ ਸੁਦੇਸ਼ ਲਹਿਰੀ ਸਾਹਿਬ ਨਾਲ ਜਾ ਗੱਲ ਹੋ ਰਹੀ ਜਿਹਨਾਂ ਮੈਂ ਕਿਹਾ ਕਿਵੇਂ ਲੱਗਿਆ ਜਦੋਂ ਕਹਿੰਦੇ ਆ ਸੁਲੱਖਣ ਸਿੰਘ ਵੀ ਉਹ ਲੁਧਿਆਣੇ ਘੰਟਾ ਘਰ ਚੱਕਦਾ। ਮੈਂ ਕਿਹਾ ਥੱਲੇ ਕਾਹ ਤੇ ਡਿੱਗ ਪਏ? ਕਹਿੰਦਾ ਜੀ ਥੱਲੇ ਨਹੀਂ ਡਿੱਗੇ, ਤੁਸੀਂ ਦੇਖੋ ਵੀ ਇੱਕ ਪਾਸੇ ਚਿੜੀ ਤੇ ਇੱਕ ਪਾਸੇ ਸ਼ੇਰ ਵਾਲਾ ਮੇਲ ਹੋ ਗਿਆ। ਕਹਿੰਦੇ ਉਹਨਾਂ ਨੇ ਡਾਇਲੋਗ ਹੀ ਅੱਧਾ ਮਾਰਿਆ। ਕਹਿੰਦੇ ਸੁਦੇਸ਼ ਲਹਿਰੀ ਜੀ, ਕੁੱਗੀ ਜੀ, ਹੈ ਨਾ, ਰਣਜੀਤ ਬਾਵਾ ਜੀ, ਸਾਰੇ ਇਹਨੇ ਕਮਾ ਬਾ ਕਮਾਲ ਐਕਟਰ ਨੇ। ਮੈਂ ਧੰਨ ਹਾਂ ਇਹਨਾਂ ਦਾ ਕੰਮ ਕਰਕੇ, ਬੜਾ ਕੁਛ ਸਿੱਖਦਾ। ਕੁੱਗੀ ਜੀ ਤਾਂ ਇੱਥੇ ਤੱਕ ਜਦ ਕੋਈ ਸੀਨ ਹੁੰਦਾ ਹੈ ਤਾਂ ਹਮੇਸ਼ਾ ਕਹਿੰਦੇ ਨੇ ਭਾਜੀ ਆਪਾਂ ਐਂ ਕਰ ਲਈਏ, ਐਂ ਕਰ ਲਈਏ, ਤਾਂ ਮੈਂ ਹਮੇਸ਼ਾ ਉਹਨਾਂ ਨੂੰ ਸੁਣਦਾ ਔਰ ਕੋਸ਼ਿਸ਼ ਕਰਦਾ ਉਹਦੀ ਗੱਲ ਨੂੰ ਫੋਲੋ ਕਰਾਂ। ਸੋ ਆਈ ਥਿੰਕ ਹੁਣ ਬੀਨੂ ਜੀ ਨਾਲ, ਮੈਂ ਢਿੱਲੋਂ ਜੀ ਨਾਲ ਫਿਲਮ ਕਰਨ ਜਾ ਰਿਹਾ, ਉਹਨਾਂ ਦੀ ਸ਼ੂਟਿੰਗ ਸ਼ੁਰੂ ਹੈ, ਸੁਨੀਤ ਕੰਗ ਜੀ ਕਰ ਰਹੇ, ਬੜਾ ਅੱਛਾ ਰੋਲ ਹੈ ਉਸ ਫਿਲਮ ਦੇ ਵਿੱਚ। ਸੋ ਇਹੋ ਜਿਹੇ ਐਕਟਰਾਂ ਨਾਲ ਕੰਮ ਕਰਕੇ ਮੈਨੂੰ ਬੜਾ ਚੰਗਾ ਲੱਗਦਾ ਔਰ ਇਹਨਾਂ ਤੋਂ ਬਹੁਤ ਕੁਛ ਸਿੱਖਿਆ, ਟੂ ਬੀ ਵੈਰੀ ਓਨੈਸਟ, ਬਹੁਤ ਕੁਛ ਸਿੱਖਿਆ। ਮੈਂ ਓਬਜ਼ਰਵ ਇਹਨਾਂ ਨੂੰ ਇੰਨਾ ਕਰਦਾ ਸਾਰਿਆਂ ਨੂੰ ਔਰ ਕੋਸ਼ਿਸ਼ ਕਰਦਾ, ਸੰਘਾ ਹੈਗਾ, ਹੋਰ ਹੈਗੇ ਨੇ ਸਾਰੇ ਆਪਣੇ ਅਨਮੋਲ ਜੀ ਨੇ, ਅਤੇ ਮੈਂ ਕੋਸ਼ਿਸ਼ ਕਰਦਾ ਇਸ ਕਰਕੇ ਸ਼ਾਇਦ ਉਹ ਕਾਮੇਡੀ ਜਿਹੜੀ ਹੈਗੀ ਉਹਨੂੰ ਮੈਂ ਇਹਨਾਂ ਫਾਈਨ ਟਿਊਨਿੰਗ ਕਰਦਾ ਰਹਿੰਦਾ। ਸੋ ਮੈਂ ਤਾਂ ਸਟੂਡੈਂਟ ਹਾਂ, ਸਿੱਖਦਾ ਰਹਿਣਾ, ਅਤੇ ਮੈਂ ਬੜਾ ਸ਼ੁਕਰਾਨਾ ਕਰਦਾ ਹਾਂ ਸਾਰੇ ਐਕਟਰਾਂ ਦਾ ਵੀ ਮੈਨੂੰ ਇਹਨਾਂ ਨੇ ਆਪਣੇ ਨਾਲ ਰੱਖਿਆ। ਤੁਸੀਂ ਸਾਰੀ ਉਮਰ ਜਦ ਕੁਛ ਸਿੱਖਦੇ ਹੋ, ਪਰ ਤੁਹਾਨੂੰ ਭਾਜੀ ਮੈਨੂੰ ਲੱਗਦਾ ਨਹੀਂ ਕੁਛ ਸਿੱਖਣ ਦੀ ਐਵੇਂ, ਤੁਸੀਂ ਜਬਰੀਓ ਛੱਡ ਰਹੇ ਹੋ, ਲੋੜ ਹੈ ਨਹੀਂ। ਮੈਂ ਜਬਰੀਆਂ ਨਹੀਂ ਛੱਡ ਰਿਹਾ, ਮੈਂ ਓਨੈਸਟ ਗੱਲ ਕਰਦਾ, ਕਿਉਂਕਿ ਇਹ ਸੱਚ ਹੈ ਕਿ ਹਮੇਸ਼ਾ ਜਦ ਬੰਦੇ ਨੇ ਕਹਿਤਾ ਨਾ ਮੈਨੂੰ ਬਹੁਤ ਕੁਛ ਆਉਂਦਾ, ਉਹਦਾ ਫਿਰ ਡਾਊਨਫਾਲ ਸ਼ੁਰੂ ਹੋ ਜਾਂਦਾ, ਫਿਰ ਹੰਕਾਰ ਜਾਂਦਾ, ਮੈਨੂੰ ਕੁਛ ਵੀ ਨਹੀਂ ਆਉਂਦਾ, ਟੂ ਬੀ ਵੈਰੀ ਓਨੈਸਟ। ਔਰ ਤੁਸੀਂ ਦੇਖੋ, ਤੁਹਾਨੂੰ ਤੁਹਾਡੀ ਗੱਲ ਦਾ ਮੈਂ ਜਵਾਬ ਦੇਣ ਲੱਗਿਆ। ਮੈਂ ਭਾਗ ਮਿਲਖਾ ਭਾਗ ਦਾ ਇੱਕ ਸੀਨ ਕਰ ਰਿਹਾ ਸੀਗਾ, ਸੀਨ ਕੀਤਾ, ਐਡਿਟ ਕਰਦੇ ਸੀ, ਸ਼ਾਮ ਨੂੰ ਦਿਖਾਉਂਦੇ ਸੀ, ਅਤੇ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਜੀ ਨਾ ਇੱਕ ਦਿਨ ਸ਼ਾਮ ਨੂੰ ਸੀਨ ਕੀਤਾ ਜਿੱਥੇ ਉਹ ਪਾਕਿਸਤਾਨ ਦਾ ਏਸ਼ੀਅਨ ਗੋਲਡ ਮੈਡਲ ਜਿੱਤਦਾ ਅਤੇ ਲੈ ਕੇ ਜਾਂਦਾ, ਇੰਟਰੋਡਿਊਸ ਕਰਾਉਂਦਾ। ਮੈਂ ਸ਼ਾਮ ਨੂੰ ਹੋਟਲ ਚਲਾ ਗਿਆ ਅਤੇ ਰਾਕੇਸ਼ ਜੀ ਕਹਿੰਦੇ ਕੀ ਗੱਲ ਹੈ, ਯੋਗਰਾਜ ਕਿੱਥੇ ਹੈ? ਕਹਿੰਦੇ ਜੀ ਅੱਜ ਉਹਨਾਂ ਦਾ ਮੂਡ ਜਿਹਾ ਬੜਾ ਔਫ ਹੈ, ਪਤਾ ਨਹੀਂ ਕੀ ਗੱਲ ਹੈਗੀ। ਤਾਂ ਮੇਰੇ ਰੂਮ 'ਚ ਆ ਗਏ, ਮੈਨੂੰ ਕਹਿੰਦੇ ਕੀ ਗੱਲ ਹੈ? ਮੈਂ ਕਿਹਾ ਸਰ ਇਹ ਸੀਨ ਨਾ ਮੈਂ ਚੰਗਾ ਕਰ ਸਕਦਾ ਸੀ, ਮੇਰਾ ਸੀਨ ਸੀਗਾ, ਮੈਂ ਅੱਛਾ ਕਰ ਸਕਦਾ। ਕਹਿੰਦੇ ਬੜਾ ਅੱਛਾ ਹੋਇਆ। ਮੈਂ ਕਿਹਾ ਸਰ ਆਮ ਨੋਟ ਸੈਟਿਸਫਾਈਡ। ਕਹਿੰਦੇ ਓਕੇ, ਮੈਂ ਤੈਨੂੰ ਐਡਿਟ ਕਰਕੇ ਸਵੇਰੇ ਦਿਖਾਊਂਗਾ, ਅਤੇ ਜੇ ਤੈਨੂੰ ਨਾ ਚੰਗਾ ਲੱਗਿਆ ਮੈਂ ਦੁਬਾਰਾ ਸ਼ੂਟ ਕਰੂੰਗਾ, ਨੋ ਪ੍ਰੋਬਲਮ। ਸੋ ਸਾਡੇ ਕੋਲ 10-12 ਮੋਨੀਟਰ ਸੀਗੇ, 10-12 ਕੈਮਰਾਮੈਨ ਸੀ, 5-6 ਬੰਦੇ ਦਾ ਕਰੂ ਸੀਗਾ। ਐਡਿਟ ਕੀਤਾ ਅਤੇ ਸਵੇਰੇ ਸਾਰਿਆਂ ਨੂੰ ਇਕੱਠਾ ਕੀਤਾ ਵੀ ਮਾਈ ਐਕਟਰ ਇਜ਼ ਨੋਟ ਸੈਟਿਸਫਾਈਡ, ਅਤੇ ਆਈ ਹੈਵ ਟੂ ਸ਼ੋਅ ਹਿਮ ਦੀ ਐਡਿਟ ਸੀਨ, ਮਿਊਜ਼ਿਕ ਵਗੈਰਾ, ਫੀਡਬੈਕ ਚਾਹੀਦੀ ਹੈ ਸਾਰੇ ਇਕੱਠੇ ਕਰਕੇ। ਅਤੇ ਯੋਗ ਨੂੰ ਮੈਨੂੰ ਕਹਿੰਦਾ ਸੈਂਟਰ 'ਚ ਬਹਿ ਜਾ, ਇੱਥੇ ਮੈਂ ਦੇਖਿਆ ਸੀਨ ਚਲਾਇਆ ਵਿਦ ਬੈਕਗਰਾਊਂਡ ਮਿਊਜ਼ਿਕ ਥੋੜ੍ਹਾ ਥੋੜ੍ਹਾ ਪਾ ਕੇ, ਤਾਂ ਬ੍ਰਿਲੀਅੰਟ, ਅਤੇ ਉਹ ਕਮਾਲ ਹੋ ਗਈ। ਮੈਨੂੰ ਕਹਿੰਦੇ ਕੈਸਾ ਲੱਗਿਆ? ਮੈਂ ਕਿਹਾ ਸਰ ਲੱਗ ਤੋ ਠੀਕ ਹੀ ਰਿਹਾ ਹੈ। ਮੈਨੂੰ ਕਹਿੰਦੇ ਉਹ ਰਿਹਾ ਫਿਰ ਮੇਰੇ ਕੋਲ। ਹੁਣ ਮੈਨੂੰ ਉਹ ਗੱਲ ਨਹੀਂ ਭੁੱਲਦੀ ਅਤੇ ਮੈਂ ਸ਼ੇਅਰ ਕਰਨਾ ਚਾਹੁੰਦਾ। ਮੈਨੂੰ ਉਹ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਵਿੱਚ ਲੈ ਗਏ, ਅਸੀਂ ਪੈਦਲ ਜਾ ਰਹੇ ਸੀ। ਮੈਨੂੰ ਕਹਿੰਦੇ ਬੇਟਾ ਜਿਹੜਾ ਐਕਟਿੰਗ ਹੈ ਨਾ, ਇੱਕ ਇਹੋ ਜਿਹਾ ਸਮੁੰਦਰ ਹੈ ਜਿਹਦੇ ਥੱਲੇ ਤੱਟ ਹੈ ਨਹੀਂ, ਬੇਸ ਹੈ ਨਹੀਂ। ਜਿੰਨਾ ਡੂੰਘਾ ਪੁੱਤਰ ਜਾਏਗਾ ਨਾ, ਓਨਾ ਹੀ ਚੰਗਾ ਤੈਰਾਕ ਬਣਦਾ ਜਾਏਗਾ। ਜਿੰਨਾ ਡੂੰਘਾ ਜਾਏਗਾ ਓਨਾ ਹੀ ਚੰਗਾ ਤੈਰਾਕ ਬਣਦਾ ਜਾਏਗਾ। ਸੋ ਐਕਟਿੰਗ ਦਾ ਤਾਂ ਬਹੁਤ ਵੱਡਾ ਸਮੁੰਦਰ ਹੈ ਜੀ, ਮੈਂ ਤਾਂ ਸ਼ਾਇਦ ਅਜੇ ਅੱਧ 'ਚ ਵੀ ਨਹੀਂ ਪਹੁੰਚਿਆ। ਸੋ ਜੇ ਤੈਰਾਕ ਬਹੁਤ ਚੰਗਾ ਬਣਨਾ, ਫਿਰ ਸਾਰੀ ਜ਼ਿੰਦਗੀ ਅਖੀਰਲੇ ਸਾਹ ਤੱਕ ਬੰਦੇ ਨੂੰ ਚੁੱਭੀ ਮਾਰਨੀ ਪੈਂਦੀ ਹੈ, ਸਿੱਖਣਾ ਪੈਂਦਾ, ਕਿਉਂਕਿ ਬਹੁਤ ਚੀਜ਼ਾਂ ਨੇ ਕਰਨ ਵਾਲੀਆਂ। ਜੇ ਮੈਂ ਐਲ ਪਚੀਨੋ ਨੂੰ ਦੇਖਾਂ, ਹੂ ਇਜ਼ ਮਾਈ ਫੇਵਰੇਟ ਐਕਟਰ, ਜੇ ਮੈਂ ਅਮਿਤਾਬ ਬੱਚਨ ਜੀ ਨੂੰ ਦੇਖਾਂ, ਹੂ ਇਜ਼ ਵਨ ਆਫ ਮਾਈ ਫੇਵਰੇਟ ਐਕਟਰਸ, ਜਾਂ ਮੈਂ ਦਿਲੀਪ ਸਾਹਿਬ ਨੂੰ ਦੇਖਾਂ, ਜਾਂ ਮੈਂ ਕਲਿੰਟ ਇਸਟਵੁੱਡ ਨੂੰ ਦੇਖਾਂ, ਆਲ ਦੀਸ ਗਾਇਜ਼, ਇਹਨਾਂ ਲੋਕਾਂ ਨੇ ਆਪਾਂ ਨੂੰ ਕਿੰਨਾ ਇੰਪਰੂਵ ਕੀਤਾ। ਗੋਡਫਾਦਰ ਦੇ ਵਿੱਚ ਐਲ ਪਚੀਨੋ ਨੇ ਜੋ ਕੈਰੈਕਟਰ ਕੀਤਾ, ਜਾਂ ਮਾਰਲੋ ਬ੍ਰੈਂਡੋ ਨੇ ਕੀਤਾ, ਮੈਂ ਸਮਝਦਾ ਸੋ ਅਮੇਜ਼ਿੰਗ ਐਕਟਿੰਗ ਦਾ ਉਹ ਸਿਰਾ ਹੀ ਹੈ, ਅਤੇ ਮੇਰੇ ਵਰਗਾ ਤਾਂ ਉਹਨਾਂ ਦੀ ਜੁੱਤੀ ਦੇ ਬਰਾਬਰ ਨਹੀਂ ਹੈਗਾ। ਜੇ ਮੈਂ ਅਮਿਤਾਬ ਬੱਚਨ ਦੀ ਆਪਾਂ ਗੱਲ ਕਰੀਏ, ਆਈ ਮੀਨ ਦਾ ਵੇ ਹੀ ਕ੍ਰੀਏਟ ਸਰ, ਜਿਹਨਾਂ ਦਾ ਜਨਮਦਿਨ ਦੀ ਹੈ, ਜਨਮਦਿਨ ਬਹੁਤ ਬਹੁਤ ਮੁਬਾਰਕ ਹੋਵੇ ਸਰ, ਦ ਲੈਜੈਂਡ। ਉਹਨਾਂ ਨੂੰ ਮੈਂ ਦੇਖਦਾ ਤਾਂ ਕਈ ਵਾਰੀ ਮੈਂ ਦੇਖਦਾ ਰਹਿ ਜਾਣਾ, ਔਰ ਮੈਂ ਬੜੀ ਵਾਰੀ ਉਹਨਾਂ ਨੂੰ ਕਾਪੀ ਕਰਦਾ, ਐਂ ਨਹੀਂ ਸੈੱਟ 'ਤੇ ਅਏ ਕਿਆ ਬਾਤ ਹੈ, ਕਿਆ ਹਾਂ ਸਾਲਾ ਰੋਟੀ ਨਹੀਂ ਹੈ, ਇਹ ਰੋਟੀ ਲੈ ਗਿਆ, ਜਲਦੀ ਕਰਾ, ਇੱਕ ਫੁਲਕਾ ਵੀ ਲੈ ਗਿਆ, ਦਾਲ ਲੈ ਜਲਦੀ ਕਰਾ। ਮੈਂ ਇੱਦਾਂ ਹੀ ਕਰਦਾ ਰਹਿੰਦਾ, ਮੈਨੂੰ ਕਹਿੰਦਾ ਭਾਜੀ ਤੁਹਾਨੂੰ ਕੀ ਹੋ ਜਾਂਦਾ ਕਦੇ ਕਦੇ? ਮੈਂ ਕਿਹਾ ਜਿਹੜੇ ਲੈਜੈਂਡਸ ਨੇ ਨਾ, ਗ੍ਰੇਟ ਨੇ, ਤੁਸੀਂ ਇਹਨਾਂ ਨੂੰ ਕਾਪੀ ਕਰੋਗੇ ਨਾ ਤੇ ਥੋੜੇ ਜਿਹਾ ਜੁੱਤੀ ਜੋਗੇ ਦਾ ਬਣੀ ਜਾਓ। ਸੋ ਆਈ ਥਿੰਕ ਆਈ ਸਟਿਲ ਹੈਵ ਟੂ ਲਰਨ। ਹੁੰਦਾ ਹੈ ਭਾਜੀ ਮੇਰੇ ਖਿਆਲ ਨਾਲ ਜਿਹੜੇ ਸਿੰਗਰ ਹੁੰਦੇ ਆ ਜਦ ਤੱਕ ਰਿਆਜ਼ ਨਾ ਕਰਨ ਉਹਨਾਂ ਦੀ ਉਹ ਫਾਈਨ ਟਿਊਨਿੰਗ ਜੀ ਨਹੀਂ ਆਉਂਦੀ। ਮੇਰੀ ਰਿਆਜ਼ ਦੀ ਤਾਂ ਗੱਲ ਇਦਾਂ ਦੀ ਜੀ, ਮੈਨੂੰ ਘਰੋਂ ਜੁੱਤੀਆਂ ਪੈਂਦੀਆਂ, ਉਹ ਕਹਿੰਦਾ ਸਡਨਲੀ ਤੈਨੂੰ ਕੀ ਹੋ ਜਾਂਦਾ? ਮੈਂ ਜਾਣਾ ਕਦੇ ਮੈਂ ਆਪਦੀ ਵਾਈਫ ਨੂੰ ਛੇੜ ਦੇਣਾ, ਕਦੇ ਬੱਚਿਆਂ ਨੂੰ ਛੇੜ ਦੇਣਾ, ਮੈਂ ਬੜੀ ਸੋਹਣੀ ਲੱਗਣ ਡਈ ਹਾਂ, ਕੀ ਹਾਲ ਤੇਰਾ, ਕੀ ਗੱਲ, ਕਿੱਥੇ ਗਈ ਸੀ? ਉਹ ਕਹਿੰਦਾ ਤੈਨੂੰ ਕੀ ਹੋ ਜਾਂਦਾ? ਕੀ ਹੋ ਜਾਂਦਾ? ਅਸੀਂ ਤਾਂ ਅਸੀਂ ਤੁਹਾਡੀ ਪੁਰਾਣਾ ਰੋਟੀ ਲਿਆ ਦਿਆ ਤੇਰੀ ਪੁਰਾਣਾ ਆਰਾਮ ਆਏ ਹਾਏ ਮਰੀਏ ਲੜੀਏ। ਉਹ ਮੈਨੂੰ ਕਹਿੰਦੇ ਯਾਰ ਇਹ ਬੰਦਾ ਸਾਡਾ ਪਾਗਲ ਤਾਂ ਨਹੀਂ ਹੋ ਗਿਆ, ਇਹਨੂੰ ਇਹਨੂੰ ਭਰਤੀ ਕਰਾਓ, ਓਨੈਸਟ ਗੱਲ ਹੈ। ਔਰ ਫਿਰ ਬਾਅਦ ਦੇ ਵਿੱਚ ਮੇਰੀ ਡਾਟਰ ਨੂੰ ਹੁਣ
ਸੋ ਆਈ ਥਿੰਕ ਮੈਨੂੰ ਨਾ ਪਤਾ ਪਤਾ ਲੱਗਦਾ ਹੈ ਤੁਸੀਂ ਦੱਸਿਓ ਜਰਾ ਮੈਨੂੰ ਲੱਗਦਾ ਹੈ ਜਿਹੜੀ ਤੁਸੀਂ ਐਕਟਿੰਗ ਕਰਨ ਦੀ ਕੋਸ਼ਿਸ਼ ਆ ਜਿਹੜੀ ਪ੍ਰੈਕਟਿਸ ਵੀ ਕਰਦੇ ਰਹਿੰਦੇ ਹਾਂ ਤੁਸੀਂ ਇਹ ਚ ਸਹਿਜ ਹੋ ਜਿਹੜਾ ਆ ਨਾਰਮਲ ਰਹਿੰਦੇ ਹੋ ਇਹ ਚ ਤੁਸੀਂ ਅਨਕੰਫਰਟੇਬਲ ਜਿਹਾ ਫੀਲ ਕਰਦੇ ਹੋ ਤੁਸੀਂ ਇਹ ਆਨੈਸਟ ਗੱਲ ਹੈ ਜਿੱਦਾਂ ਸਪੋਜ਼ ਤੁਸੀਂ ਮੈਨੂੰ ਮਿਲਣ ਆਏ ਸ਼ੂਟਿੰਗ ਤੇ ਮੈਂ ਤੁਹਾਨੂੰ ਪੁੱਛਿਆ ਆ ਵੀ ਕੀ ਗੱਲ ਆ ਆ ਜਾਣਾ ਵਧੀਆ ਗੱਲ ਹੈ ਆ ਕੀ ਗੱਲ ਹੈ ਉਹ ਕਹਿੰਦੇ ਯਾਰ ਭਾਜੀ ਨੂੰ ਕੀ ਹੋਇਆ ਕਈ ਵਾਰੀ ਕਹਿੰਦਾ ਆਓ ਜੀ ਪਿਆਰਿਓ ਮਾਰਾ ਆ ਜਾਓ ਗਲੇ ਲੱਗ ਜਾਓ ਜਰਾ ਉਹ ਕਹਿੰਦੇ ਯਾਰ ਇਹ ਬੰਦੇ ਦਾ ਮੂਡ ਸਵਿੰਗ ਬਹੁਤ ਹੁੰਦਾ ਰਾਜੀਵ ਜੀ ਕਹਿੰਦੇ ਮੂਡ ਸਵਿੰਗ ਨਹੀਂ ਹੁੰਦਾ ਇਹ ਇਹ 24 ਘੰਟੇ ਸਰ ਰਿਹਰਸਲ ਕਰਦੇ ਰਹਿੰਦੇ ਇਹ ਓਨੈਸਟ ਗੱਲ ਹੈ ਕਈ ਬੰਦੇ ਨੂੰ ਪਤਾ ਲੱਗਦਾ ਅੱਜ ਮੈਂ ਕਹਿ ਦੇਣਾ ਚਾਹੁੰਦਾ ਭਰਾਵਾ ਮੈਂ ਐਕਟਿੰਗ ਕਰਦਾ ਹੁੰਦਾ ਮੇਰੀ ਗੱਲ ਦਾ ਗੁੱਸਾ ਨਾ ਕਰਿਆ ਕਰੋ ਆਪਣੇ ਬੱਚੇ ਨੇ ਹਨਾ ਤੁਸੀਂ ਪਾਲ ਪੋਸ ਕੇ ਬੜਾ ਕਰ ਰਹੇ ਹੋ ਇੱਕ ਤਰੀਕੇ ਦੇ ਨਾਲ ਇਹ ਸਿਨੇਮਾ ਨੂੰ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਜਿਵੇਂ ਬਾਲੀਵੁੱਡ ਦੇ ਵਿੱਚ ਜਾਂ ਹਾਲੀਵੁੱਡ ਦੇ ਵਿੱਚ ਹੋਇਆ ਕਿਉਂਕਿ ਤੁਸੀਂ ਵਰਲਡ ਸਿਨੇਮਾ ਵਾਚ ਕਰਦੇ ਹੋ ਜੀ ਉੱਥੇ ਜਦੋਂ ਤੱਕ ਐਕਟਰਸ ਦੀ ਕੋਈ ਚੱਕਰ ਨਹੀਂ ਹੈ ਤੁਸੀਂ ਕਹਿ ਰਹੇ ਹੋ ਕਿ ਐਕਟਰਸ ਦੀ ਕੋਈ ਕਮੀ ਨਹੀਂ ਹੈਗੀ ਟੈਕਨੀਕਲ ਜਿਹੜਾ ਕਰੂ ਆ ਉਹਦੀ ਕੋਈ ਕਮੀ ਨਹੀਂ ਕਮੀ ਮੈਨੂੰ ਲੱਗਦਾ ਹੈ ਕਿ ਮੇਕਰਸ ਦੀ ਹੈ ਜਿਹੜੇ ਪਿੱਛੇ ਪੈਸਾ ਲੱਗ ਜਾਏ ਉਹਨਾਂ ਦੀ ਵਰਾਇਟੀ ਆਏਗੀ ਨਾ ਜਦੋਂ ਇੱਕ ਇੱਕ ਤਰ੍ਹਾਂ ਦੇ ਹੁਣ ਜਿਵੇਂ ਤੁਹਾਡੀ ਫਿਲਮ ਦੇ ਵਿੱਚ ਗੁਰੂ ਰੰਧਾਵਾ ਬਤੌਰ ਪ੍ਰੋਡਿਊਸਰ ਆਏ ਨੇ ਜੀ ਤਾਰਾ ਮੀਰਾ ਦੇ ਵਿੱਚ ਹੈ ਨਾ ਤੁਹਾਨੂੰ ਲੱਗਦਾ ਹੈ ਕਿ ਪ੍ਰੋਡਿਊਸਰਸ ਦੀ ਹੋਰ ਜ਼ਿਆਦਾ ਲੋੜ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਰਾਦਰ ਦੈਨ ਰੋ ਟੈਲੈਂਟ ਦੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜੀ ਜਿੰਨੇ ਵੀ ਪ੍ਰੋਡਿਊਸਰਸ ਇੰਡਸਟਰੀ 'ਚ ਆਉਂਦੇ ਨੇ ਸਾਨੂੰ ਐਕਟਰਾਂ ਦਾ ਫਰਜ਼ ਬਣਦਾ ਉਹਨਾਂ ਨੂੰ ਸੰਭਾਲ ਕੇ ਰੱਖੀਏ ਜੇ ਕੋਈ ਪ੍ਰੋਡਿਊਸਰ ਛੋਟੀ ਫਿਲਮ ਵੱਡੀ ਫਿਲਮ ਨਹੀਂ ਹੁੰਦੀ ਹੁੰਦੀ ਫਿਲਮ ਦਾ ਕੰਟੈਂਟ ਵੱਡਾ ਛੋਟਾ ਹੁੰਦਾ ਜੇ ਆਪਾਂ ਸਾਰੇ ਸੋਚ ਲਈਏ ਵੀ ਇਹ ਪ੍ਰੋਡਿਊਸਰ ਆਏ ਨੇ 3-4-5 ਕਰੋੜ ਰੁਪਈਆ ਲਾ ਰਿਹਾ ਤਾਂ ਉਹਦੇ ਪੈਸੇ ਦਾ ਤੁਹਾਨੂੰ ਦਰਦ ਹੈਗਾ ਕਿ ਮੇਰੇ 'ਤੇ ਮੇਰੇ ਕਰਕੇ ਤਾਂ ਨੁਕਸਾਨ ਨਾ ਹੋ ਜੇ ਮੇਰੇ ਕਰਕੇ ਕਿਤੇ ਮੈਂ ਹਮੇਸ਼ਾ ਕਹਿੰਦਾ ਆਇਆ ਕਿ ਯਾਰ ਕਲਾਕਾਰਾਂ ਨੂੰ ਇਹ ਗੱਲ ਕਹਿੰਦਾ ਵੀ ਆਪਾਂ ਪ੍ਰੋਡਿਊਸਰ ਜੀ ਨੂੰ ਸੰਭਾਲ ਕੇ ਰੱਖੀਏ ਸਪੋਜ਼ ਆਪਾਂ ਇੱਕ ਪ੍ਰੋਡਿਊਸਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਹਾਂ ਠੀਕ ਹੈ ਜੀ ਉਹਦੀ ਫਿਲਮ ਵਿਦਨ ਬਜਟ ਬਣਾਉਂਦੇ ਹਾਂ ਉਹਦੀ ਫਿਲਮ ਰਿਲੀਜ਼ ਹੁੰਦੀ ਹੈ ਕਈ ਵਾਰੀ ਫਿਲਮ ਚੱਲਦੀ ਹੈ ਕਈ ਵਾਰੀ ਨਹੀਂ ਚੱਲਦੀ ਕਈ ਵਾਰੀ ਹਿੱਟ ਹੁੰਦੀ ਹੈ ਨਹੀਂ ਪਰ ਐਟਲੀਸਟ ਉਹਨੂੰ ਓਨੇ ਕੁ ਪੈਸੇ ਤਾਂ ਮੁੜੇ ਆਉਣ ਜਿੰਨੇ ਕੁ ਪੈਸੇ ਉਹਨੇ ਲਾਏ ਆ ਇਹ ਸਾਡਾ ਫਰਜ਼ ਬਣਦਾ ਹੈ ਨਾ ਸੋ ਆਈ ਥਿੰਕ ਦਿਸ ਇਜ਼ ਇੰਪੋਰਟੈਂਟ ਪ੍ਰੋਡਿਊਸਰਾਂ ਦੀ ਕੋਈ ਕਮੀ ਨਹੀਂ ਪਰ ਜਦ ਇਹੋ ਜਿਹੀਆਂ ਹਰਕਤਾਂ ਆਪਾਂ ਟੋਪੀਆਂ ਘੁਮਾਉਂਦੇ ਹਾਂ ਝੂਠ ਬੋਲਦੇ ਹਾਂ ਝੂਠ ਦਾ ਇੱਥੋਂ ਜੀ ਸਵੇਰੇ ਸ਼ੁਰੂ ਹੁੰਦਾ ਸ਼ਾਮ ਨੂੰ ਖਤਮ ਹੁੰਦਾ ਮੈਂ ਬੜੀ ਵਾਰੀ ਕਿਹਾ ਝੂਠ ਬੋਲਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਤੁਹਾਨੂੰ ਟੋਪੀ ਘੁਮਾਉਣ ਦੀ ਲੋੜ ਨਹੀਂ ਤੁਸੀਂ ਆਪਣੀ ਕਮਾਈ ਦਾ ਪੈਸਾ ਲਓ ਔਰ ਤੁਸੀਂ ਕੰਮ ਕਰੋ ਪਰ ਜਦ ਆਪਾਂ ਟਾਂਕੇਬਾਜ਼ੀਆਂ ਸਭ ਕੁਛ ਕਰਦੇ ਸਾਡੇ ਪੰਜਾਬੀਆਂ ਦੀ ਬਾਹਲੀ ਆਦਤ ਹੈ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਸੋ ਵੀ ਸ਼ੁੱਡ ਕਰਬਿਟ ਜੇ ਆਪਾਂ ਪ੍ਰੋਡਿਊਸਰ ਨੂੰ ਸੇਫ ਕਰਕੇ ਚੱਲਾਂਗੇ ਤਾਂ ਪ੍ਰੋਡਿਊਸਰ ਦੀ ਕੋਈ ਕਮੀ ਨਹੀਂ ਹੋਊਗੀ ਮੈਂ ਹਮੇਸ਼ਾ ਪ੍ਰੋਡਿਊਸਰ ਮੇਰਾ ਬਾਪ ਹੈ ਮੈਂ ਸਰ ਉਹਦੀ ਨੌਕਰੀ ਕਰਦਾ ਠੀਕ ਹੈ ਮੈਨੂੰ ਇੱਕ ਪ੍ਰੋਡਿਊਸਰ ਆਉਂਦਾ ਉਹ ਸਾਈਨ ਕਰਦਾ ਮੈਨੂੰ ਪੈਸੇ ਦਿੰਦਾ ਉਹ ਮੇਰਾ ਅੰਨਦਾਤਾ ਉਹ ਮੇਰਾ ਬੌਸ ਹੈ ਮੈਂ ਉਹਦੀ ਨੌਕਰੀ ਕਰ ਰਿਹਾ ਮੈਨੂੰ ਨੌਕਰੀ ਦੇ ਪੈਸੇ ਦੇ ਰਿਹਾ ਅਤੇ ਮੈਨੂੰ ਆਪਣੇ ਮਾਲਕ ਦਾ ਵਫ਼ਾਦਾਰ ਹੋ ਕੇ ਰਹਿਣਾ ਚਾਹੀਦਾ ਕਿ ਨਹੀਂ ਰਹਿਣਾ ਚਾਹੀਦਾ ਮੈਂ ਸਵਾਲ ਸਾਰਿਆਂ ਨੂੰ ਪੁੱਛਦਾ ਉਹ ਮਾਲਕ ਹੈ ਤੁਹਾਡਾ ਜੇ ਉਹ ਤੁਹਾਨੂੰ ਫਿਲਮ ਦੇ ਨਾਂ ਲੈਂਦਾ ਡਾਇਰੈਕਟਰ ਤੁਹਾਨੂੰ ਨਾਂ ਲੈਂਦਾ ਤਾਂ ਤੁਸੀਂ ਤਾਂ ਚਣੇ ਵੇਚਦੇ ਫਿਰਦੇ ਸੀ ਨਾ ਸਾਰੇ ਮੇਰੇ ਅੱਗੇ ਠੀਕ ਹੈ ਬਟ ਅੱਜ ਇਹਨਾਂ ਦੀ ਬਦੌਲਤ ਪ੍ਰੋਡਿਊਸਰਾਂ ਦੀ ਬਦੌਲਤ ਤੁਸੀਂ ਅੱਜ ਕਿੰਨੇ ਸੁਪਰ ਸਟਾਰਸ ਹੋ ਅਤੇ ਤੁਸੀਂ ਇਹ ਭੁੱਲ ਜਾਂਦੇ ਹੋ ਕਿ ਇਹੀ ਲੋਕ ਸੀ ਜਿਹੜੇ ਤੁਹਾਨੂੰ ਲੈ ਕੇ ਆਏ ਸੋ ਮੇਰੀ ਹਮੇਸ਼ਾ ਇਹ ਆਦਤ ਹੈਗੀ ਹੈ ਕਿ ਮੇਰਾ ਪ੍ਰੋਡਿਊਸਰ ਸੇਫ ਰਹੇ ਮੈਂ ਉਸ ਪ੍ਰੋਡਿਊਸਰ ਨੂੰ ਕਦੇ ਕੋਈ ਦੁੱਖ ਨਾ ਦੇਵਾਂ ਕੋਈ ਐਕਸਟਰਾ ਬਰਡਨ ਨਾ ਪਾਵਾਂ ਉਹਦੇ 'ਤੇ ਜੇ ਆਪਾਂ ਇਹ ਕਰਾਂਗੇ ਜ਼ਿੰਦਗੀ 'ਚ ਹਮੇਸ਼ਾ ਕਾਮਯਾਬੀ ਤੁਹਾਡੇ ਕੋਲ ਰਹੀ ਤੁਸੀਂ ਇਹ ਕੀਤਾ ਵੀ ਹੈ ਜੀ ਪ੍ਰੋਡਿਊਸਰਾਂ ਨੂੰ ਸਾਂਭ ਕੇ ਰੱਖਿਆ ਤੁਸੀਂ ਮੈਂ ਦੱਸ ਦਵਾਂ ਤੁਸੀਂ ਉਸ ਧਰਤੀ 'ਤੇ ਬੈਠੇ ਹੋ ਆਸਟ੍ਰੇਲੀਆ ਦੀ ਜਿਹਨੂੰ ਇੱਕ ਤਾਂ ਹੁਣ ਤਾਂ ਤੀਜਾ ਪੰਜਾਬ ਕਹਿਣ ਲੱਗੇ ਜੀ ਹਾਂਜੀ ਭਾਰਤ ਵਾਲਾ ਇੱਕ ਕੈਨੇਡਾ ਲੈ ਕੇ ਵੈਸੇ ਇੱਥੇ ਅਸੀਂ ਪੰਜਾਬੀ ਫਿਲਮਾਂ ਨੇ ਹੀ ਰਿਕਾਰਡ ਬਣਾਏ ਨੇ ਜੀ ਚਾਹੇ ਉਹ ਤੁਹਾਡੀ ਹੋਈ ਉਹਦੇ 'ਚੋਂ 2 ਫਿਲਮਾਂ ਨੇ ਲਾ ਪੰਜਾਬ ਅਤੇ ਅਰਦਾਸ ਅਤੇ ਫਿਰ ਇਸ ਸਾਲ ਦੀ ਅਰਦਾਸ ਦੇ ਨਾਲ ਨਾਲ ਜਿਹੜੀ ਚੱਲ ਮੇਰਾ ਪੁੱਤ ਸੋ ਇਸ ਇਹ ਫਿਲਮਾਂ ਜਿਹੜੀਆਂ ਪੰਜਾਬੀ ਫਿਲਮਾਂ ਹੁਣ ਜਿਹੜੀਆਂ ਰਿਕਾਰਡ ਬਣਾ ਰਹੀਆਂ ਨੇ ਆਸਟ੍ਰੇਲੀਆ 'ਚ ਆਏ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਇੰਨੇ ਸਾਲਾਂ ਬਾਅਦ ਆ ਕੇ ਮੈਨੂੰ ਤਾਂ ਬਹੁਤ ਖੁਸ਼ੀ ਹੈ ਜੀ ਮੈਂ ਤਾਂ ਆਈ ਐਮ ਸੋ ਪ੍ਰਾਊਡ ਆਫ ਦੀ ਪੰਜਾਬੀਜ਼ ਮੈਂ ਤੁਹਾਨੂੰ ਓਨੈਸਟਲੀ ਮੇਰੀ ਗੱਲ ਸੁਣਿਓ ਮਿੰਟ ਲਾ ਕੇ ਮੈਂ ਤੁਹਾਡੇ ਲੋਕਾਂ ਦੇ ਚਰਨਾਂ 'ਚ ਮੇਰਾ ਸਿਰ ਚੁੱਕਦਾ ਹੈ ਤੁਸੀਂ ਸਾਰਿਆਂ ਨੇ ਪੰਜਾਬ 'ਚੋਂ ਉੱਠ ਕੇ ਦੁਨੀਆ ਦੇ ਕੋਨੇ ਕੋਨੇ ਵਿੱਚ ਜਾ ਕੇ ਤੁਸੀਂ ਵਾਸ ਕੀਤਾ ਆਪਣਾ ਡੰਕਾ ਵਜਾਇਆ ਲੋਕਾਂ ਨੂੰ ਪ੍ਰਫੁੱਲਿਤ ਕੀਤਾ ਲੋਕ ਤੁਹਾਨੂੰ ਪਿਆਰ ਕਰਦੇ ਹੈ ਮੈਂ ਤਾਂ ਉਹ ਪੰਜਾਬੀ ਹਾਂ ਜਿਹੜਾ ਤੁਹਾਡੇ ਪੰਜਾਬੀਆਂ ਦੀ ਜੁੱਤੀ ਦੀ ਮਿੱਟੀ ਵੀ ਨਹੀਂ ਬਣ ਸਕਦਾ ਕਿਉਂਕਿ ਮੈਂ ਬਣਿਆ ਬਣਾਇਆ ਰੱਬ ਤੋਂ ਪਿੱਛੋਂ ਆਇਆ ਸੀ ਤੁਸੀਂ ਲੋਕਾਂ ਨੇ ਤਾਂ ਜਾ ਕੇ ਬਹੁਤ ਜ਼ਮੀਨ ਦੇ ਵਿੱਚੋਂ ਪਾਣੀ ਕੱਢਤਾ ਜਿੱਥੇ ਪਾਣੀ ਨਹੀਂ ਸੀ ਹੈਟਸ ਆਫ ਟੂ ਯੂ ਮੈਂ ਇਸੇ ਕਰਕੇ ਅਰਦਾਸ ਕਰਦਾ ਹੁੰਦਾ ਵੀ ਜੋ ਪੰਜਾਬੀ ਕਰ ਸਕਦਾ ਨਾ ਔਰ ਹੋਰ ਕੋਈ ਵੀ ਬੰਦਾ ਨਹੀਂ ਕਰ ਸਕਦਾ ਹਾਂਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਆਏ ਔਰ ਤਾਰਾ ਮੀਰਾ ਦੇ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਅੱਧੀ ਕੁ ਫਿਲਮ ਹੋ ਗਈ ਹੋਣੀ ਹੈ ਰਿਵਿਊ ਆਪਾਂ ਨੂੰ ਥੋੜ੍ਹੀ ਦੇਰ ਦੇ ਵਿੱਚ ਮਿਲਣੇ ਸ਼ੁਰੂ ਹੋ ਜਾਣੇ ਨੇ ਅਤੇ ਬਹੁਤ ਬਹੁਤ ਮੁਬਾਰਕਬਾਦ ਜੀ ਇਸ ਫਿਲਮ ਦੇ ਲਈ ਔਰ ਆਉਂਦੇ ਸਮੇਂ ਦੇ ਵਿੱਚ ਸਾਨੂੰ ਯੋਗਰਾਜ ਸਿੰਘ ਦੀਆਂ ਬਾਗਮਾਲ ਅਦਾਕਾਰੀਆਂ ਦਿਖਦੀਆਂ ਰਹਿਣ ਜੀ ਔਰ ਮੈਨੂੰ ਵੈਸੇ ਮੈਂ ਜਿਵੇਂ ਕਿਹਾ ਸੀਗਾ ਸ਼ੁਰੂਆਤ ਦੇ ਵਿੱਚ ਕਿ ਅੱਜ ਇੰਟਰਵਿਊ ਨਹੀਂ ਸੀ ਅਸੀਂ ਕਰ ਰਹੇ ਅੱਜ ਅਸੀਂ ਗੱਲਬਾਤ ਕਰ ਰਹੇ ਸੀ ਔਰ ਮਜ਼ਾ ਆ ਗਿਆ ਜੀ ਥੈਂਕ ਯੂ ਸਫਲਾ ਜਿਵੇਂ ਕਹਿੰਦੇ ਹੁੰਦੇ ਨਾ ਕਿ ਸਫਲੇ ਹੋ ਗਏ ਬਹੁਤ ਸ਼ੁਕਰੀਆ ਭਾਈ